ਪੰਜਾਬੀ ਅਕੈਡਮੀ ਤੇ ਕੀਮਤੀ ਗੱਲਾਂ ਤੇ ਰਲਵੇਂ ਮੰਚ ਤੇ ਅੱਜ ਸਭ ਸੁਣਨ ਵਾਲਿਆਂ ਨੂੰ ਸੱਜਣਾ ਮਿੱਤਰਾਂ ਨੂੰ ਜੀਆਂ ਨੂੰ ਆਖਨੇ ਅੱਜ ਜੋ ਕਿ ਉਸਤਾਦਾਂ ਦਾ ਆਲਮੀ ਦਿਨ ਮਨਾਇਆ ਜਾ ਰਿਹਾ ਵਰਲਡ ਟੀਚਰ ਡੇ ਅਧਿਆਪਕ ਦਿਹਾੜ ਤੇ ਅੱਜ ਇਸ ਤੋਂ ਵੀ ਸਾਡਾ ਪ੍ਰੋਗਰਾਮ ਵੀ ਬੜਾ ਇਤਿਹਾਸਕ ਏ ਤਾਰੀਖੀ ਏ ਕਿ ਅੱਜ ਜਿਹੜੀ ਹਸਤੀ ਸਾਡੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹੈ ਉਹਨਾਂ ਦੀ ਸ਼ਾਇਰੀ ਉਹਨਾਂ ਦਾ ਪੈਗਾਮ ਉਹਨਾਂ ਦਾ ਸੁਨੇਹਾ ਦੁਨੀਆ ਦੇ ਹਰ ਪੰਜਾਬੀ ਤੱਕ ਪਹਿਲਾਂ ਹੀ ਅੱਪੜ ਚੁੱਕਿਆ ਤੇ ਪੰਜਾਬੀ ਕਾ ਤੇ ਕੀਮਤੀ ਗੱਲਾਂ ਅਸੀਂ ਤੁਹਾਨੂੰ ਭਾਗੀ ਸਮਝਨੇ ਆ ਕਿ ਅੱਜ ਸੁਰਜੀਤ ਪਾਤਰ ਅਲੀ ਸਾਡੇ ਮਹਿਮਾਨ ਨੇ ਤੇ ਅੱਜ ਦੇ ਅਧਿਆਪਕ ਦਿਨ ਦੇ ਹਵਾਲੇ ਨਾਲ ਅਸੀਂ ਇੱਕ ਹੋਰ ਤੁਹਾਨੂੰ ਜਿਹੜੀ ਇਹ ਸਵਾਗਤ ਕਰਦੇ ਹਾਂ ਖੁਸ਼ਖਬਰੀ ਦੇਣਾ ਚਾਹੁੰਦੇ ਕਿ ਅੱਜ ਦੇ ਪ੍ਰੋਗਰਾਮ ਦੇ ਮੇਜ਼ਬਾਨ ਵੀ ਇੱਕ ਉਸਤਾਦ ਨੇ ਔਰ ਇੱਕ ਮੰਨੇ ਪ੍ਰਮੰਨੇ ਸ਼ਾਇਰ ਮੇਰੀ ਮੁਰਾਦ ਏ ਗੁਰਤੇਜ ਖਾਰ ਵਾਲਾ ਨੂੰ ਇਹ ਵੀ ਇੱਕ ਤਾਰੀਖ ਬਣੇਗੀ ਕਿ ਜਿਹੜੀ ਇੰਟਰਵਿਊ ਕਰਨ ਵਾਲਾ ਪਾਤਰ ਸਾਹਿਬ ਨੂੰ ਵੀ 39 ਵਰਿਆਂ ਤੋਂ ਜਾਣਦਾ ਤੇ ਜਿਹੜੇ ਸਵਾਲ ਸੁਣਨ ਵਾਲਿਆਂ ਦੇ ਜਾਂ ਵੇਖਣ ਵਾਲੇ ਦਿਲ ਚ ਪੈਦਾ ਹੋਣੇ ਨੇ ਉਹ ਗੁਰਤੇਜ ਖਾਰ ਵਾਲੇ ਤੇ ਵਾਪਰੇ ਹੋਏ ਨੇ ਤੇ ਮੈਂ ਉਹਨਾਂ ਨੂੰ ਜੀਆਂ ਨੂੰ ਆਖਣਾ ਵਾ ਅੱਜ ਦੇ ਸਾਡੇ ਹੋਸਟ ਗੁਰਤੇਜ ਖਾਰ ਵਾਲਾ ਨੂੰ ਤੇ ਉਹਨਾਂ ਦੇ ਹਵਾਲੇ ਅੱਜ ਦਾ ਮੰਚ ਕਿ ਉਹ ਆਉਣ ਔਰ ਆਪਣਾ ਮੰਚ ਸੰਭਾਲਣ ਦੋਸਤੋ ਕੀਮਤੀ ਗੱਲਾਂ ਔਰ ਪੰਜਾਬੀ ਕਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੋ ਅਦਾਰੇ ਨੇ ਜਿਹੜੇ ਪੰਜਾਬੀ ਭਾਸ਼ਾ ਔਰ ਸੱਭਿਆਚਾਰ ਪੰਜਾਬ ਦੀ ਕਲਾ ਨੂੰ ਵੱਡਾ ਕਰਨ ਲਈ ਲੋਕਾਂ ਨੂੰ ਦੱਸਣ ਲਈ ਸੋਸ਼ਲ ਮੀਡੀਆ ਉੱਤੇ ਕੰਮ ਕਰ ਰਹੇ ਔਰ ਫੇਸਬੁੱਕ ਦੇ ਪੇਜ ਉੱਤੇ ਅਸੀਂ ਅੱਜ ਲਾਈਵ ਹੋ ਰਹੇ ਹਾਂ ਇਹਨਾਂ ਦੋਨਾਂ ਅਦਾਰਿਆਂ ਦੇ ਹੁਕਮ ਉੱਤੇ ਉਹਨਾਂ ਦੇ ਕਹਿਣ ਉੱਤੇ ਅੱਜ ਇੱਕ ਬਹੁਤ ਵੱਡੀ ਸ਼ਖਸੀਅਤ ਤੁਹਾਡੇ ਰੂਬਰੂ ਹੋਏਗੀ ਆਮ ਤੌਰ ਤੇ ਕਿਹਾ ਜਾਂਦਾ ਕਿ ਅੱਜ ਸਾਡੇ ਨਾਲ ਹੋਣਗੇ ਪਰ ਮੈਂ ਇਸ ਗੱਲ ਨੂੰ ਅੱਜ ਉਲਟਾ ਕੇ ਕਹਿੰਦਾ ਕਿ ਅੱਜ ਅਸੀਂ ਸੁਰਜੀਤ ਪਾਤਰ ਸਾਹਿਬ ਦੇ ਨਾਲ ਹੋਵਾਂਗੇ ਉਹਨਾਂ ਨਾਲ ਕੁਛ ਗੱਲਾਂ ਕਰਾਂਗੇ ਕੁਛ ਸਵਾਲ ਕੁਛ ਜਗਿਆਸਾਵਾਂ ਜਿਹੜੀਆਂ ਸਾਡੇ ਸਾਰੇ ਪੰਜਾਬੀਆਂ ਦੇ ਮਨਾਂ ਵਿੱਚ ਹੋਣਗੀਆਂ ਔਰ ਇੱਕ ਤਰੀਕੇ ਨਾਲ ਸੁਰਜੀਤ ਪਾਤਰ ਸਾਹਿਬ ਦਾ ਇੱਕ ਪਾਕਿਸਤਾਨ ਵਿੱਚ ਬਹੁਤ ਪੜ੍ਹਨ ਸੁਣਨ ਪਿਆਰ ਕਰਨ ਵਾਲਾ ਇੱਕ ਵੱਡਾ ਵਰਗ ਹੈ ਤੇ ਇਸ ਬਹਾਨੇ ਚੜ੍ਹਦੇ ਪੰਜਾਬ ਵਿੱਚ ਤਾਂ ਉਹਨਾਂ ਦਾ ਜਿਹੜਾ ਝੰਡਾ ਪੂਰਾ ਬੁਲੰਦ ਹੈ ਹੀ ਹੈ ਤੇ ਅੱਜ ਇਸ ਪ੍ਰੋਗਰਾਮ ਦੇ ਬਹਾਨੇ ਅਸੀਂ ਲਹਿੰਦੇ ਪੰਜਾਬ ਦੇ ਸੁਣਨ ਵਾਲਿਆਂ ਨੂੰ ਪੜ੍ਹਨ ਵਾਲਿਆਂ ਦੇਖਣ ਵਾਲਿਆਂ ਨੂੰ ਵੀ ਸੁਰਜੀਤ ਪਾਤਰ ਸਾਹਿਬ ਦੀ ਸ਼ਖਸੀਅਤ ਨਾਲ ਉਹਨਾਂ ਦੇ ਸ਼ਾਇਰੀ ਨਾਲ ਉਹਨਾਂ ਦੇ ਕੰਮ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਸ ਤਰ੍ਹਾਂ ਮਲਿਕ ਸਾਹਿਬ ਨੇ ਦੱਸਿਆ ਔਰ ਇਸ ਪ੍ਰੋਗਰਾਮ ਦੇ ਪਿੱਛੇ ਕੀਮਤੀ ਗੱਲਾਂ ਦੇ ਹਰਵਿੰਦਰ ਜੀ ਨੇ ਚੜ੍ਹਦੇ ਪੰਜਾਬ ਤੋਂ ਉਹਨਾਂ ਦੀ ਸਾਰੀ ਵਿਉਂਤਬੰਦੀ ਦੇ ਅਧੀਨ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਅਧਿਆਪਕਾਂ ਨੂੰ ਸਮਰਪਿਤ ਕਰ ਰਹੇ ਹਾਂ ਕਿਉਂਕਿ ਅਧਿਆਪਕਾਂ ਦਾ ਦਿਨ ਹੈ ਇਸ ਅਧਿਆਪਕ ਦਿਵਸ ਉੱਤੇ ਮੈਂ ਆਪਣੇ ਸਾਰੇ ਅਧਿਆਪਕਾਂ ਨੂੰ ਨਮਸਕਾਰ ਕਰਦਾ ਹੋਇਆ ਤੇ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਅਧਿਆਪਕ ਜਿਹਨਾਂ ਜਿਹਨਾਂ ਨੇ ਚੰਗੇ ਰਸਤੇ ਪਾਇਆ ਸਭ ਲੋਕਾਂ ਨੂੰ ਉਹ ਸਾਡੇ ਸਭ ਸਤਿਕਾਰ ਦੇ ਪਾਤਰ ਨੇ ਅਦਬ ਦੇ ਪਾਤਰ ਨੇ ਤੇ ਮੈਂ ਉਹਨਾਂ ਸਾਰੇ ਅਧਿਆਪਕਾਂ ਨੂੰ ਯਾਦ ਕਰਦਾ ਹੋਇਆ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਾਂਗਾ ਪਰ ਇੱਕ ਗੱਲ ਬੜੀ ਮੰਦਭਾਗੀ ਵਾਪਰੀ ਕਿ ਕੱਲ੍ਹ ਸਾਡੇ ਇੱਕ ਬਹੁਤ ਹੋਣਹਾਰ ਅਧਿਆਪਕ ਡਾਕਟਰ ਦਰਿਆ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੋਕ ਧਾਰਾ ਦੇ ਬਹੁਤ ਵੱਡੇ ਖੋਜੀ ਸਨ ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀ ਉਮੀਦ ਸੀ ਬਹੁਤ ਹੋਣਹਾਰ ਅਧਿਆਪਕ ਸਨ ਤੇ ਜਿਸ ਉਮਰ ਵਿੱਚ ਜਾ ਕੇ ਅਧਿਆਪਕ ਆਪਣੀ ਪ੍ਰਵੀਨਤਾ ਪ੍ਰਾਪਤ ਕਰਦਾ ਹਾਸਲ ਕਰਦਾ ਆਪਣੀ ਪਰਪੱਕਤਾ ਹਾਸਲ ਕਰਦਾ ਉਸ ਉਮਰ ਵਿੱਚ ਉਹਨਾਂ ਦਾ ਵਿਛੋੜਾ ਹੋ ਗਿਆ ਬਹੁਤ ਦੁਖਦਾਈ ਨੋਟ ਉੱਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਡਾਕਟਰ ਦਰਿਆ ਨੂੰ ਯਾਦ ਕਰਦਿਆਂ ਹੋਇਆਂ ਤੇ ਮੈਂ ਬੜੇ ਸਤਿਕਾਰ ਨਾਲ ਸੁਰਜੀਤ ਪਾਤਰ ਸਾਹਿਬ ਨੂੰ ਤੁਹਾਡੇ ਰੂਬਰੂ ਕਰ ਰਿਹਾ ਔਰ ਜਿਸ ਤਰ੍ਹਾਂ ਪਾਤਰ ਸਾਹਿਬ ਦੇ ਬਹੁਤ ਸਾਰੇ ਰੂਪ ਨੇ ਉਹ ਸ਼ਾਇਰ ਨੇ ਅਧਿਆਪਕ ਨੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨੇ ਬਹੁਤ ਸਾਰੇ ਅਵਾਰਡ ਉਹਨਾਂ ਨੂੰ ਮਿਲੇ ਪਦਮ ਸ਼੍ਰੀ ਵੀ ਨੇ ਪਰ ਉਹਨਾਂ ਦੀ ਆਪਣੀ ਇੱਕ ਲਿਖਤ ਸੀ ਕਿਤੇ ਕਿ ਉਹਦੀ ਪਹਿਲੀ ਛਤਰ ਤਾਂ ਮੈਨੂੰ ਇਸ ਵੇਲੇ ਭੁੱਲ ਗਈ ਕਿ ਤੂੰ ਧਰਤੀ ਦਾ ਗੀਤ ਰਹੇਗਾ ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ ਇਹ ਪਾਤਰ ਸਾਹਿਬ ਦੇ ਜਿੰਨੇ ਅਨੇਕ ਰੂਪ ਹੋਣ ਪਰ ਉਹ ਸਾਡੇ ਸੁਰਜੀਤ ਪਾਤਰ ਨੇ ਸਭ ਤੋਂ ਵੱਡੀ ਜਿਹੜੀ ਸ਼ਨਾਖਤ ਜਾਂ ਸਭ ਤੋਂ ਵੱਡੀ ਜੁੜਤ ਉਹਨਾਂ ਦੀ ਸਾਡੇ ਨਾਲ ਜਿਹੜੀ ਹੈ ਉਹ ਸ਼ਾਇਰ ਸੁਰਜੀਤ ਪਾਤਰ ਦੇ ਤੌਰ 'ਤੇ ਹੈ ਅਤੇ ਮੈਂ ਬਹੁਤ ਅਦਬ ਨਾਲ ਬਹੁਤ ਸੰਜੀਦਗੀ ਨਾਲ ਬਹੁਤ ਇਹਤਰਾਮ ਨਾਲ ਸੁਰਜੀਤ ਪਾਤਰ ਸਾਹਿਬ
ਨਾਲ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ। ਪਾਤਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਗੁਰਤੇਜ ਜੀ ਤੇ ਅਜ਼ਮ ਮਲਿਕ ਜੀ ਔਰ ਇਹ ਸਾਰੇ ਪ੍ਰੋਗਰਾਮ ਦੇ ਜੋ ਪ੍ਰਬੰਧ ਕਰਨ ਵਾਲੇ ਨੇ ਰਵਿੰਦਰ ਹੋਣੀ ਔਰ ਜੋ ਸਾਨੂੰ ਸੁਣਨ ਵਾਲੇ ਉਹਨਾਂ ਸਾਰਿਆਂ ਲਈ ਬਹੁਤ ਬਹੁਤ ਪਿਆਰ ਤੇ ਅਦਬ। ਤੇ ਮੈਨੂੰ ਇਹ ਖੁਸ਼ੀ ਹੈ ਕਿ ਮੇਰੇ ਨਾਲ ਗੁਰਤੇਜ ਨੇ ਗੱਲਾਂ ਕਰਨੀਆਂ ਜਿਹੜਾ ਸਾਡਾ ਬਹੁਤ ਬਹੁਤ ਪਿਆਰਾ ਸ਼ਾਇਰ ਆ ਔਰ ਮੈਨੂੰ ਮੁੱਦਤਾਂ ਤੋਂ ਜਾਣਦਾ ਔਰ ਮੈਨੂੰ ਯਾਦ ਆ ਰਿਹਾ ਕਿ ਮੈਨੂੰ ਹੁਣ ਬੈਠੇ ਬੈਠੇ ਯਾਦ ਆ ਰਿਹਾ ਸੀ ਕਿ ਸ਼ਾਹ ਹੁਸੈਨ ਉਹਨਾਂ ਦੀ ਸ਼ਾਇਰੀ 'ਚ ਤਿੰਨ ਜਿਸ ਤਰ੍ਹਾਂ ਕਿ ਤੂੰ ਕੌਣ ਹੈ, ਜਿਵੇਂ ਕਿਹਾ ਕਿ ਵੀ ਪਾਤਰ ਕੌਣ ਹੈ, ਉਹ ਅਧਿਆਪਕ ਆ, ਕੀ ਆ, ਤੇ ਮੈਨੂੰ ਯਾਦ ਹੈ ਤੋ ਸ਼ਾਹ ਹੁਸੈਨ ਦੀ ਇੱਕ ਜਗ੍ਹਾ ਆਉਂਦਾ ਕਿ ਨਾਮ ਹੁਸੈਨ ਤੇ ਜਾਤ ਜੁਲਾਹਾ, ਗਾਲਾਂ ਦਿੱਤੀਆਂ ਤਾਣੇ ਬਾਲੜੀਆਂ, ਯਾਨੀ ਇੱਕ ਵਾਰ ਨਾ ਹੀ ਕਰਾਉਂਦੇ ਕਿਉਂਕਿ ਪੁੱਛਣ ਵਾਲਾ ਕੌਣ ਸੀ ਕਿ ਪੁੱਛਣ ਵਾਲੇ ਦੇ ਬਦਲਣ ਨਾਲ ਕਈ ਵਾਰ ਸਵਾਲਾਂ ਦੇ ਜਵਾਬ ਬਦਲ ਜਾਂਦੇ ਆ। ਉਹ ਇੱਕ ਫਿਰ ਕਿਸੇ ਨੂੰ ਕਹਿੰਦੇ ਆ ਕਿ ਸ਼ਾਹ ਹੁਸੈਨ ਫਕੀਰ ਹੈ, ਤੁਸੀਂ ਮਤ ਆਖੋ ਕੋਈ ਪੀਰ ਹੈ। ਜਦੋਂ ਕੋਈ ਹੋਰ ਉਹਨੂੰ ਹੋਰ ਗਹਿਰਾ ਪੁੱਛਣ ਵਾਲਾ ਮਿਲਦਾ ਤੇ ਉਹਨਾਂ ਦਾ ਇੱਕ ਵਾਕ ਹੈ ਕਿ ਉਹ ਕਹਿੰਦੇ ਕਿ ਲਿਟਾਂ ਖੋਲ ਗਲੇ ਵਿੱਚ ਪਾਈਆਂ ਮੈਂ ਬੈਰਾਗਣ ਆਦਿ ਦੀ ਹੋ, ਫਿਰ ਉਹ ਆਪਣਾ ਜੈਂਡਰ ਵੀ ਭੁੱਲ ਜਾਂਦੇ ਆ ਤੇ ਫਿਰ ਕਹਿੰਦੇ ਮੈਂ ਤਾਂ ਕੋਈ ਆਦਿ ਜੁਗਾਦ ਦੀ ਬੈਰਾਗਣ ਆ। ਤੇ ਉਦੋਂ ਉਹਨਾਂ ਨੂੰ ਕੋਈ ਗੁਰਤੇਜ ਵਰਗਾ ਗਹਿਰਾ ਪੁੱਛਣ ਵਾਲਾ ਮਿਲਿਆ ਹੋਣਾ ਸਵਾਲ, ਤੋ ਫਿਰ ਸਵਾਲ ਵੀ ਜਵਾਬ ਵੀ ਓਨੀਆਂ ਹੀ ਗਹਿਰਾਈਆਂ ਆਉਂਦੀ ਆ ਜਿੰਨਾ ਪੁੱਛਣ ਵਾਲਾ ਗਹਿਰਾ ਹੋਵੇ। ਸੋ ਮੈਂ ਸਮਝਦਾ ਕਿ ਇਹ ਬਹੁਤ ਪਿਆਰੀਆਂ ਘੜੀਆਂ ਨੇ, ਪਿਆਰਾ ਪਹਿਰ ਆ ਸਾਡੇ ਲਈ। ਔਰ ਦੂਜੀ ਗੱਲ ਇਹ ਹੈ ਕਿ ਇਹ ਦੋਨਾਂ ਪੰਜਾਬਾਂ ਨੂੰ ਇੱਕ ਜੋੜਨ ਵਾਲਾ ਪ੍ਰੋਗਰਾਮ ਆ। ਤੇ ਮੈਂ ਕਦੀ ਲਿਖਿਆ ਸੀ ਕਿ ਇੰਨੀਆਂ ਬੁਰੀਆਂ ਵੀ ਨਹੀਂ ਮੈਨੂੰ ਲੱਗਦੀਆਂ ਇਹ ਹੱਦਾਂ ਸਰਹੱਦਾਂ, ਇੰਨੀਆਂ ਬੁਰੀਆਂ ਨੂੰ ਮੈਨੂੰ ਲੱਗਦੀਆਂ ਇਹ ਸਰਹੱਦਾਂ, ਜੇਕਰ ਸੱਜਣ ਬੋੜ ਪਵੇ ਮੈਂ ਜਦ ਵੀ ਉਹਨੂੰ ਸੱਦਾਂ। ਵਾਹ, ਬਹੁਤ ਔਰ ਇੱਕ ਜਗ੍ਹਾ ਮੈਂ ਕਿਹਾ ਸੀ ਵੀ ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ। ਸੋ ਇੱਕ ਇਸ ਤਰ੍ਹਾਂ ਦੇ ਮਤਲਬ ਕਿ ਇਹ ਬੂਹੇ ਬਾਰੀਆਂ ਵਾਲੀ ਗੱਲ ਹੀ ਆ ਸਾਡੇ ਲਹਿੰਦੇ ਚੜ੍ਹਦੇ ਪੰਜਾਬ 'ਚ। ਤੋ ਸੋ ਇਹ ਇਹ ਮੌਕਾ ਹੋਰ ਵੀ ਮੁਬਾਰਕ ਹੋ ਜਾਂਦਾ ਇਹ ਸੋਚ ਕੇ। ਪਾਤਰ ਸਾਹਿਬ ਅੱਜ ਤੁਹਾਡੇ ਆਉਣ ਨਾਲ, ਬਲਕਿ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਕੀਮਤੀ ਗੱਲਾਂ, ਉਹ ਸੱਚਮੁੱਚ ਉਹਦੇ ਕੋਈ ਅਰਥ ਬਣਨ ਵਾਲੇ ਆ ਕਿ ਅੱਜ ਸੱਚੀਮੁੱਚ ਹੀ ਕੀਮਤੀ ਗੱਲਾਂ ਹੋਣ ਦੀ ਸੰਭਾਵਨਾ ਹੈ। ਮੈਂ ਕੋਸ਼ਿਸ਼ ਕਰੂੰਗਾ ਕਿ ਕੁਛ ਗੱਲਾਂ ਤੁਹਾਡੇ ਨਾਲ ਕਰੀਏ ਜਿਹੜੀਆਂ ਸੁਣਨ ਵਾਲਿਆਂ ਨੂੰ ਚੰਗੀਆਂ ਲੱਗਣ। ਉਹਦੇ 'ਚ ਕੁਛ ਹਲਕੀਆਂ ਗੱਲਾਂ ਵੀ ਕਰਾਂਗੇ, ਕੁਛ ਸੰਜੀਦਾ ਗੱਲਾਂ ਵੀ ਕਰਾਂਗੇ ਤੁਹਾਡੀ ਜ਼ਿੰਦਗੀ ਬਾਰੇ, ਸ਼ਾਇਰੀ ਬਾਰੇ। ਮੈਂ ਜਿਹੜੀ ਗੱਲ ਪਾਤਰ ਸਾਹਿਬ ਸ਼ੁਰੂ ਕਰਨੀ ਚਾਹੁੰਦਾ ਉਹ ਇਹ ਹੈ ਕਿ ਤੁਸੀਂ, ਕਿਉਂਕਿ ਆਪਾਂ ਅਧਿਆਪਕ ਦਿਵਸ ਦੇ ਪ੍ਰਸੰਗ ਵਿੱਚ ਗੱਲ ਕਰ ਰਹੇ ਹਾਂ, ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿਹੜੇ ਅਧਿਆਪਕ ਮਿਲੇ ਜਿਨ੍ਹਾਂ ਨੇ ਸੁਰਜੀਤ ਪਾਤਰ ਬਣਨ ਵਿੱਚ ਤੁਹਾਡੀ ਕਿਸੇ ਨਾ ਕਿਸੇ ਰੂਪ 'ਚ ਰਹਿਨੁਮਾਈ ਕੀਤੀ? ਤੇ ਇਸ ਗੱਲ ਦਾ ਦੂਸਰਾ ਹਿੱਸਾ ਕਿ ਤੁਸੀਂ ਖੁਦ ਅਧਿਆਪਕ ਰਹੇ ਤੇ ਤੁਹਾਡਾ ਅਧਿਆਪਨ ਦਾ ਜਿਹੜਾ ਤੁਹਾਡਾ ਅਨੁਭਵ ਹੈ, ਤਜੁਰਬਾ ਹੈ, ਉਹ ਕਿਸ ਤਰ੍ਹਾਂ ਦਾ ਰਿਹਾ? ਜੀ ਗੁਰਤੇਜ, ਮੈਂ ਜਿਹੜੇ ਥਾਵਾਂ 'ਤੇ ਪੜ੍ਹਿਆ, ਮੇਰੇ ਪਿੰਡ 'ਚ ਚੌਥੀ ਜਮਾਤ ਤੱਕ ਸਕੂਲ ਸੀ ਅਤੇ ਉਹ ਜਾਣੀ ਮੈਨੂੰ ਯਾਦ ਆ ਕਿ ਅਸੀਂ ਘੜੀਆਂ ਕੁੜੀਆਂ ਨਹੀਂ ਸੀਗੀਆਂ ਅਤੇ ਅਸੀਂ ਬਸ ਸਕੂਲ ਦੇ ਸਾਹਮਣੇ ਖੇਡਣ ਲੱਗ ਪੈਂਦੇ ਸੀ ਅਤੇ ਫਿਰ ਦੇਖਣਾ ਕਿ ਮਾਸਟਰ ਜੀ ਆ ਗਿਆ ਦੂਰੋਂ ਦੇਖਣਾ। ਉਹ ਕਰਤਾਰਪੁਰ ਤੋਂ ਆਉਂਦੇ ਸੀ ਮੇਰੇ ਪਿੰਡ, ਉਹ ਜਿਹੜੇ ਉੱਥੋਂ 3 ਕੁ ਮੀਲ ਦੂਰ ਸੀ ਅਤੇ ਖੀਮ ਚੰਦ, ਉਹ ਮੈਨੂੰ ਮੇਰੇ ਮਾਸਟਰ ਯਾਦ ਆ ਜਿਹਨੇ ਮੈਨੂੰ ਕਲਮਾ ਘਰ ਘਰ ਸਾਨੂੰ ਦਿੰਦਾ ਸੀਗਾ। ਉਹ ਦ੍ਰਿਸ਼ ਮੈਂ ਕਦੀ ਨਹੀਂ, ਉਸ ਪਿਆਰੀ ਪਿਆਰੀ ਪਿਆਰੇ ਸ਼ਖਸ ਦਾ ਮੁਹਾਰ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜੀ। ਔਰ ਫਿਰ ਮੈਂ ਜਿਹੜੀ ਮੈਟ੍ਰਿਕ ਕਰਨ ਲਈ ਮੈਂ ਖਾਲਸਾ ਹਾਈ ਸਕੂਲ ਖਹਿਰਾ ਮੱਝਾ ਦਾਖਲ ਹੋਇਆ, ਉੱਥੇ ਮੇਰੇ ਮਾਸਟਰ ਸੀਗੇ ਸ਼ੰਕਰ ਦਾਸ, ਜਿਹੜੇ ਮੰਡ ਪਿੰਡ ਦੇ ਸੀਗੇ, ਉਹਨਾਂ ਦੇ ਗਾਂ ਬੇਟੇ ਸੁਰਿੰਦਰ ਮੰਡ, ਦੇਵਿੰਦਰ ਮੰਡ ਤੇ ਉਹਨਾਂ ਦੀ ਬੇਟੀ ਵੀ ਹੈ ਸੁਨੀਲਮ ਮੰਡ, ਸ਼ੰਕਰ ਦਾਸ ਸੀ, ਉਹ ਸਾਨੂੰ ਪੜ੍ਹਾਉਂਦੇ ਤਾਂ ਹਿਸਾਬ ਸੀਗੇ, ਪਰ ਜਦੋਂ ਕਹਿਣਾ ਸਰ ਅੱਜ ਸਾਡਾ ਪੜ੍ਹਨ ਨੂੰ ਜੀ ਨਹੀਂ ਕਰਦਾ ਤੇ ਉਹਨਾਂ ਸਾਨੂੰ ਬਹੁਤ
ਉਹਨੇ ਸਾਨੂੰ ਫਿਰ ਦਰਵਾਜ਼ਾ ਟੋਕਿਆ, ਉਹਨੇ ਸਾਨੂੰ ਕੋਈ ਨਾ ਕੋਈ ਇੰਨੀ ਸੋਹਣੀ ਕਹਾਣੀ ਬਾਤ ਸੁਣਾਉਣੀ। ਪਰ ਸ਼ਰਤ ਇਹ ਵੀ ਹੁਣ ਇਹ ਤੋਂ ਬਾਅਦ ਤੁਸੀਂ ਮੈਨੂੰ ਮੇਰੇ ਕੋਲੋਂ ਜਿਹੜੇ ਬਾਕੀ ਦੇ 5 ਦਿਨ ਨੇ ਹਫ਼ਤੇ ਦੇ ਨਾ, ਉਹ ਤੁਸੀਂ ਬਹੁਤ ਧਿਆਨ ਨਾਲ ਪੜ੍ਹਨਾ। ਸੋ ਉਹ ਮੈਨੂੰ ਅਧਿਆਪਕ ਨਹੀਂ ਕਦੀ ਭੁੱਲਦਾ, ਜਾਂ ਮੇਰੇ ਮਹਿੰਦਰ ਸਿੰਘ ਸੰਧੂ ਜੀ ਨੇ ਸਾਨੂੰ ਕੋਲ ਬਿਠਾ ਕੇ ਜੇ ਗੁਰਪੁਰਬ ਗਾਉਣੇ ਉਹਨੇ ਕਹਿਣਾ, ਉਹਨਾਂ ਹਾਰਮੋਨੀਅਮ ਵਜਾਉਣਾ ਸਾਨੂੰ ਲਾਗੇ ਬਿਠਾ ਲੈਣਾ ਕਿ ਤੁਸੀਂ ਮੇਰੇ ਨਾਲ ਨਾਲ ਗਾਉਣਾ। ਤੋ ਉਸ ਸ਼ਖਸ ਦਾ ਮੇਰੇ ਮੈਨੂੰ ਬਣਾਉਣ 'ਚ ਬਹੁਤ ਰੋਲ ਹੈ। ਔਰ ਉਸ ਤੋਂ ਬਾਅਦ ਕਾਲਜ ਆ ਕੇ, ਯਾਨੀ ਯੂਨੀਵਰਸਿਟੀ 'ਚ ਆ ਕੇ, ਨਾ ਕਾਲਜ, ਰਣਧੀਰ ਕਾਲਜ ਕਪੂਰਥਲਾ ਆ ਕੇ, ਅਤੇ ਸਿੰਘ ਸੇਠੀ ਆਪਣੇ ਜਿਹੜੇ ਬਹੁਤ ਮਸ਼ਹੂਰ ਨਾਟਕਕਾਰ, ਨਾਵਲਕਾਰ, ਉਹ ਅਤੇ ਉਹਨਾਂ ਦੀ ਜੀਵਨ ਸਾਥਣ ਮਨੋਹਰ ਕੌਰ ਅਰਪਣ, ਇਸ ਜੋੜੀ ਨੇ ਮੈਨੂੰ ਇੰਨਾ ਸਮਝ ਲਓ ਚਮਲਾਇਆ ਹੋਇਆ ਸੀਗਾ, ਇੰਨਾ ਮੈਨੂੰ ਪਿਆਰ ਕੀਤਾ, ਮੇਰੀ ਕਵਿਤਾ ਨੂੰ, ਜਾਂ ਮੈਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਮੈਂ ਸਮਝਦਾ ਕਿ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇੱਕ ਤਰ੍ਹਾਂ ਵਿਸ਼ਵਾਸ ਮੇਰੇ 'ਚ ਪੈਦਾ ਕੀਤਾ ਔਰ ਮੈਨੂੰ ਬਹੁਤ ਮੁਹੱਬਤ ਦਿੱਤੀ। ਸੋ ਇਹ ਮੇਰਾ ਤੁਹਾਡੀ ਪਹਿਲੀ ਕਵਿਤਾ ਬਾਰੇ ਸੁਰਜੀਤ ਸੇਠੀ ਹੋਰਾਂ ਦਾ ਕੀ ਸੀ, ਉਹਨਾਂ ਦਾ ਉਹਦੇ ਉੱਤੇ ਟਿੱਪਣੀ ਸੀ? ਮੈਨੂੰ ਯਾਦ ਹੈ ਕਿ ਮੇਰੀ ਉਹ ਬਹੁਤ ਕਮਾਲ ਦਾ ਅਨੁਭਵ ਹੈ ਕਿ ਮੈਂ ਪਹਿਲੋਂ 1 ਸਾਲ ਮੈਨੂੰ ਇਹਨਾਂ ਨੇ ਆਰਟ ਪਾ ਦਿੱਤਾ ਸਾਇੰਸ ਵਿੱਚ। ਮੈਨੂੰ ਮੈਂ ਸਕੂਲ ਛੋਟੇ ਜਿਹੇ ਸਕੂਲ 'ਚ ਫਸਟ ਆ ਗਿਆ, ਉਹ ਕਹਿੰਦੇ ਵੀ ਇਹ ਮੁੰਡਾ ਤਾਂ ਸਾਇੰਸ ਦਾ, ਅਤੇ ਫਿਰ ਮੇਰੀ ਬਹੁਤ ਕੋਸ਼ਿਸ਼ ਹੋਈ, ਮੈਂ ਪ੍ਰਿੰਸੀਪਲ ਸਾਹਿਬ ਕੋਲ ਵੀ ਗਿਆ, ਉਹਨਾਂ ਨੇ ਵੀ ਮੇਰੀ ਅਰਜ਼ੀ ਪਾੜ ਦਿੱਤੀ ਕਿ ਨਹੀਂ ਤੂੰ ਸਾਇੰਸ ਪੜ੍ਹੇਗਾ, ਤੂੰ ਤੂੰ ਕੂਲਰ ਲੈ ਕੇ ਤੂੰ ਆਰਟਸ ਪੜ੍ਹੇਗਾ, ਅਤੇ ਜਾਣੀ ਉਹ ਮੇਰੇ ਇਹੋ ਜਿਹੇ ਸੀਗੇ। ਤੋ ਫਿਰ ਮੈਂ ਜਾਣੀ 2 ਸਾਲ ਫਿਰ ਇੱਧਰ ਆਉਣਾ ਸੀਗਾ ਆਰਟਸ ਵੱਲ, ਮੈਂ ਉਹ ਛੱਡ ਛੱਡ ਆਇਆ ਸਾਰਾ ਕੁਝ, ਅਤੇ ਮੈਂ ਆਪਣੀ ਇੱਕ ਗਜ਼ਲ ਲੈ ਕੇ ਸੇਠੀ ਸਾਹਿਬ ਕੋਲ ਗਿਆ, ਅਤੇ ਉਹਨਾਂ ਮੇਰੇ ਗਜ਼ਲ ਪੜ੍ਹੀ ਅਤੇ ਮੇਰੇ ਵੱਲ ਬਹੁਤ ਗੁੱਸੇ ਨਾਲ ਦੇਖਿਆ, ਅਤੇ ਮੈਨੂੰ ਕਹਿੰਦੇ ਕਿੱਥੋਂ ਲਿਖ ਕੇ ਲਿਆਇਆ, ਮੈਨੂੰ ਬਹੁਤ ਜ਼ਿਆਦਾ ਗੁੱਸੇਖੋਰ ਬਹੁਤ ਸੀਗੇ, ਅਤੇ ਮੇਰੀ ਗਜ਼ਲ ਮੁਕਤੀ ਅਤੇ ਬਹੁਤ ਜਾਣੀ ਉਹਨਾਂ ਨੇ ਮੇਰੇ ਗੁੱਸੇ ਨਾਲ ਦੇਖਿਆ। ਤੋ ਮੈਂ ਆਪਣੀਆਂ ਨਮ ਅੱਖਾਂ ਲੈ ਕੇ ਮੁੜ ਆਇਆ, ਅਤੇ 3 ਦਿਨ ਤੋਂ ਸਾਡੀ ਕਲਾਸ 'ਚ ਆਏ ਅਤੇ ਉਹ ਕਹਿੰਦੇ ਕਿ ਕਹਿੰਦੇ ਇੱਕ ਚਿੱਠੀ ਲਿਖੋ ਕਿ ਤੁਹਾਡੇ ਤੁਹਾਡੇ ਦੋਸਤ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ, ਤੁਸੀਂ ਇੱਕ ਦਿਲਾਸੇ ਦੀ ਅਤੇ ਅਫਸੋਸ ਦੀ ਚਿੱਠੀ ਲਿਖੀ। ਅਤੇ ਮੈਂ ਉਹ ਚਿੱਠੀ ਲਿਖ ਕੇ ਅਤੇ ਮੈਂ ਉਹਨਾਂ ਨੂੰ ਦਿਖਾਉਣ ਗਿਆ, ਅਤੇ ਉਹ ਫਿਰ ਪੜ੍ਹ ਕੇ ਕਹਿੰਦੇ ਕਿ ਮੈਨੂੰ ਕਹਿੰਦੇ ਉਹ ਗਜ਼ਲ ਵੀ ਲੈ। ਖੁੱਲ ਗਿਆ ਕਿ ਇਹ ਮੌਲਿਕ ਕਵੀ ਆਪ ਹੀ। ਉਹਨਾਂ ਨੂੰ ਉਹ ਮੇਰਾ ਜਿਹੜੀ ਚਿੱਠੀ ਲਿਖੀ ਦੇਖ ਕੇ ਉਹਨੂੰ ਲੱਗਾ ਵੀ ਹਾਂ ਇਹ ਚਿੱਠੀ ਲਿਖ ਸਕਦਾ, ਇੱਦਾਂ ਦੀ ਗਜ਼ਲ ਵੀ ਲਿਖ ਸਕਦਾ। ਸੋ ਇਹ ਸਾਡੀ ਪਹਿਲੀ ਮੁਲਾਕਾਤ ਸੀ, ਪਰ ਉਸ ਤੋਂ ਬਾਅਦ ਜਾਣੀ ਸਾਡਾ ਬਹੁਤ ਜ਼ਿਆਦਾ ਉਹਨਾਂ ਦਾ ਨਿੱਘ ਆਪਣਾ ਤੌਰ ਮੇਰੇ 'ਤੇ ਆਸ਼ੀਰਵਾਦ ਰਹੀ। ਅਤੇ ਜਿਹੜਾ ਇਹ ਸਾਇੰਸ ਪੜ੍ਹਨ ਵਾਲਾ ਵਰਕਾ ਫਿਰ ਤੁਸੀਂ ਆਪ ਹੀ ਪੜ੍ਹਿਆ? ਆਪ ਪੜ੍ਹਿਆ ਇੱਦਾਂ ਕਿ ਮੈਂ ਸਾਇੰਸ ਦੀ ਕਲਾਸਾਂ 'ਚ ਜਾਂਦਾ ਰਿਹਾ, ਮੇਰਾ ਉਦੋਂ ਦਾਖਲਾ ਹੀ ਨਹੀਂ ਗਿਆ ਸੀ, ਫਿਰ ਮੈਂ ਸਾਇੰਸ 'ਚ ਜਾਂਦਾ ਰਿਹਾ, ਪਰ ਮੈਂ ਪੜ੍ਹਦਾ ਕਿਤਾਬਾਂ ਇਹ ਸੀ ਕਿ ਮੈਨੂੰ ਜਿੱਦਾਂ ਬੜੀ ਪਿਆਸ ਲੱਗੀ ਸੀ ਨਾ ਕਵਿਤਾ ਦੀ, ਸਾਡੇ ਘਰ ਕਿਤਾਬਾਂ ਸਿਰਫ ਥੋੜ੍ਹੀਆਂ ਸੀਗੀਆਂ ਕਿ ਗੁਰੂ ਨਾਨਕ ਚਮਤਕਾਰ, ਗੁਰੂ ਕਲਗੀਧਰ ਚਮਤਕਾਰ, ਅਤੇ ਉਹ ਕਿਤਾਬਾਂ ਮੁੱਕ ਗਈਆਂ ਸੀਗੀਆਂ, ਸਮਝ ਲਓ 8ਵੀਂ ਦੇ ਵਿੱਚ ਹੀ ਉਹ ਮੁੱਕ ਗਈਆਂ, ਅਤੇ ਮੈਨੂੰ ਸੀ ਕਿ ਮੈਨੂੰ ਕਿਤਾਬਾਂ ਤੋਂ ਉਹ ਮੈਨੂੰ ਇੰਨੀ ਜਾਣੀ ਪੜ੍ਹਨ ਦੀ ਸੀ ਭੁੱਖ ਕਿ ਮੈਂ ਜਾਣੀ ਰਣਧੀਰ ਕੌਰ ਕਪੂਰਥਲਾ ਦੀਆਂ ਬਹੁਤ ਕਿਤਾਬਾਂ ਅਤੇ ਖਾਸ ਕਰਕੇ ਕਵਿਤਾ ਦੀਆਂ ਕਿਤਾਬਾਂ ਅਤੇ ਮੇਰੇ ਜ਼ਰੂਰ ਮੇਰੇ ਹੱਥਾਂ ਨੇ ਉਹਨਾਂ ਨੂੰ ਜਾਣੀ ਮੈਨੂੰ ਉਹਨਾਂ ਦੀ ਜੋ ਪ੍ਰਾਪਤ ਹੋਈ। ਤਾਂ ਫਿਰ ਮੈਂ ਜਾਣੀ ਆਰਟਸ 'ਚ ਆਇਆ ਤਾਂ ਫਿਰ ਇਹ ਮੇਰਾ ਸਹੀ ਜਗ੍ਹਾ ਸੀ, ਉੱਥੇ ਮੈਂ ਚਲੋ ਬਹੁਤ ਮੈਨੂੰ ਮੈਂ ਇੱਥੇ ਇੱਥੇ ਪਟਿਆਲੇ ਪਾਤਰ ਸਾਹਿਬ ਤੁਹਾਨੂੰ ਦਲੀਪ ਕੌਰ ਟਿਵਾਣਾ ਜਾਂ ਉਹਦੇ ਵਰਗੇ ਹੋਰ ਲੇਖਕਾਂ ਨੇ ਖਿੱਚਿਆ? ਪਟਿਆਲੇ ਮੈਂ ਪਟਿਆਲਾ ਜਦੋਂ BA ਕੀਤੀ ਤੇ ਮੇਰੇ ਰਾਹ 'ਚ MA ਦੀਆਂ MA ਕਰਨ ਵਾਲੇ MA ਕਰਾਉਣ ਵਾਲੇ ਕਾਲਜ ਬਹੁਤ ਸੀਗੇ ਮੇਰੇ ਪਿੰਡ ਤੋਂ 13 ਕਿਲੋਮੀਟਰ ਤੇ ਜਲੰਧਰ ਸੀ, ਖਾਲਸਾ ਕਾਲਜ ਜਲੰਧਰ। ਤੇ ਮੇਰਾ ਦੋਸਤ ਵੀਰ ਸਿੰਘ ਰੰਧਾਵਾ ਕਹਿੰਦਾ ਕਿ ਆਪਾਂ ਘਰੋਂ ਰੋਟੀ ਖਾ ਕੇ ਜਾਇਆ ਕਰਾਂਗੇ, ਸਾਈਕਲਾਂ ਤੇ ਜਾਇਆ ਕਰਾਂਗੇ, ਸ਼ਾਮੀ ਘਰ ਕੇ ਖਾ ਲਿਆ ਕਰਾਂਗੇ, ਵੀ ਪੜ੍ਹਦੇ ਹਾਂ। ਤੂੰ ਉੱਥੇ ਵੀ ਨਹੀਂ, ਫਿਰ ਲੁਧਿਆਣੇ ਵੀ
मैं वीर सिंह भी नहीं मनिया मेरे नाल जान नूं, टॉस भी कीती, टॉस भी जलंधर दे हक च आ गई। अच्छा अच्छा सो मैं क्या भी मैं टॉस नूं नहीं मानदा ते मैं बस लई ते मैं कल्ला ही पटियाले चढ़ाया। सो पटियाले अच्छा। मेरे लिए पटियाले मेरा आना मिल लगा कि मेरे लिए बहुत वड्डी गल सी, मेरे लिए ज्ञान दा एडा दरवाजा खुलिया। कुछ तरह अध्यापकां दी जिन्हां दी कच्ची के दिलीप कौर टिवाणा सी, रणजीत अपने प्रेम प्रकाश दानश्वर तो बाकी अलावा तुम पता भूतवाड़ा सी उ मैं बाद च पता लगा बहुत सी। सो अज मैं उन्होंने सारिया बहुत अकीदत न मुहब्बत न याद करदा। ते मेरा भी जानी जिंदगी च यही सी कि मैं सोचा सी कि मैं अध्यापक ही बना। तेरे सवाल का दूसरा हिस्सा ये सी कि मैं मेरा अध्यापक के तौर पर, और मैं अध्यापक होने नूं बहुत माणिया, और मैनू इदां महसूस होंदा सी कि भी जिहड़ी मैं जिदा बहुत कुछ शायद मैं नहीं पढ़ना सी जे मैं अध्यापक ना प्यारा ਉਹਦੇ ਕੁਝ ਸਤਰਾਂ ਸੁਣਾਓ ਨਾ। ਮੈਂ ਪਿਆਰਾ ਮੈਂ ਪਿਆਰਾ ਮੇਰੀ ਯਾਨੀ ਪਿਆਰਾ ਮੇਰਾ ਉਹ ਵਿਦਿਆਰਥੀ ਸੀ ਪੀ ਏ ਯੂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜੀ ਜੀ ਤੇ ਉਹਦੀ ਚਲੋ ਬਾਅਦ ਚ ਉਹਨੂੰ ਮਾਰਿਆ ਗਿਆ ਉਹਦੀ ਹੱਤਿਆ ਹੋਈ। ਸੋ ਮੈਂ ਉਹਦੇ ਲਈ ਲਿਖਿਆ ਸੀ ਕਿ ਮੇਰਾ ਪਹਿਲਾਂ ਕਲਾਸ ਰੂਮ ਦਾ ਹੀ ਦ੍ਰਿਸ਼ ਹੈ ਕਿ ਜਿਹਨਾਂ ਨੂੰ ਮੈਂ ਕਦੇ ਕਵਿਤਾ ਪੜ੍ਹਾਉਂਦਾ ਸਾਂ ਜਿਨ੍ਹਾਂ ਨੂੰ ਮੈਂ ਕਦੇ ਕਵਿਤਾ ਪੜ੍ਹਾਉਂਦਾ ਸਾਂ ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਸਾਂ ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਸਾਂ ਤੇ ਜਿਹੜੇ ਪਿਆਰ ਦੀ ਕਵਿਤਾ ਕਦੀ ਸੁਣਦੇ ਤਾਂ ਇੱਕ ਦੂਜੇ ਨੂੰ ਤੱਕ ਕੇ ਮੇਥੋਂ ਚੋਰੀ ਮੁਸਕਰਾਉਂਦੇ ਸਨ ਤੇ ਕੋਈ ਨਜ਼ਮ ਜਦ ਤੇਵਰ ਬਦਲਦੀ ਸੀ ਤਾਂ ਉਹਨਾਂ ਨਿੱਤਰੇ ਨਿਰਮਲ ਤੇ ਲਹਿਰੇ ਚਿਹਰਿਆਂ ਉਤਲੇ ਬਦਲਦੇ ਰੰਗ ਮੈਨੂੰ ਦੱਸਦੇ ਸਨ ਸਰ ਅਸੀਂ ਕਵਿਤਾ ਸਮਝਦੇ ਹਾਂ। ਉਹਨਾਂ ਲਗਰਾਂ ਜਿਹੇ ਮੁੰਡਿਆਂ ਚੋਂ ਇੱਕ ਦਾ ਨਾਮ ਪਿਆਰਾ ਸੀ, ਉਹ ਸਭ ਦੀ ਅੱਖ ਦਾ ਤਾਰਾ ਸੀ। ਮੈਂ ਉਸ ਤਾਰੇ ਨੂੰ ਫਿਰ ਅਸਮਾਨ ਹੁੰਦਾ ਦੇਖਿਆ ਸੀ, ਮੈਂ ਪਿਆਰਾ ਜਵਾਨ ਹੁੰਦਾ ਦੇਖਿਆ ਸੀ। ਉਹ ਗਾਉਂਦਾ ਸੀ ਚਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ, ਮੈਂ ਉਸਦੀ ਆਵਾਜ਼ ਨੂੰ ਉੱਠਦੇ ਉਤਾਂ ਸੁਣਿਆ ਤੇ ਫਿਰ ਸੁਣਿਆ ਮੈਂ ਇੱਕ ਦਿਨ ਕੁਛ ਦਿਨਾਂ ਮਗਰੋਂ ਕਿ ਪਿਆਰੇ ਨੂੰ ਕਿਸੇ ਨੇ ਮਾਰ ਦਿੱਤਾ ਹੈ ਤੇ ਮੈਂ ਇਹ ਸੋਚਿਆ ਹੀ ਨਾ ਕਿ ਉਹੀ ਪਿਆਰਾ ਹੈ, ਇਹ ਕੋਈ ਹੋਰ ਹੋਵੇਗਾ, ਕੋਈ ਖੂੰਖਾਰ ਬਦਲੇ ਖੋਰ ਹੋਵੇਗਾ, ਕੋਈ ਡਾਕੂ ਜਾਂ ਕੋਈ ਚੋਰ ਹੋਵੇਗਾ, ਕਿ ਲਗਰਾਂ ਨੂੰ ਕਿਸੇ ਨੇ ਕਿ ਲਗਰਾਂ ਨੂੰ ਕਿਸੇ ਕਿਉਂ ਸਾੜਨਾ ਸੀ, ਕਿਉਂ ਪਿਆਰਾ ਕਿਸੇ ਕਿਉਂ ਮਾਰਨਾ ਸੀ ਤੇ ਮੈਂ ਇਹ ਸੋਚਿਆ ਹੀ ਨਾ ਕਿ ਉਹੀ ਪਿਆਰਾ ਸੀ ਜੋ ਗਾਉਂਦਾ ਸੀ ਤੇ ਕਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ, ਉਹ ਗਾਉਂਦਾ ਸੀ ਉਹ ਕਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ, ਇਸੇ ਗੱਲੋਂ ਖਫਾ ਹੋ ਕੇ ਹਨੇਰੇ ਦੇ ਖੁਦਾਵਾਂ ਨੇ ਪਿਆਰਾ ਮਾਰ ਦਿੱਤਾ ਸੀ ਤੇ ਹੁਣ ਇਸੇ ਗੱਲੋਂ ਖਫਾ ਹੋ ਕੇ ਹਨੇਰੇ ਦੇ ਖੁਦਾਵਾਂ ਨੇ ਪਿਆਰਾ ਮਾਰ ਦਿੱਤਾ ਸੀ ਤੇ ਹੁਣ ਜਦ ਵੀ ਕਦੇ ਲਗਰਾਂ ਜਿਹੇ ਮੁੰਡਿਆਂ ਨੂੰ ਮੈਂ ਕਵਿਤਾ ਪੜ੍ਹਾਉਂਦਾ ਹਾਂ, ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਹਾਂ ਤੇ ਮੈਨੂੰ ਜਾਪਦਾ ਹੈ ਇਹਨਾਂ ਵਿੱਚ ਪਿਆਰਾ ਵੀ ਬੈਠਾ ਹੈ ਤੇ ਮੈਂ ਕਵਿਤਾ ਪੜ੍ਹਾਉਂਦਾ ਥਿੜਕ ਜਾਣਾ ਸੋਚਦਾ ਹਾਂ ਕੀ ਪੜ੍ਹਾਉਂਦਾ ਹਾਂ ਤੇ ਮੈਂ ਕਵਿਤਾ ਪੜ੍ਹਾਉਂਦਾ ਥਿੜਕ ਜਾਂਦਾ ਸੋਚਦਾ ਹਾਂ ਕੀ ਪੜ੍ਹਾਉਂਦਾ ਹਾਂ, ਹਨੇਰੇ ਦੇ ਖੁਦਾਵਾਂ ਦੇ ਬੁਝਾਵਣ ਵਾਸਤੇ ਦੀਵੇ ਬਣਾਉਂਦਾ ਹਾਂ, ਹਨੇਰੇ ਦੇ ਖੁਦਾਵਾਂ ਦੇ ਬੁਝਾਵਣ ਵਾਸਤੇ ਦੀਵੇ ਬਣਾਉਂਦਾ ਹਾਂ, ਹਨੇਰੇ ਦੇ ਖੁਦਾਵਾਂ ਦਾ ਕਰਮਚਾਰੀ, ਹਨੇਰੇ ਮੰਦਰਾਂ ਦਾ ਮੈਂ ਪੁਜਾਰੀ, ਕਿ ਹਰ ਪਿਆਰੇ ਤੋਂ ਵੱਧ ਕੇ ਇਸ ਨੂੰ ਆਪਣੀ ਜਾਨ ਪਿਆਰੀ। ਵਾਹ, ਬਹੁਤ ਸ਼ਾਨਦਾਰ ਕਵਿਤਾ, ਔਰ ਖਾਸ ਤੌਰ ਤੇ ਅੱਜ ਦੇ ਦਿਨ ਇੱਕ ਅਧਿਆਪਕ ਔਰ
ਵਿਦਿਆਰਥੀ ਦੇ ਰਿਸ਼ਤੇ ਦੇ ਮੁਤਲਕ ਇਸ ਤੋਂ ਸੰਵੇਦਨਸ਼ੀਲ ਕੋਈ ਨਜ਼ਮ ਜੀ ਨਹੀਂ ਹੋ ਮੈਂ ਸਕਦੀ। ਤੇਰਾ ਇਸ ਨਜ਼ਮ ਨੂੰ ਜਦੋਂ ਵੀ ਮੈਂ ਕਿਤੇ ਪੜ੍ਹਾਉ ਤੂੰ ਉਹਨੂੰ ਯਾਦ ਕੀਤਾ, ਇਹ ਤੇਰੀ ਵੀ ਅਹਿਸਾਸਾਂ ਦੀ ਸਿਖਰ ਹੈ। ਹਾਂ ਮੈਂ ਮੇਰੀ ਹਾਂ ਮੈਂ ਹਾਂ ਮੈਂ ਪਾਤਰ ਸਾਹਿਬ ਖੁਦ ਜਦੋਂ ਇਸ ਨਜ਼ਮ ਨੂੰ ਪੜ੍ਹਾਉਂਦਾ ਮੈਂ ਮਤਲਬ ਵਿੱਚੋਂ ਚੋਕ ਹੋ ਜਾਂਦਾ ਉਹਨੂੰ ਪੜ੍ਹਦਿਆਂ ਹੋਇਆ, ਮਤਲਬ ਤੁਹਾਡੇ ਅੱਖਾਂ ਤਰ ਹੋ ਜਾਂਦੀਆਂ, ਤੁਹਾਡਾ ਮਨ ਬੰਦ ਹੋ ਜਾਂਦਾ। ਤੇ ਇਹ ਬਹੁਤ ਇਸ ਤਰ੍ਹਾਂ ਇੱਕ ਨਾਲ ਤੋਰਨ ਵਾਲੀ ਕਵਿਤਾ ਹੈ। ਤੇ ਤੁਹਾਡਾ ਬਹੁਤ ਸ਼ੁਕਰ ਕਿ ਤੁਸੀਂ ਮੇਰੇ ਕਹਿਣ ਤੇ ਇਹ ਕਵਿਤਾ ਸਾਨੂੰ ਸੁਣਾਈ। ਜਦੋਂ ਪਟਿਆਲੇ ਪਾਤਰ ਸਾਹਿਬ ਤੁਸੀਂ ਗਏ, ਤੁਹਾਡੀ ਫਿਰ ਉਹ ਜਵਾਨੀ ਦੀਆਂ ਬਹੁਤ ਸ਼ਾਨਦਾਰ ਕਵਿਤਾਵਾਂ ਜਿਹਨਾਂ ਵਿੱਚੋਂ ਮਤਲਬ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਵਰਗੀਆਂ ਚੀਜ਼ਾਂ ਪੈਦਾ ਹੋਈਆਂ, ਤੁਸੀਂ ਉੱਥੇ ਸ਼ਿਵ ਕੁਮਾਰ ਦੀ ਇੱਕ ਪੈਰੋਡੀ ਬਣਾਈ, ਉਹ ਮੈਨੂੰ ਸੁਣਾਓ ਜ਼ਰੂਰ, ਉਹ ਬੜੀ ਬੜੀ ਦਿਲਚਸਪ ਆ। ਅਸਲ ਜੀ ਸੀ ਕਿ ਉਦੋਂ ਪੂਰਾ ਇੱਕ ਮੈਂ ਕਵੀ ਦਰਬਾਰ ਬਣਾਇਆ ਸੀਗਾ ਜਿਹੜਾ ਮੂੰਹ ਜਾਣੀ ਸੀਗਾ, ਹੁਣ ਬਹੁਤ ਸਾਰਾ ਭੁੱਲ ਗਿਆ, ਲੇਕਿਨ ਉਹਦੇ ਵਿੱਚ ਯਾਨੀ ਮੈਂ ਸਟੇਜ ਸਕੱਤਰ ਹਰਚੰਦ ਸਿੰਘ ਹੁਣ ਬਣਾਇਆ ਸੀਗਾ, ਯਾਨੀ ਮੈਂ ਅੱਛਾ ਤੇ ਉਹ ਉਮਰ ਏਦਾਂ ਦੀ ਸੀਗੀ ਯਾਨੀ ਤੋ ਉਹ ਚ ਗਿਆਨੀ ਲਾਲ ਸਿੰਘ ਪ੍ਰਧਾਨ ਬਣਾਏ ਸੀ, ਉਹ ਪੂਰਾ ਇੱਕ ਕਵੀ ਦਰਬਾਰ। ਅੱਛਾ ਤੇ ਉਹਦੇ ਵਿੱਚ ਇਹਦੇ ਰਚਨਾਕਾਰ ਪੂਰੇ ਤੁਸੀਂ ਸੀ ਇਕੱਲੇ ਕਿ ਕੋਈ ਨਾਲ ਮਿਲੇ ਵੀ ਸੀ ਸਾਥੀ ਸਾਰੇ? ਰਚਨਾ ਮੈਂ ਕੀਤੀ ਸੀ, ਮੈਂ ਤਾਂ ਨੀਚੇ ਚੋਰੀ ਚੋਰੀ ਨੂੰ ਰਚਨਾ ਕਰਦਾ ਰਿਹਾ। ਕਵੀ ਉਹ ਜਿਹਨਾਂ ਨੂੰ ਕਵੀ ਜਿਹਨਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਉਹਨਾਂ ਦੀਆਂ ਪੈਰੋਡੀਆਂ ਸੀ। ਨਹੀਂ ਨਹੀਂ ਇਸ ਤਰ੍ਹਾਂ ਹੀ ਹੁੰਦਾ, ਉਹ ਤਾਂ ਮਤਲਬ ਕਿਉਂਕਿ ਸਾਡਾ ਸੰਬੰਧ ਇਸ ਤਰ੍ਹਾਂ ਦੇ ਹੁੰਦੇ ਕਿ ਆਪਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ, ਉਹਦੇ ਚ ਮਜ਼ਾ ਆਉਂਦਾ। ਮੈਂ ਤਾਂ ਉਹ ਉਸ ਲਈ ਤੁਹਾਨੂੰ ਯਾਦ ਕਰਵਾਇਆ ਕਿ ਮੈਂ ਯਾਨੀ ਹਰਭਜਨ ਸਿੰਘ ਦੀ ਕਵਿਤਾ ਮੈਂ ਦੋ ਕਵਿਤਾ ਮੈਨੂੰ ਯਾਦ ਨੇ, ਬਾਕੀ ਸਾਰੀਆਂ ਭੁੱਲ ਗਈਆਂ। ਹਾਂ ਨਹੀਂ ਸੁਣਾਓ ਜਿੰਨਾ ਯਾਦ ਆਉਣਾ ਸੁਣਾਓ। ਉਹਨਾਂ ਦੀ ਕਵਿਤਾ ਹੁੰਦੀ ਸੀ ਕਿ ਮੈਂ ਤੈਥੋਂ ਵਿਛੜ ਕੇ ਜਦ ਆਖਰੀ ਵਾਰੀ ਮੈਂ ਆਪਣੇ ਕੋਲ ਮੁੜਿਆ ਆ ਰਿਹਾ ਸੀ, ਇਸ ਤਰ੍ਹਾਂ ਕਵਿਤਾ ਸੀ। ਤੇ ਮੈਂ ਉਹਦੇ ਵਿੱਚ ਇਹ ਬਣਾਇਆ ਸੀ ਕਿ ਜਦੋਂ ਤੈਥੋਂ ਵਿਛੜ ਕੇ ਆਖਰੀ ਵਾਰੀ ਮੈਂ ਆਪਣੇ ਪਿੰਡ ਮੁੜਿਆ ਆ ਰਿਹਾ ਸੀ, ਮੇਰੇ ਸਾਈਕਲ ਦਾ ਘੰਟੀ ਤੋਂ ਬਿਨਾਂ ਸਭ ਕੁਛ ਖੜਕਦਾ ਸੀ, ਨਾ ਮੇਰੇ ਵਿੱਚ ਕੋਈ ਫੂਕ ਬਾਕੀ ਸੀ, ਨਾ ਮੇਰੇ ਸਾਈਕਲ ਦੇ ਪਹੀਆਂ ਵਿੱਚ। ਤੇ ਮੈਂ ਇੱਕ ਗੱਲ ਅਚੇਤੇ ਜਾਣਦਾ ਸਾਂ ਕਿ ਸਾਈਕਲ ਦਾ ਤਾਂ ਸ਼ਾਇਦ ਫੂਕ ਵਾਜੋਂ ਸਾਰੀ ਸਕਦਾ ਹੈ, ਬੰਦੇ ਦਾ ਨਹੀਂ ਸਕਦਾ। ਜਦਕਿ ਅਸੀਂ ਡਾਕਟਰ ਸਾਹਿਬ ਬਹੁਤ ਜ਼ਿਆਦਾ ਮੈਂ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ, ਪਿਆਰ ਉਹ ਆਪਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਉਹ ਆਪਾਂ ਸਾਰੇ ਆਪਣੇ ਅਦਬ ਤੇ ਪਿਆਰ ਦੇ ਪਾਤਰ। ਮਾਏ ਨਹੀਂ ਮੈਨੂੰ ਗਮ ਦਾ ਸੂਟ ਸਮਾ ਦੇ, ਹੰਝੂਆਂ ਦੇ ਕਾਲਰ ਆਹਾਂ ਦੇ ਕਾਲਰ ਤੇ ਹੰਝੂਆਂ ਦੀ ਝਾਲਰ ਵਿੱਚ ਬਟਨ ਬੰਨ ਦੇ ਲਾ ਦੇ, ਮਾਏ ਨਹੀਂ ਮੈਨੂੰ ਗਮ ਸੂਟ ਸਮਾ ਦੇ। ਸੋ ਇਸ ਤਰ੍ਹਾਂ ਦੀ ਉਹ ਚੀਜ਼ ਸੀ। ਇਹ 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 ਪੈਰੋਡੀ ਜਿਹੜੀ ਨਜ਼ਮ ਸੀ ਇਹ ਸ਼ਿਵ ਕੁਮਾਰ ਤੱਕ ਪਹੁੰਚੀ ਵੀ ਕਦੇ ਕਿ ਤੁਹਾਡੇ ਕੋਲ ਹੀ ਰਹਿ ਗਈ? ਮੇਰੇ ਤੋਂ ਮਤਲਬ ਸੀ, ਜਦੋਂ ਮੈਂ ਯਾਦ ਆ ਵੀ ਇੱਕ ਵਾਰੀ ਮੈਂ ਲਿਖਿਆ ਸ਼ਿਵ ਕੁਮਾਰ ਨੇ ਮੇਰੀਆਂ 7 ਮੁਲਾਕਾਤਾਂ, ਉਹ ਚ ਮੈਂ ਇਹ ਮੈਨਸ਼ਨ ਨਹੀਂ ਕੀਤਾ ਵੈਸੇ, ਪਰ ਮੈਂ ਉਹ ਉੱਥੇ ਬਹੁਤ ਮੈਂ ਇੱਕ ਰਾਤ ਅਸੀਂ ਜਾਣੀ ਸ਼ਿਵ ਹੋਣਾ ਦੇ ਘਰ ਰਹੇ ਹਾਂ, ਮੈਂ ਤੇ ਰਣਜੀਤ ਬਾਜਵਾ ਮੇਰਾ ਦੋਸਤ ਹੈ ਨਾ, ਤੋ ਮੈਂ ਉਹਨੂੰ ਮੈਂ ਖੁਦ ਨੇ ਉਹ ਸਾਰੀਆਂ ਗੱਲਾਂ ਚੱਲੀਆਂ। ਸੋ ਮੇਰੀ ਆਪਣੀ ਗਜ਼ਲ ਦੀ ਮੈਂ ਬਣਾਈ ਵੀ ਕੋਈ ਕੇਤਲੀ ਚੋਂ ਡੁੱਲ ਗਿਆ ਚਾਹ ਬਣ ਕੇ, ਹਨਾ ਸਾਡੇ ਵਿਖਰਿਆ ਸਵਾਹ ਬਣ ਕੇ, ਯਾਨੀ ਏਦਾਂ ਵੀ ਉਹ ਬਿਲਕੁਲ ਬਿਲਕੁਲ। ਸੋ ਇਹੀ ਦੌਰ ਸੀਗਾ, ਸੋ ਉਸ ਵੇਲੇ ਦੀਆਂ ਇਹ ਚੀਜ਼ਾਂ ਨੇ। ਇਹ ਅਸਲ ਚ ਮੈਂ ਗੱਲ ਤਾਂ ਛੇੜੀ ਸੀ ਕਿ ਮੈਂ ਆਪ ਸਹਿਜ ਹੋ ਸਕਾਂ ਤੁਹਾਡੇ ਨਾਲ, ਜਿਹੜੀ ਅੱਗੇ ਹੋਰ ਆਪਾਂ ਅੱਧਾ ਪੌਣਾ ਘੰਟਾ ਗੱਲ ਕਰਨੀ ਹੈ, ਉਹਦੇ ਚ ਫਿਰ ਮੈਂ ਆਪ ਸੌਖਾ ਰਹਾਂ। ਜੀ ਜੀ। ਅੱਛਾ ਪਾਤਰ ਸਾਹਿਬ ਤੁਸੀਂ ਇਹ ਦੱਸੋ ਕਿ ਤੁਸੀਂ ਕਵਿਤਾ ਲਿਖਦੇ ਕਿਸ ਤਰ੍ਹਾਂ ਹੋ? ਹਰ ਕਵੀ ਦਾ ਆਪਣਾ ਇੱਕ ਅੰਦਾਜ਼ ਤਰੀਕਾ ਹੁੰਦਾ, ਜਿਹੜੀ ਕਵਿਤਾ ਇੱਕ ਨਹੀਂ ਸ਼ਾਨਦਾਰ ਕਵਿਤਾ ਬਣ ਕੇ ਸਾਡੇ ਸਾਰੇ ਪੰਜਾਬੀਆਂ ਕੋਲ ਆਉਂਦੀ, ਉਹ ਕਵਿਤਾ ਬਣਦੀ ਕਿਵੇਂ ਤੁਹਾਡੇ ਨਜ਼ਦੀਕ, ਕਿਵੇਂ ਪੈਦਾ? ਇਸ ਤਰ੍ਹਾਂ ਗੁਰਦੇ ਮੈਂ ਬਹੁਤ ਸਾਲ ਤਾਂ ਕਵੀ ਬਣਨ ਲਈ ਤਰਲੇ ਲੈ, ਮੈਂ ਸਮਝਦਾ ਕਿ ਮੈਂ ਚੌਥੀ ਜਮਾਤ ਤੋਂ ਹੀ ਮੈਂ ਲਿਖਿਆ ਕਿ ਮੈਂ ਖੂਬ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿੱਥੇ ਮਿੱਟੀ ਆਈ ਜਾਂਦੀ ਸੀ, ਅਤੇ ਚਲੋ ਮੈਟ੍ਰਿਕ 'ਚ ਵੀ ਮੈਂ ਕੁਛ ਲਿਖਿਆ, ਫਿਰ ਮੈਂ ਕਾਲਜ ਚਲਾ ਗਿਆ, ਫਿਰ ਮੈਂ ਕੁਛ ਲਿਖਿਆ ਅਤੇ ਗੀਤ ਵੀ ਕੁਛ ਇੱਦਾਂ ਦੇ ਲਿਖੇ, ਪਰ ਮੈਨੂੰ ਲੱਗਿਆ ਨਹੀਂ ਵੀ ਉਹ ਕਵਿਤਾ ਬਣ ਗਈ ਆ। ਪਰ ਜਦੋਂ ਮੈਨੂੰ ਪਹਿਲੀ ਵਾਰ ਲੱਗਾ ਕਿ ਮੈਂ ਇਹ ਕਵਿਤਾ ਵਰਗੀ ਇਹ ਕੁਛ ਮੇਰੇ ਖੂਹ ਤੋਂ ਸ਼ਾਇਦ ਪਾਣੀ ਆ ਗਿਆ, ਤਾਂ ਉਹ ਇੱਕ ਨਜ਼ਮ ਗਾਇਕਾ ਸੀ ਜਿਹੜੀ ਪ੍ਰੀਤ ਲੜੀ, ਮੈਂ ਪਹਿਲਾਂ ਕਵਿਤਾਵਾਂ ਭੇਜੀਆਂ ਪ੍ਰੀਤ ਲੜੀ ਨੂੰ, ਮੇਰੀਆਂ ਕਵਿਤਾਵਾਂ ਦੋ ਵਾਰੀ ਮੁੜ ਆਈਆਂ ਵਾਪਸ ਕਿ ਅਸੀਂ ਖੁਸ਼ੀ ਨਹੀਂ ਲੈ ਸਕਾਂਗੇ,
ਪਰ ਤੀਸਰੀ ਵਾਰ ਮੈਨੂੰ ਤੀਸਰੀ ਵਾਰੀ ਮੈਨੂੰ ਬਹੁਤ ਪਿਆਰਾ ਖਤ ਆਇਆ ਨਿਤੇਜ ਹੁਣਾਂ ਦਾ, ਕਹਿੰਦੇ ਤੂੰ ਆਪਣੀਆਂ ਦੋ ਤਿੰਨ ਕਿਤਾਬਾਂ ਹੋਰ ਭੇਜ, ਮੈਂ ਪੂਰਾ ਸਫ਼ਾ ਤੇਰਾ ਛਾਪਣਾ ਚਾਹੁੰਦਾ। ਤੇ ਉਹ ਫਿਰ ਸੰਨ 64 ਵਿੱਚ 1964 ਵਿੱਚ ਪ੍ਰੀਤ ਲੜੀ ਵਿੱਚ ਮੇਰੀਆਂ ਇੱਕ ਪੂਰਾ ਸਫ਼ਾ, ਤੇ ਉਦੋਂ ਮੈਂ ਅਜੇ ਪਾਤਰ ਵੀ ਨਹੀਂ ਬਣਿਆ ਸੀਗਾ, ਤੇ ਉਹਨਾਂ ਨੇ ਪੱਤਣ ਮੇਰਾ, ਉਹਨਾਂ ਨੂੰ ਪੱਤਰ ਪਸੰਦ ਨਹੀਂ ਸੀ, ਉਹਨਾਂ ਨੇ ਸੁਰਜੀਤ ਪੱਤਣ ਤੇ ਮੇਰੀਆਂ ਨਾਂ ਤੇ ਉਹ ਕਿਤਾਬਾਂ ਛਾਪੀਆਂ, ਉਹਨਾਂ ਦਾ ਪੇਜ ਮੈਂ ਫੋਟੋ ਕਰਕੇ ਰੱਖਿਆ ਹੋਇਆ। ਤੋ ਮੈਂ ਉਹ ਤੋਂ ਬਾਅਦ ਇੱਦਾਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਮੈਨੂੰ, ਮੈਂ ਜਦੋਂ ਵੀ ਯਾਦ ਕਰਦਾ ਕਿ ਮੈਂ ਕਿਹੜੀ ਕਵਿਤਾ ਕਿੱਦਾਂ ਲਿਖੀ ਸੀ, ਤੇ ਮੈਨੂੰ ਕੁਛ ਕਵਿਤਾਵਾਂ ਇੱਦਾਂ ਯਾਦ ਆਉਂਦੀਆਂ ਕਿ ਜਿਵੇਂ ਮਿਸਾਲ ਤੌਰ ਤੇ ਮੈਂ ਆਮ ਤੌਰ ਤੇ ਗੱਲ ਕਰਦਾ ਹੁੰਦਾ ਕੁਛ ਕਿਹਾ ਤਾਂ ਹਨੇਰਾ, ਤੇਰੇ ਨਾਲ ਵੀ ਮੈਂ ਸ਼ੇਅਰ ਕਰ ਚੁੱਕਾ ਕਿ ਮੈਂ ਜਦੋਂ ਕਿ ਬਹੁਤ ਵਾਰੀ ਕਵਿਤਾ ਇੱਦਾਂ ਆਉਂਦੀ ਕਿ ਮੈਨੂੰ ਇੱਕ ਪਲ ਪਹਿਲਾਂ ਮੇਰੇ ਮਨ ਚ ਕੋਈ ਇੱਦਾਂ ਨਹੀਂ ਕਿ ਮੈਂ ਕਵਿਤਾ, ਕਈ ਵਾਰ ਦੋ ਤਰ੍ਹਾਂ ਦੇ ਤਰੀਕੇ ਹੋ ਸਕਦੇ ਕਵਿਤਾ। ਸੋ ਮੈਨੂੰ ਇਹੋ ਯਾਦ ਹੈ ਕਿ ਮੈਂ ਪੁਰਾਣੀਆਂ ਕਚਹਿਰੀਆਂ ਚੋਂ ਲੰਘ ਕੇ ਆ ਰਿਹਾ, ਸ਼ਾਮ ਪਈ ਆ ਲੁਧਿਆਣੇ ਦੀਆਂ, ਤੇ ਵਕੀਲਾਂ ਦੇ ਖੋਖੇ ਆ, ਸਿਰਫ ਕਚਹਿਰੀ ਬੰਦ ਹੋ ਚੁੱਕੀ ਆ, ਤੇ ਅਦਾਲਤ ਦੀ ਇਮਾਰਤ ਹੈ, ਤੇ ਜਾਂ ਮੂੰਹ ਹਨੇਰੇ ਚ ਕੁਛ ਮੁੱਖ ਖੜੋਤੇ ਆ। ਸੋ ਮੇਰੇ ਮਨ ਚ ਜਾਣੀ ਇਹੀ ਤਰ੍ਹਾਂ ਇੱਦਾਂ ਹੀ ਆਈਆਂ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਸੁਣਦੇ ਆ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਕੀ ਕਿੱਥੇ ਖੜੇ ਰਹਿਣਗੇ। ਔਰ ਮੇਰੇ ਕੋਲ ਕੋਈ ਕਾਗਜ਼ ਪੈਨਸਲ ਵੀ ਨਹੀਂ ਸੀਗਾ, ਮੈਨੂੰ ਯਾਦ ਆ ਕਿ ਮੈਂ ਤੁਰਿਆ ਆਉਣਾ ਉਦੋਂ, ਜਾਣੀ ਲੁਧਿਆਣਾ ਬਹੁਤ ਰਸ਼ ਵਾਲਾ ਸ਼ਹਿਰ ਨਹੀਂ ਸੀਗਾ, ਤੋ ਮੈਂ ਘੁਮਾਰ ਮੰਡੀ ਚੋਂ ਲੰਘਿਆ, ਜੋਰ ਸੜਕ ਤੋਂ ਲੰਘਿਆ, ਔਰ ਮੈਂ ਗੇਟ ਨੰਬਰ 3 ਤੋਂ ਸਿੱਧਾ ਆਇਆ। ਤੋ ਤਦ ਤੱਕ ਇਹ ਮੇਰੀ ਜਿਹੜੀ ਗਜ਼ਲ ਸੀ ਮੇਰੇ ਮਨ 'ਚ ਪੂਰੀ ਮੁਕੰਮਲ ਇਸ ਤੱਕ ਹੋ ਸੀ, ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਬਲੇਗਾ, ਦੀਵਾ ਜਗੇਗਾ ਕਬਰ ਤੇ ਜੇ। ਸੋ ਇਹੋ ਗਜ਼ਲ ਇੱਕ ਤਰ੍ਹਾਂ ਉਹ ਸ਼ਾਮ ਮੈਂ ਘਰ ਆਪਣੇ ਕਮਰੇ 'ਚ ਆ ਕੇ ਨੋਟ ਕੀਤੀ ਆ। ਸੋ ਮੈਂ ਇਸ ਗਜ਼ਲ ਨੂੰ ਮੈਂ ਇੱਦਾਂ ਸਮਝਦਾ ਕਿ ਹੁਣ ਇਹ ਕਿ ਇਹ ਲਿਖਣ, ਮੈਂ ਜਾਣੀ ਇਸ ਤੋਂ ਬਾਅਦ ਇੱਕ ਸ਼ਬਦ ਬਦਲਿਆ, ਜਦੋਂ ਮੈਂ ਲਿਖੀ ਸੀ ਇਹਦੇ ਵਿੱਚ ਲਿਖਿਆ ਸੀਗਾ ਮੈਂ ਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਟੀ ਲਈ, ਪਰ ਮੈਂ ਦੂਏ ਦਿਨ ਪੜ੍ਹਦਿਆਂ ਮੈਂ ਕਿਹਾ ਨੀ ਮੈਨੂੰ ਰੋਜ਼ੀ ਲਈ ਮੈਨੂੰ ਜ਼ਿਆਦਾ ਅੱਛਾ ਲਫ਼ਜ਼ ਲੱਗਦਾ। ਸੋ ਮੇਰੇ ਕੁਛ ਅਨੁਭਵ ਇੱਦਾਂ ਦੇ ਨੇ ਜਿਹੜੇ ਇਹ ਸੀ, ਜਾਂ ਮੈਂ ਜਿੱਦਾਂ ਮੇਰੀ ਇਹ ਗਜ਼ਲ ਹੈ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ ਫੁੱਲੀਆਂ ਹੋਈਆਂ ਥਾਵਾਂ, ਤੇ ਇਹ ਮੈਨੂੰ ਯਾਦ ਹੈ ਕਿ ਮੈਂ ਸੁਰਿੰਦਰ ਸੀਰਾ ਕੋਲ ਲੰਡਨ ਠਹਿਰਿਆ ਹੋਇਆ ਸੀਗਾ, ਤੇ ਇੱਕ ਰਾਤ ਪਹਿਲਾਂ ਅਸੀਂ ਕਿਸੇ ਗੱਲ ਤੇ ਬਹੁਤ ਬਹਿਸ ਹੁੰਦੀ ਰਹੀ ਸਾਡੀ, ਪੰਜਾਬ ਦੀ ਸਮੱਸਿਆ, ਤੇ ਅਸੀਂ ਕਾਫੀ ਦੋਸਤ ਸੀਰੇ ਦੇ ਘਰ ਸੀਗੇ, ਜਿਹਨੇ ਇੱਕ ਸੈਮੀਨਾਰ ਸੀ, ਸੈਮੀਨਾਰ ਵਿੱਚ ਵੀ ਡਿਸਕਸ਼ਨ ਸੀਗੀਆਂ ਬਹੁਤ ਸਾਰੀਆਂ, ਤੇ ਮੈਨੂੰ ਯਾਦ ਹੈ ਕਿ ਮੈਂ ਬਹੁਤ ਵੱਡੇ ਬਹੁਤ ਬੇਚੈਨ ਕਿਸਮ ਦੀਆਂ ਬਹਿਸਾਂ ਸੀਗੀਆਂ, ਤੇ ਸੌਂਦੇ ਪਰ ਮੈਨੂੰ ਮੇਰੀ ਬਹੁਤ ਵੱਡੇ ਤੜਕੇ ਜਿਹੜੀ ਆ ਉਹ ਨੀਂਦ ਮੇਰੀ ਟੁੱਟੀ, ਤੇ ਮੈਨੂੰ ਯਾਦ ਹੈ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ, ਇਹ ਨਜ਼ਮ ਇੱਕਵੇਂ ਨਜ਼ਮ ਸੀ ਕਿ ਤੇਰੀ ਹਰ ਨਜ਼ਮ ਪਾਤਰ ਵਿਕ ਗਈ ਹੈ, ਤੇਰੇ ਗੀਤਾਂ ਦਾ ਸੌਦਾ ਹੋ ਗਿਆ ਹੈ, ਤੇਰੀ ਪਰਵਾਜ਼ ਤੋਂ ਖੁਸ਼ ਇਹ ਮੈਨੂੰ ਭੁੱਲ ਚੱਲਣੀ ਸੀ ਗੱਲ, ਮੇਰੇ ਮਨ 'ਚ ਸੀ ਇਹ ਨਜ਼ਮ, ਇਹਦੇ ਪਿੱਛੇ ਕੀ ਸੀ? ਇਹਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਕਿ ਜਿਹੜੀਆਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਆਪਣੇ ਆਪ ਨੂੰ ਸਵਾਲ ਕਰਦੇ ਹੋ, ਆਪਣੇ ਆਪ ਨਾਲ ਇੱਕ ਉਹਦੇ ਅੰਦਰ ਜਿਹੜਾ ਕਸ਼ਮਕਸ਼ ਸੰਤਾਪ ਚੱਲਦਾ ਪਿਆ, ਇਹਦੇ ਪਿੱਛੇ ਕੀ ਕਹਾਣੀ ਸੀ, ਕੀ ਸੀ? ਵੈਸੇ ਤਿੰਨੇ ਜਿਹੜੇ ਨਜ਼ਮਾਂ ਸੀਗੀਆਂ ਇਹਨਾਂ ਦਾ, ਇਹਦੀ ਇੱਕ ਤਾਂ ਪੰਜਾਬ ਸਮੱਸਿਆ ਦਾ ਪਿਛੋਕੜ ਸੀਗਾ, ਕਿ ਦੂਆ ਸੀ ਕਿ ਮੈਂ ਕਹਿੰਦਾ ਕਿ ਮਾਰੂ ਥਲ ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ, ਪਰ ਉੱਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਵਾਂ, ਕਿ ਉਹ ਇੱਕ ਜਿੱਦਾਂ ਉਹ ਕੁਛ ਪਰਦੇਸੀ ਵੀ ਐਂ ਸੋਚਦੇ ਆ ਕਿ ਅਸੀਂ ਜਿੱਥੇ ਸਾਡੀਆਂ ਰਾਵਾਂ ਸੀ ਉਹ ਅਸੀਂ ਰਾਵਾਂ ਉਹ ਤਾਂ ਧਰਤੀ ਛੱਡ ਆਏ ਹਾਂ, ਹੁਣ ਸਾਡੇ ਅਸੀਂ ਪੈਰ ਅਸੀਂ ਲੈ ਆਏ ਇੱਥੇ, ਲੇਕਿਨ ਸਾਡੀਆਂ ਰਾਵਾਂ ਉੱਥੇ ਨੇ, ਜਾਂ ਮਾਰੂ ਥਲ ਚੋਂ ਭੱਜ ਆਇਆ ਮੈਂ ਆਪਣੇ ਪੈਰ ਕਿ ਮੈਂ ਸਾਗਰ ਦੇ ਕੰਢੇ ਬੈਠਾ ਕੋਰੇ ਕਾਗਜ਼ ਲੈ ਕੇ, ਉਧਰ ਮਾਰੂ ਥਲ ਮੈਨੂੰ ਟੋਲਦੀਆਂ ਕਵਿਤਾਵਾਂ। ਸੋ ਇਹਨਾਂ ਦਾ ਪਿਛੋਕੜ ਇੱਕ ਤਰ੍ਹਾਂ ਇਹੀ ਸੀਗਾ ਕਿ ਜਿੱਦਾਂ ਜਦੋਂ ਅਸੀਂ ਪ੍ਰਦੇਸ਼ ਜਾਂਦੇ ਹਾਂ
ਤਾਂ ਸਾਡੇ ਮਨ 'ਚ ਕਦੀ ਕਦੀ ਇੱਦਾਂ ਦਾ ਵੀ ਗੁਨਾਹ ਦਾ ਅਹਿਸਾਸ ਵੀ ਆਉਂਦਾ ਕਈ ਵਾਰੀ ਕਿ ਅਸੀਂ ਇੱਥੇ ਬੈਠੇ ਹਾਂ, ਅੱਗ ਉੱਥੇ ਅੱਗ ਬਲ ਰਹੀ ਆ ਜਾਂ ਅਸੀਂ ਸੋਚ ਰਹੇ ਹਾਂ। ਸੋ ਇੱਦਾਂ ਦਾ ਵੀ ਸੀ। ਦੂਜਾ ਇਹ ਵੀ ਸੀ ਕਿ ਕੁਛ ਇੱਦਾਂ ਗੱਲਾਂ ਹੁੰਦੀਆਂ ਕਿ ਜੋ ਕੁਛ ਬੰਦੇ ਪ੍ਰਦੇਸ਼ ਤੋਂ ਫਿਰ ਮੁੜਦੇ ਆ, ਯਾਨੀ ਬਹੁਤ ਸਾਰੀ ਟੈਨਸ਼ਨ ਇਹੀ ਸੀ ਕਿ ਜਿੱਦਾਂ ਉੱਥੇ ਆਉਂਦਾ ਕਿ ਬੜਾ ਚਿਰ ਹੱਸਿਆ ਸੋਨੇ ਦਾ ਜੰਗਲ, ਜਦੋਂ ਇਹ ਆਸ ਲੱਗਿਆ ਮੈਂ ਪਰਤਣ ਕਿ ਤੇਰੇ ਚਾਂਦੀ ਰੰਗੇ ਕੰਡਿਆਂ ਵਿੱਚ ਮੇਰੀ ਪਗੜੀ ਪਗੜੀ ਦਾ ਸ਼ਮਲਾ ਅੜਕਦਾ ਮੇਰਾ ਮੇਰੀ ਪਗੜੀ ਦਾ ਸ਼ਮਲਾ ਅੜਕਦਾ ਹੈ। ਉਹਨਾਂ ਦੇ ਪਾਉਂਡ ਤਾਂ ਜਿੰਨੇ ਵੀ ਸਨ ਪਰ ਰੁਪਈਆਂ ਵਿੱਚ ਜਦੋਂ ਵਾਦ ਹੋਏ, ਮਹਿੰਗੇ ਨਿਕਲੇ ਚੰਨ ਤਾਰਿਆਂ ਤੋਂ ਤੇ ਸੂਰਜ ਉੱਠਦੇ ਪਲੜੇ ਤੁਲ ਗਿਆ ਹੈ। ਜਿਹੜੀ ਬਹੁਤੀ ਟੈਨਸ਼ਨ ਪ੍ਰਦੇਸ਼ ਸੀ ਸੀ ਕੁਛ ਮੇਰੀਆਂ ਨਿੱਜੀ ਮੇਰਾ ਨਿੱਜੀ ਇਸ ਬਿਲਕੁਲ ਸਾਰੇ ਦੇ ਵਿੱਚ ਔਰ ਪਾਤਰ ਸਾਹਿਬ ਦੀ ਭੂਮਿਕਾ। ਸੋ ਇਹ ਸਵੇਰ ਮੈਂ ਤਿੰਨ ਚਿੱਠੀਆਂ ਲਿਖੀਆਂ ਸੀ, ਮੈਂ ਉਹ ਗੱਲ ਪੂਰੀ ਕਰ ਰਿਹਾ ਕਿ ਇੱਕ ਸੀ ਕਿ ਦੁੱਖਾਂ ਪਿਆ ਦਿਲ ਪੈਮਾਨਾ ਛੱਡ ਪਰੇ, ਕੀ ਇਹ ਹਸਤੀ ਦਾ ਮਖਾਨਾ ਛੱਡ ਪਰੇ, ਤੇ ਫਿਰ ਸੀਗਾ ਕਿ ਛੱਡ ਪਰੇ ਪੰਛੀ ਦਾ ਦਿਲ ਕੰਬੇ ਤੇਰੇ ਹੱਥ ਕੰਬਣ, ਇੱਥੋਂ ਲੱਗਣਾ ਨਹੀਂ ਨਿਸ਼ਾਨਾ ਛੱਡ ਪਰੇ। ਸੋ ਇਹ ਤਿੰਨ ਚੀਜ਼ਾਂ ਇੱਕ ਸਵੇਰ ਦੀਆਂ ਨੇ, ਪਰ ਕੁਛ ਨਾ ਸਮਾਂ ਐਂ ਵੀ ਆ ਕਿ ਜਿਹਨਾਂ 'ਚ ਮੈਂ ਬਹੁਤ ਜਿਹੜੀਆਂ ਅੱਧੀਆਂ ਲਿਖੀਆਂ ਗਈਆਂ ਫਿਰ ਮੈਂ ਉਹਨਾਂ ਨੂੰ ਅੱਧੀਆਂ ਨੂੰ ਸੋਚਦਾ ਰਿਹਾ ਕਿ ਕਦ ਕਿੱਦਾਂ ਤੁਰਨਗੀਆਂ ਜਾਂ ਸੋ ਇੱਦਾਂ ਦੇ ਮੇਰੇ ਦੋਨਾਂ ਤਰ੍ਹਾਂ ਦੇ ਅਨੁਭਵ ਮੇਰੇ ਲਿਖਣ ਦੇ ਆ। ਜਦੋਂ ਤੁਸੀਂ ਕਵਿਤਾ ਲਿਖ ਲੈਂਦੇ ਹੋ ਸਭ ਤੋਂ ਪਹਿਲਾਂ ਕਿਹਨੂੰ ਸੁਣਾਉਣ ਦਾ ਮਨ ਹੁੰਦਾ ਜਾਂ ਤੁਸੀਂ ਸੁਣਾਉਂਦੇ ਹੋ? ਮੈਂ ਕਵਿਤਾ ਬਹੁਤ ਦੇਰ ਨਾਲ ਸੁਣਾਉਣਾ ਮੈਨੂੰ, ਮੈਂ ਬਹੁਤ ਵਾਰੀ ਉਹਨੂੰ ਮਤਲਬ ਜਿੱਦਾਂ ਹੁਣ ਮੇਰੀਆਂ ਕਈ ਕਵਿਤਾਵਾਂ ਨੇ ਜਿਹੜੀਆਂ ਸਿਰਫ ਛਪੀਆਂ ਹੀ, ਜਿੱਦਾਂ ਹੁਣ ਜਦੋਂ ਮੈਂ ਕਿਤਾਬ ਛਾਪੀ ਆ ਤਾਂ ਉਹ ਮੇਰੇ ਕੋਲ ਉਹ ਛਪੀਆਂ ਮੇਰੇ ਨਾਮ ਹੈ ਸੁਣਾਈਆਂ ਹਨਾ। ਪਰ ਕਈ ਵਾਰ ਹੁੰਦਾ ਕਿ ਤੁਸੀਂ ਦੋਸਤਾਂ ਦੇ ਜਿੱਦਾਂ ਦੋਸਤਾਂ ਦੇ ਘੇਰੇ 'ਚ ਦਾਇਰੇ 'ਚ ਕਿਸੇ ਨੇ ਬੈਠੇ ਹੋ ਤਾਂ ਉਦੋਂ ਤੁਹਾਡਾ ਜਿਕਰ ਤੱਕ ਅੱਜ ਮੈਂ ਉਹ ਇਹਨਾਂ ਨੂੰ ਚੀਜ਼ ਸੁਣਾਵਾਂ। ਕੁਛ ਕੁਛ ਸਮਾਂ ਇੱਦਾਂ ਦੋਸਤਾਂ ਦੇ ਘੇਰੇ 'ਚ, ਕੁਛ ਮੈਂ ਆਪਣੀ ਜੀਵਨ ਸਾਥਣ ਨੂੰ ਵੀ ਸੁਣਾ ਦੇਣਾ ਕਿ ਆਹ ਮੈਂ ਜਿਹੜੀ ਮੈਨੂੰ ਲੱਗੇ ਕਿ ਇਹਨੂੰ ਚੰਗੀ ਲੱਗੂਗੀ ਸੁਣਾਈ ਜਾ ਸਕਦੀ ਹੈ। ਅੱਛਾ, ਮਤਲਬ ਚੋਣ ਤੁਸੀਂ ਫਿਰ ਪਹਿਲਾਂ ਹੀ ਕਰ ਲੈਣੇ ਆਪਣੇ ਤੌਰ ਤੇ ਇਹ ਠੀਕ ਲੱਗ ਸਕਦੀ ਹੈ ਜਾਂ ਨਹੀਂ? ਬਹੁਤ ਗੁੰਝਲਦਾਰ ਜਿਹਾ ਤਾਂ ਲੱਗਦਾ ਵੀ ਬਹੁਤ ਗੁੰਝਲਦਾਰ ਨੇ ਹਨਾ, ਉਹ ਵੀ ਤੁਸੀਂ ਨਹੀਂ ਨਹੀਂ ਸੁਣਾਉਂਦੇ। ਤੇ ਕਈ ਵਾਰੀ ਤਾਂ ਜਿੱਦਾਂ ਮਤਲਬ ਮੇਰੀ ਉਹ ਕਵਿਤਾ ਸੀ ਕਿ ਵੀ ਮੇਰੀ ਮਾਂ ਨੂੰ ਮੇਰੀ ਕਵਿਤਾ, ਕਈ ਕਈ ਕਵਿਤਾਵਾਂ ਸੁਣ ਕੇ ਤੁਹਾਡੇ ਘਰ ਵਾਲੇ ਉਦਾਸ ਹੁੰਦੇ ਆ ਹਨਾ, ਮੈਂ ਲਿਖਿਆ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਗਮਾਂ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ ਕਿਸ ਜਹਾਨ, ਕਿਉਂਕਿ ਘਰ ਵਾਲੇ ਕਵਿਤਾਵਾਂ ਨੂੰ ਬਹੁਤ ਨਿੱਜੀ ਤਰ੍ਹਾਂ ਲਿਆਂਦੇ ਆ। ਜਿਵੇਂ ਮਾਂ ਦੀ ਕਵਿਤਾ ਸੀ ਕਿ ਉਹ ਮਾਂ ਸਮਝਦੀ ਵੀ ਉਹਨੂੰ ਇਹ ਹੋਇਆ, ਉਹਨੂੰ ਕਵਿਤਾ ਦਾ ਕੁਝ ਨਹੀਂ ਪਤਾ, ਇਹਨੇ ਪਤਾ ਵੀ ਪਰ ਕਹਿੰਦਾ ਵੀ ਉਹ ਤਾਂ ਕਿਵੇਂ ਇੰਨਾ ਸਮਝੀ ਉਸ ਦੀ ਰੂਹ ਨੂੰ ਦੁੱਖ ਹੈ ਕਿ ਉਹ ਉਹਨਾਂ ਨੂੰ ਇੱਕ ਦੁੱਖ ਉਸ ਦੁੱਖ ਨੂੰ ਇੱਕ ਬਹੁਤ ਪਰਸਨਲਾਈਜ਼ ਕਰ ਲੈਂਦੇ ਮੇਰਾ ਖਿਆਲ ਆ ਕਈ ਵਾਰੀ। ਇਹ ਤੁਸੀਂ ਜਿਹੜੀ ਹੁਣੇ ਗੱਲ ਕੀਤੀ ਕਿ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ, ਇਹ ਜਹਾਨ ਕਿਹੜਾ ਹੁੰਦਾ ਹੈ ਜਿਹਦੇ 'ਚ ਕਵੀ ਰਹਿੰਦਾ ਜਾਂ ਉਹਦੀ ਕਵਿਤਾ ਰਹਿੰਦੀ ਹੈ, ਇਹ ਜਹਾਨ ਬਣਦਾ ਕਿਵੇਂ ਆ? ਦੇਖੋ ਮੈਂ ਸਮਝਦਾ ਕੀ ਆ ਕਿ ਜਿੱਦਾਂ ਆਪਾਂ ਇੱਦਾਂ ਕਹਿੰਦੇ ਨਾ ਕਿ ਮੈਨੂੰ ਯਾਦ ਆ ਕਿ ਮੈਂ ਜਦੋਂ ਹੁਣ ਮੇਰੀ ਜਿਵੇਂ ਮੈਂ ਰੱਬ ਬਾਰੇ ਜੋ ਮਰਜ਼ੀ ਸੋਚਦਾ ਹਾਂ ਹਨਾ, ਪਰ ਮੈਂ ਆਪਣੀ ਮਾਂ ਨੂੰ ਕਦੀ ਨਹੀਂ ਕਿਹਾ ਸੀਗਾ ਕਿ ਵੀ ਰੱਬ ਹੈ ਨੀ ਗਾ ਜਾਂ ਮੈਂ ਰੱਬ ਬਾਰੇ ਕੀ ਸੋਚਦਾ ਹਨਾ, ਕਿ ਉਹ ਮੇਰਾ ਜਹਾਨ ਸੀਗਾ ਕਿ ਮੇਰਾ ਜਹਾਨ ਕਿ ਐਸੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਜਿੱਦਾਂ ਹੁਣ ਮੈਂ ਕਹਿੰਦਾ ਕਿ ਜਦੋਂ ਤੱਕ ਮੈਂ ਪੁੱਤਰ ਸੀਗਾ ਉਦੋਂ ਤੱਕ ਮੈਨੂੰ ਉਦਾਸ ਬਹੁਤ ਉਦਾਸ ਹੋਣ ਦੀ ਮੇਰੇ ਕੋਲ ਆਯਾਸ਼ ਸੀ ਹਨਾ, ਜਦੋਂ ਮੈਂ ਖੁਦ ਪਿਤਾ ਬਣਿਆ ਤੇ ਮੈਨੂੰ ਲੱਗਿਆ ਕਿ ਮੈਂ ਜਾਣੀ ਮੈਂ ਉਦਾਸ ਨਹੀਂ ਹੋ ਸਕਦਾ ਹਨਾ, ਕਿ ਮੈਂ ਬਲਕਿ ਉਹ ਹੋਊਂਗਾ ਉਹ ਪਰਵਾਂਗਾ ਜਿਹਦੇ ਨਾਲ ਜੇ ਉਦਾਸੀ ਆ ਕੇ ਟਕਰਾਵੇ ਵੀ ਤਾਂ ਉਹ ਜੇ ਭਾਵ ਭਾਂਗ ਟਕਰਾਵੇ ਤਾਂ ਉਹ ਮੀਂਹ ਬਣ ਜਾਵੇ। ਕਿ ਉਹ ਬਹੁਤ ਗੱਲਾਂ ਅਸੀਂ ਆਪਣੇ ਮਤਲਬ ਮੈਂ ਜਦੋਂ ਛੋਟੇ ਬੱਚੇ ਉਹਨਾਂ ਨੇ ਆਪਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਵੱਡਿਆਂ ਨਾਲ ਵੀ ਨਹੀਂ ਸ਼ੇਅਰ ਕਰਦੇ, ਮੈਂ ਇੱਦਾਂ ਮਹਿਸੂਸ ਕਰਦਾ ਕਿ ਜਿਹੜੀ ਅਸੀਂ ਬਹੁਤ ਕੁਛ ਕਿ ਸਾਡਾ ਜੋ ਰਿਸ਼ਤਾ ਹੁੰਦਾ ਅਸੀਂ ਕਵਿਤਾ ਨੂੰ ਸ਼ਾਇਦ ਕਿਹਾ ਸੀ ਵੀ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ ਜੇ ਹੋਰ ਨਹੀਂ ਹੈ,
ਦਰ ਕੋਈ ਇਹ ਲਫ਼ਜ਼ਾਂ ਦੀ ਵਿਦਾ ਵੀ ਹੈ ਜਾਂ ਕਦੀ ਵੀ ਖਤ ਲਿਖਿਓ ਜਿਵੇਂ ਸੁਣੇ ਕਿ ਵੀ ਜ਼ਖਮ ਨੂੰ ਜ਼ਖਮ ਲਿਖੋ ਕਾਮ ਕਾ ਕਮਲ ਨਾ ਲਿਖੋ ਨਹੀਂ ਮੈਂ ਆਪਣੇ ਤਪਦਿਆਂ ਰਾਹਾਂ ਦੀ ਗੱਲ ਕਦੀ ਨਾ ਲਿਖੀ ਜਦੋਂ ਮੈਂ ਇੱਕ ਇੱਦਾਂ ਲਿਖਿਆ ਕਿ ਵੀ ਉਹ ਮੈਂ ਗੱਲ ਨਹੀਂ ਕਦੀ ਲਿਖੀ ਜਾਂ ਮੈਂ ਕਿਹਾ ਸੀਗਾ ਕਿ ਮੁੜ ਕੇ ਪਿੱਜਾ ਟੁੱਕ ਹੈ ਨਾ ਬੇਰਹਿਮਾਂ ਦੀ ਚਾਕਰੀ ਮੁੜ ਕੇ ਪਿੱਜਾ ਟੁੱਕ ਜੇ ਕੋਈ ਸਾਡਾ ਮਿਲ ਪਿਆ ਦੱਸ ਨਾ ਦੇਣਾ ਹਾਲ ਸਾਡਾ ਮਿਲਿਆ ਤਾਂ ਉਹਨੂੰ ਮੇਰਾ ਹਾਲ ਨਾ ਦੱਸਿਓ ਤੂੰ ਸ਼ਾਇਦ ਇੱਦਾਂ ਦੀਆਂ ਕੁਛ ਕੋਈ ਗੱਲਾਂ ਹੋ ਸਕਦੀਆਂ ਪਾਤਰ ਸਾਹਿਬ ਕਵੀ ਬਣਨ ਲਈ ਕੀ ਹੋਣਾ ਚਾਹੀਦਾ ਹੁੰਦਾ ਬੰਦੇ ਵਿੱਚ ਬੰਦਾ ਹਰ ਬੰਦਾ ਉਸ ਮੁਆਸ਼ਰੇ ਦੀ ਜ਼ੁਬਾਨ ਤਾਂ ਬੋਲ ਰਿਹਾ ਹੁੰਦਾ ਲਿਖ ਰਿਹਾ ਹੁੰਦਾ ਸਮਝ ਰਿਹਾ ਹੁੰਦਾ ਕਵੀ ਬਣਨ ਲਈ ਕੀ ਚੀਜ਼ਾਂ ਉਹਦੇ ਵਿੱਚ ਹੋਣ ਜਿਹਦੇ ਨਾਲ ਆਮ ਕਿਸੇ ਜ਼ੁਬਾਨ ਨੂੰ ਜਾਣਨ ਵਾਲਾ ਲਿਖਣ ਵਾਲਾ ਕਵੀ ਬਣ ਸਕੇ ਕਵੀ ਬਣਦੇ ਕਿਸ ਤਰ੍ਹਾਂ ਨੇ ਮੈਂ ਇਹ ਪੁੱਛਣਾ ਚਾਹੁੰਦਾ ਮਤਲਬ ਕੀ ਹੋਣਾ ਚਾਹੀਦਾ ਕਵੀ ਬਣਨ ਲਈ ਵੈਸੇ ਦੇਖ ਜਿਹੜੇ ਪਹਿਲ ਪਲੇਠੇ ਕਵੀ ਬਣੇ ਹੋਣਗੇ ਪਹਿਲੋਂ ਨਾ ਜਦੋਂ ਕਵੀ ਨਹੀਂ ਹੁੰਦੇ ਹੋਣਗੇ ਜਾਂ ਕਵੀ ਹੋਣਗੇ ਤਾਂ ਤੁਸੀਂ ਪਰ ਇੱਕ ਰੂਪ ਚ ਨਹੀਂ ਆਉਣਗੇ ਕਈ ਵਾਰ ਤਾਂ ਤੁਹਾਡੇ ਜਾਣੀ ਸਹਿ ਸਵਾ ਜਾਣੀ ਕੁਛ ਬੰਦੇ ਆ ਕਿ ਉਹਨਾਂ ਦਾ ਆਪਾਂ ਕਹਿੰਦੇ ਕਈ ਬੰਦੇ ਬੜੇ ਗੱਲਕਾਰ ਹੁੰਦੇ ਆ ਕਿ ਮਹਿਸੂਸ ਤਾਂ ਸ਼ਾਇਦ ਬਹੁਤ ਲੋਕ ਕਰਦੇ ਆ ਕਿਸਾਨ ਨੂੰ ਦੁੱਖ ਨੂੰ ਵੀ ਪਰ ਕਈ ਜਾਣੀ ਜੋ ਕਵਿਤਾ ਨਾ ਵੀ ਕਰਨ ਤੇ ਉਹ ਗੱਲਕਾਰ ਹੁੰਦੇ ਆ ਉਹਨਾਂ ਨੂੰ ਗੱਲ ਕਰਨੀ ਆਉਂਦੀ ਜਿਵੇਂ ਗਲਪਕਾਰ ਵਾਂਗ ਗੱਲਕਾਰ ਵੀ ਇੱਕ ਕਲਾਕਾਰੀ ਆ ਜੀ ਜੀ ਬਿਲਕੁਲ ਤੋ ਸੋ ਪਹਿਲਾਂ ਤਾਂ ਮੈਂ ਜਿੱਦਾਂ ਹੁਣ ਬਹੁਤ ਬਹੁਤ ਗੱਲਾਂ ਸ਼ਾਇਦ ਮਾਨਵਤਾ ਦੇ ਮੂੰਹੋਂ ਜਾਂ ਕੁਛ ਲੋਕਾਂ ਦੇ ਮੂੰਹੋਂ ਸਹਿ ਸੁਭਾਅ ਹੀ ਛੁੱਟੀਆਂ ਹੋਣਗੀਆਂ ਮੈਂ ਮੀਸ਼ਾ ਜੀ ਇੱਕ ਗੱਲ ਸੁਣਦੇ ਸੀਗੇ ਐਸ ਐਸ ਮੀਸ਼ਾ ਤੇ ਉਹਨਾਂ ਨੇ ਕਿਹਾ ਵੀ ਮੈਂ ਵੈਨ ਸੁਣਿਆ ਸੀਗਾ ਕਿਸੇ ਦਾ ਉਹ ਕਹਿੰਦੀ ਵੀ ਉਹ ਜਿਹੜੀ ਦਾਦੀ ਆ ਉਹ ਉਹਦਾ ਵੈਨ ਸੀਗਾ ਕਿ ਵੀ ਉਹ ਮੇਰੇ ਹੱਥੋਂ ਖੱਫਣ ਖੋ ਕੇ ਲੈ ਗਿਆ ਕਿ ਹੁਣ ਉਹ ਮਤਲਬ ਬਹੁਤ ਵੱਡੀ ਕਵਿਤਾ ਦੀ ਸਤਰ ਹੈ ਇੱਕ ਆਮ ਔਰਤ ਦੇ ਮੂੰਹੋਂ ਬੋਲੀ ਹੋਈ ਤੋ ਲੇਕਿਨ ਜਦੋਂ ਅਸੀਂ ਆਪਣੇ ਅਨੁਭਵ ਸੋਚਦੇ ਹਾਂ ਤੇ ਸੋ ਮੈਂ ਕਿਹਾ ਕਿ ਪਹਿਲਾਂ ਤੁਹਾਨੂੰ ਪਿਆਰ ਹੁੰਦਾ ਬਹੁਤ ਕਵਿਤਾ ਨਾਲ ਉਸ ਬਣਨਾ ਹੁੰਦਾ ਤੁਹਾਨੂੰ ਪਹਿਲਾਂ ਉਸ ਚੀਜ਼ ਨਾਲ ਬਹੁਤ ਪਿਆਰ ਹੁੰਦਾ ਤੁਸੀਂ ਜਾਣੀ ਕਵਿਤਾ ਜਿੱਥੇ ਵੀ ਹੋ ਤਾਂ ਤੁਸੀਂ ਲੱਭਦੇ ਫਿਰਦੇ ਹੋ ਜਾਂ ਤੁਸੀਂ ਜਿਵੇਂ ਕਿ ਅਸੀਂ ਪੜ੍ਹਦੇ ਹਾਂ ਤੁਹਾਨੂੰ ਯਾਦ ਹੋ ਜਾਂਦੀਆਂ ਔਰ ਤੁਹਾਡੇ ਅੰਦਰ ਇੱਕ ਗਰਾਮਰ ਬਣਦੀ ਜਿਵੇਂ ਅਸੀਂ ਮਾਂ ਬੋਲੀ ਸਿੱਖਦੇ ਹਾਂ ਨਾ ਜਿੱਦਾਂ ਮਤਲਬ ਆਪਾਂ ਅਸੀਂ ਪਹਿਲਾਂ ਗਰਾਮਰ ਨਹੀਂ ਸਿੱਖਦੇ ਅਸੀਂ ਕਵਿਤਾ ਦੀ ਗਰਾਮਰ ਨਹੀਂ ਪਹਿਲਾਂ ਸਿੱਖਦੇ ਪਹਿਲਾਂ ਜਿਵੇਂ ਸਾਨੂੰ ਨਾਮ ਪੜ੍ਹਨਾ ਉਹਦੇ ਬਾਅਦ ਸਿਰਫ ਸਾਨੂੰ ਪਹਿਲਾਂ ਹੀ ਜਾਣੀ ਪੰਜ ਛੇ ਸਾਲ ਦੀ ਉਮਰ ਤੱਕ ਅਸੀਂ ਬਹੁਤ ਸੋਹਣੇ ਫਿਕਰੇ ਬਣਾਉਣ ਲੱਗ ਪਏ ਨੇ ਔਰ ਸਾਡੇ ਸਾਰੀ ਗਰਾਮਰ ਸਾਡੇ ਇੰਟਰਨਲਾਈਜ਼ ਹੋ ਜਾਂਦੇ ਕਵੀ ਜਿਹਨਾਂ ਨੇ ਕਵੀ ਬਣਨਾ ਹੁੰਦਾ ਉਹਨਾਂ ਦੇ ਅੰਦਰ ਪਹਿਲਾਂ ਤਾਂ ਉਹ ਜਿਹੜੀ ਕਵਿਤਾ ਦੀ ਗਰਾਮਰ ਦਾ ਅਸਲ ਸਾਥ ਹੋਣ ਲੱਗ ਪੈਂਦੀ ਆ ਉਹਨਾਂ ਦੇ ਜਾਣਨ ਤੋਂ ਬਿਨਾਂ ਹੀ ਉਹਦੇ ਵਿੱਚ ਆ ਜਾਂਦੀ ਜਾਣੀ ਇੱਕ ਉਹਨਾਂ ਦੇ ਅੰਦਰ ਸਮਝ ਲਓ ਕਿ ਇੱਕ ਬਣਨਾ ਸ਼ੁਰੂ ਹੋ ਜਾਂਦੀ ਹੈ ਕਿ ਐਸੀ ਚੀਜ਼ ਐਸਾ ਡਿਵਾਈਸ ਉਹਨਾਂ ਦੇ ਅੰਦਰ ਜਿਹੜਾ ਜਾਣੀ ਛੱਲਾਂ ਨੂੰ ਗੱਲਾਂ ਵਿੱਚ ਤੇ ਗੱਲਾਂ ਨੂੰ ਕਵਿਤਾ ਦੇ ਵਿੱਚ ਅਨੁਵਾਦ ਕਰਨ ਦੇ ਕਾਬਲ ਹੋ ਸਕਦਾ ਨਹੀਂ ਸੋ ਮੈਂ ਕਦੀ ਕਦੀ ਜਾਣੀ ਮੈਂ ਉਦਾਂ ਥੋੜ੍ਹਾ ਲਾਈਟ ਮੈਂ ਕਹਿਣਾ ਵੀ ਸ਼ਿੱਦਤ ਸ਼ਿਲਪ ਤੇ ਸ਼ਹੂਰ ਮੈਂ ਤਿੰਨ ਇਕੱਠੇ ਕੀਤੇ ਸੀਗੇ ਤਿੰਨ ਚੀਜ਼ਾਂ ਥੋੜੀ ਬਿਲਕੁਲ ਤੁਸੀਂ ਆਖਰ ਵਿੱਚ ਇਹਨੂੰ ਬਹੁਤ ਸਾਫ਼ ਇੱਕ ਇੰਟੈਂਸਿਟੀ ਹਾਂ ਇੰਟੈਂਸਿਟੀ ਦੂਜੀ ਗੱਲ ਹੈ ਕਿ ਸ਼ਿਲਪ ਕੱਲੀ ਜਿਹੜੀ ਸ਼ਿੱਦਤ ਕੁਛ ਨਹੀਂ ਕਰ ਸਕਦੀ ਤੁਹਾਡੇ ਕੋਲ ਇੱਕ ਸ਼ਿਲਪ ਹੋਵੇ ਜਿਹੜੀ ਭਾਸ਼ਾ ਦੀ ਸ਼ਿਲਪ ਵੀ ਆ ਔਰ ਤੁਹਾਡੇ ਕੋਲ ਸ਼ਹੂਰ ਵੀ ਹੋਵੇ ਕਿ ਤੁਸੀਂ ਉਹਨੂੰ ਕਿਸ ਉਹ ਸਾਰੇ ਨੂੰ ਪੂਰੀ ਤਰ੍ਹਾਂ ਕਿਸ ਪ੍ਰਸੰਗ 'ਚ ਦੇਖ ਤੁਸੀਂ ਚੰਨ ਮਾਰਦਾ ਪਰ ਤੁਹਾਡੇ ਕੋਲ ਇੱਕ ਐਥਿਕਸ ਵੀ ਆ ਤੁਹਾਡੇ ਕੋਲ ਇੱਕ ਤੁਹਾਡੀ ਪੋਲੀਟਿਕਸ ਵੀ ਆ ਤੁਹਾਡੇ ਕੋਲ ਇੱਕ ਸੈਂਸ ਆਫ ਜਸਟਿਸ ਵੀ ਆ ਸੋ ਇਹ ਸਭ ਕੁਛ ਬਹੁਤ ਜਾਣੀ ਮੇਰੇ ਖਿਆਲ 'ਚ ਅਚੇਤ ਹੀ ਹੁੰਦਾ ਰਹਿੰਦਾ ਤੋ ਬਾਕੀ ਸਮਝ ਲਓ ਕਿ ਕਾਇਨਾਤ 'ਚ ਬਹੁਤ ਕਵਿਤਾ ਤੇ ਸ਼ਾਇਦ ਇਹਦਾ ਕੋਈ ਫਾਰਮੂਲਾ ਨਹੀਂ ਹੋ ਸਕਦਾ ਜਿਵੇਂ ਉਰਦੂ ਦੇ ਮੈਂ ਐਕਸਪ੍ਰੈਸ ਵੀ ਉਹ ਉਰਦੂ ਦੇ ਉਸਤਾਦ ਜੇ ਕੋਈ ਸ਼ਾਗਿਰਦ ਬਣ ਜਾਵੇ ਤਾਂ ਉਹਨੂੰ ਕਹਿੰਦੇ ਕਿ ਤੂੰ
तू पहला इन्ने शेयर या हजार शेयर या 500 शेयर याद करके आ तो वो याद करने की प्रक्रिया दे विच उन्हें बहुत कुछ आ जाता सीगा। तो कई बार जो मैं कहना कि बहर च वो होर होणगे लिखते ने जिहड़े बहर मेरा जिहड़ा कि बहर टेक्निकली नहीं मैं टेक्निकली बहुत बाद च सीखी जानी हवा लिखे हर तो बाद मैं थोड़ा जा वो लेकिन सीगे तद तक मेरे अंदर उहदी ग्रामर एक गजल की ग्रामर मेरे अंदर बन गई आ चुकी सी है ना ते वो इस तरह सुभाविक तरीके नाल जिहड़ा होई गल। पात्र साहब आपके इस प्रोग्राम नू बहुत सारे चढ़दे पंजाब तो लेंदे पंजाब दे दोस्त देख रहे ने बहुत सारे उन्होंने कॉमेंट्स भी आ रहे ने उन्होंने दी जिहड़ियां सवाल ने जां उन्होंने दी जिज्ञासावां ने वो मैं कोशिश करांगा कि अपनियां गल्लां बातां दे विच उन्हां नू लै सकां। मैं इस कीमती गल्लां और पंजाबीका दे दोनों ही संचालकां वल्लों हरविंदर जी वल्लों और आजम मलिक साहब वल्लों सारे दोस्तों का शुकराना करदा जिहड़े इस प्रोग्राम दे नाल जुड़े हुए ने इस प्रोग्राम नू देख रहे ने। अगली जिहड़ी गल पात्र साहब मैं तुहाडे तों पुछणी चाहुंदा ओह इह है कि जिहड़ी साडे कोल कविता दी रीत है परंपरा सूफी कविता गुरमत कविता किस्सा कविता इन्हां चों किहड़ी धारा जिहड़ी तुहाडे मन दे ज़्यादा नेड़े है जां जिहदे तुसीं कोई असर लिया ज़्यादा असर लिया? ਇਹਦਾ ਸੀਗਾ ਜਦੋਂ ਮੈਂ ਗੁਰਤੇਜ ਕਾਲਜ 'ਚ ਸੀਗਾ ਅਤੇ ਬਲਕਿ ਉਹ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਮੇਰਾ ਮਿਊਜ਼ ਯਾਨੀ ਸੰਗੀਤ ਮੇਰਾ ਬਹੁਤ ਵੱਡਾ ਪੈਸ਼ਨ ਸੀ। ਮੈਂ ਘਰਦਿਆਂ ਨੂੰ ਵੀ ਕਹਿਣਾ ਮੈਨੂੰ ਹਾਰਮੋਨੀਅਮ ਲੈ ਦਿਓ ਮੈਨੂੰ ਸਾਰੰਗੀ ਲੈ ਦਿਓ ਯਾਨੀ ਛੋਟੇ ਯਾਨੀ ਸੰਗੀਤ ਮੈਨੂੰ ਖਿੱਚ ਬਹੁਤ ਪਾਉਂਦਾ ਸੀਗਾ ਅਤੇ ਮੇਰੇ ਲਈ ਉਸ ਵੇਲੇ ਯਾਨੀ ਸੰਗੀਤ ਅਤੇ ਕਵਿਤਾ ਜੁੜੇ ਹੋਏ ਹੀ ਚੀਜ਼ਾਂ बचपन दे पिंड दे ते ओदे च इह संगीत शामिल है बेशक गुरबाणी सी जां साडे समझ लो रासां पैंदियां सी जां कदी ਹੰਬੂ ਆਣੇ ਸਾਡੇ ਰੁੱਖਾਂ ਦੇ ਥੱਲੇ ਆ ਕੇ ਜਿਹੜੇ ਗਮੰਤਰੀ ਗਾਉਂਦੇ ਸੀ ਚਿੱਟੇ ਚਿੱਟੀਆਂ ਪੱਗਾਂ ਵਾਲੇ ਸ਼ਮਲਿਆਂ ਵਾਲੇ ਅਲਗੋਜ਼ੇ ਤੇ ਇੱਕ ਤਾਰੇ ਵਾਲੇ ਉਹ ਲੋਕ ਸੀ ਜਾਂ ਮੈਂ ਯਾਨੀ ਫਿਰ ਉਹ ਇੱਕ ਵਕਤ ਗਜ਼ਲਾਂ ਜਿਹੜੀਆਂ ਗਜ਼ਲਾਂ ਦਾ ਗਾਇਨ ਸੀਗਾ ਮੈਨੂੰ ਯਾਦ ਹੈ ਕਿ ਮੈਂ ਬਹੁਤ ਕਾਲਜ ਦੇ ਸ਼ਾਇਦ ਦਿਨ ਸੀ ਰਾਮ 'ਚ ਉਦੋਂ ਮੈਂ ਇੱਕ ਗਜ਼ਲ ਸੁਣੀ ਸੀ ਫੁੱਲ ਖਿਲੇ ਹੈ ਗੁਲਸ਼ਨ ਗੁਲਸ਼ਨ ਲੇਕਿਨ ਆਪਣਾ ਦਾਮਨ ਇਹ ਮੇਰੇ ਖਿਆਲ 'ਚ ਬੇਗਮ ਅਖਤਰ ਸ਼ਾਇਦ ਜਿਗਰ ਮੁਰਾਦਾਬਾਦੀ ਸਾਹਿਬ ਦੀ ਗਜ਼ਲ ਹੈ ਅਤੇ ਮੈਨੂੰ ਜਿਹੜੀ ਜਿਹੜੀ ਗਜ਼ਲ ਦਾ ਦੀ ਗਾਇਕੀ ਸੀ ਇਹ ਵੀ ਮੈਨੂੰ ਬਹੁਤ ਖਿੱਚ ਪਾਉਂਦੀ ਸੀ ਔਰ ਕਾਲਜ ਪੜ੍ਹਦਿਆਂ ਮੈਂ ਬੇਸ਼ੱਕ ਮੈਨੂੰ ਸਮਝ ਨਹੀਂ ਆਇਆ ਸੀਗਾ ਲੇਕਿਨ ਗਾਲਿਬ ਉਦੋਂ ਮਿਲਦੇ ਸੀਗੇ ਗੁਰਮੁਖੀ ਅੱਖਰਾਂ 'ਚ ਗਾਲਿਬ ਪ੍ਰੋਫੈਸਰ ਜੋਗਿੰਦਰ ਸਿੰਘ ਹੋਣਾ ਦਾ ਲਿਪੀ ਅੰਤਰ ਕੀਤਾ ਹੋਇਆ ਸੀਗਾ ਅਤੇ ਬਹੁਤ ਖੂਬਸੂਰਤ ਵੀ ਈਵਨ ਕੱਕੇ ਦੇ ਪੈਰਾਂ 'ਚ ਵੀ ਉਹਨਾਂ ਨੇ ਬਿੰਦੀਆਂ ਪਾਈਆਂ ਹੋਈਆਂ ਸੀ ਜਿੱਥੇ ਹਕੀਕਤ ਜਾਂ ਕਤਲ ਸੀ ਕਿ ਇੰਨਾ ਅੱਛਾ ਉਹ ਲਿਪਿਆਂਤਰ ਸੀਗਾ ਅਤੇ ਉਹਨੂੰ ਵੀ ਮੈਂ ਜਾਣੀ ਪੜ੍ਹਨ ਦੀ ਕੋਸ਼ਿਸ਼ ਕਰਦਾ ਪੜ੍ਹਿਆ ਫਿਰ ਇੱਕ ਬਾਣ ਵੀ ਮਿਲਦੀ ਸੀਗੀ ਛੋਟੀ ਜਿਹੀ ਕਿਤਾਬ ਦੇਵਨਾਥ ਵਿੱਚ ਉਹ ਵੀ ਇਹਦੇ ਕੁਛ ਵੀ ਚੀਜ਼ਾਂ ਸੀਗੀਆਂ ਸੋ ਉਸ ਉਹਨਾਂ ਵਕਤਾਂ 'ਚ ਮੇਰੇ ਜਾਣੀ ਇਹ ਚੀਜ਼ਾਂ ਜਾਂ ਸੂਫੀ ਗਾਇਨ ਵੀ ਸੀ ਸੂਫੀ ਪੋਇਟਰੀ ਸੋ ਜੋ ਜੋ ਇੱਕ ਤਾਂ ਜਿਹੜੀ ਸਾਡੀ ਮੱਧਕਾਲ ਦੀ ਸ਼ਾਇਰੀ ਦੇ ਜੋ ਸਿਖਰਾਂ ਸੀ ਉਹ ਤਾਂ ਅਸੀਂ ਅਚੇਤ ਹੀ ਇੱਕ ਤਰ੍ਹਾਂ ਸਮਝ ਲਓ ਆਪਾਂ ਜਿੱਦਾਂ ਕਹਿੰਦੇ ਕਿ ਸਾਡੇ ਅੰਦਰ ਆ ਜਾਂਦੀਆਂ ਕੁਛ ਅਸੀਂ ਜਿੱਦਾਂ ਹੁਣ ਕਾਲਜ ਟਾਈਮ 'ਚ ਜੋ ਪੜ੍ਹਿਆ ਉਹ ਸਾਡੇ ਅੰਦਰ ਆਇਆ ਫਿਰ ਜਿੱਦਾਂ ਜਦੋਂ ਪਟਿਆਲੇ ਗਏ ਹਾਂ ਤਾਂ ਪਟਿਆਲੇ ਜਿਹੜੇ ਲੋਕ ਸੀ ਉਹ ਬਹੁਤ ਬਾਹਰਲੀ ਪੋਇਟਰੀ ਦੀ ਬਹੁਤ ਗੱਲ ਕਰਦੇ ਸੀ ਯੂਨਾਨੀ ਦੁਖਾਂਤ ਦੀ ਗੱਲ ਕਰਦੇ ਸੀ ਜਾਂ ਯੇਟਸ ਦੀ ਗੱਲ ਕਰਦੇ ਸੀ ਜਾਂ ਪਾਲੋ ਲੂਦਾ ਫਾਸ ਦੀ ਗੱਲ ਕਰਦੇ ਸੀਗੇ ਸੋ ਕਿ ਇਸ ਤਰ੍ਹਾਂ ਦਾ ਇੱਕ ਬਹੁਤ ਸਮਝ ਲਓ ਕਿ ਇਹ ਸੋਰਸ ਸੀਗੇ ਪਰ ਮੇਰੇ ਪਹਿਲੇ ਸੋਰਸ ਸਮਝ ਲਓ ਕਿ ਇਹੀ ਨੇ ਜਿਹੜੇ ਇੱਕ ਸਾਡੀ ਪੁਰਾਣੀ ਰੀਤ ਵਾਲੇ ਸੋਰਸ ਨੇ ਜਿਹਦੇ ਸਮਝ ਲਓ ਕਿ ਆਪਣੇ ਸਾਡੇ ਦੇਸੀ ਸੋਰਸ ਵੀ ਨੇ ਜਿਹਦੇ ਵਿੱਚ ਉਰਦੂ ਵੀ ਸ਼ਾਮਿਲ ਹੈ ਹਿੰਦੀ ਵੀ ਸ਼ਾਮਿਲ ਹੈ ਔਰ ਸਾਡੇ ਕਵੀ ਵੀ ਸ਼ਾਮਿਲ ਨੇ ਜਿਵੇਂ ਉਸ ਵੇਲੇ ਹਰਭਜਨ ਸਿੰਘ ਦੀ ਕਿਤਾਬ ਬਾਬਾ ਬਲਵੰਤ ਮੈਨੂੰ ਬਹੁਤ ਖਿੱਚ ਪਾਉਂਦੇ ਸੀਗੇ ਕਿ ਲੰਘ ਗਏ ਹਨ ਉੱਠਾਂ ਵਾਲੇ
ਅਰਸ਼ਾਂ ਤੱਕ ਪਰਛਾਵੇਂ ਪਾ ਕੇ ਮਾਰੂ ਥਲ ਦੇ ਥੰਮ ਹਿਲਾ ਕੇ ਕਿ ਜਿੰਨੀ ਖੂਬਸੂਰਤੀ ਨਾਲ ਉਹ ਸ਼ਬਦਾਂ ਨੂੰ ਬੀੜ ਦੇ ਬਾਬ ਬਲਵੰਤ ਕਿ ਉਹਨੂੰ ਪੜ੍ਹੋ ਤੇ ਤੁਹਾਨੂੰ ਲੱਗਦਾ ਕਿ ਉਹ ਬਹੁਤ ਉਹਨਾਂ ਦੀ ਸ਼ਬਦਾਂ 'ਚ ਇੱਕ ਸੰਗੀਤ ਔਰ ਬਹਿਰ ਵੀ ਬਹੁਤ ਕਮਾਲ ਦਾ ਨਿਭਾਇਆ ਔਰ ਇਮੇਜਸ ਜੋ ਉਹਨਾਂ ਦੇ ਬਿੰਬ ਸੀ ਸੋ ਇਹ ਸਾਰਾ ਕੁਛ ਤੁਸੀਂ ਪੱਤਰ ਸਾਹਿਬ ਲਿਖਿਆ ਇੱਕ ਥਾਂ ਤੇ ਕਿ ਮੈਂ ਜੇ ਕਵੀ ਨਾ ਹੁੰਦਾ ਤਾਂ ਸ਼ਾਇਦ ਮੈਂ ਕੋਈ ਸੰਗੀਤਕਾਰ ਹੁੰਦਾ ਇਹਦੀ ਬਹੁਤ ਸਾਰੇ ਜਿਹੜੇ ਹਵਾਲੇ ਨੇ ਤੁਹਾਡੀ ਸ਼ਾਇਰੀ ਦੇ ਵਿੱਚ ਜਿਹੜੀ ਨਗਮਗੀ ਹੈ ਜਾਂ ਉਹਦੇ ਵਿੱਚ ਜਿਹੜਾ ਸੰਗੀਤ ਹੈ ਉਹ ਜ਼ਾਹਰ ਹੈ ਪਰ ਤੁਸੀਂ ਕਵਿਤਾ ਨੂੰ ਜਦੋਂ ਬੋਲਦੇ ਹੋ ਤਰੰਨਮ ਦੇ ਵਿੱਚ ਉਹ ਇੰਨਾ ਮੰਝਿਆ ਹੋਇਆ ਸ਼ਾਨਦਾਰ ਤਰੀਕੇ ਨਾਲ ਇਹ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਦੀਆਂ ਜਿਹੜੀਆਂ ਧੁਨਾਂ ਨੇ ਜਾਂ ਇਹਦਾ ਰਿਆਜ਼ ਕਰਦੇ ਹੋ ਹਾਰਮੋਨੀਅਮ ਤੇ ਕਰਦੇ ਹੋ ਜਾਂ ਤੁਸੀਂ ਇਹਨੂੰ ਇੱਕ ਤਰੰਨਮ ਵੈਸੇ ਢਾਲਦੇ ਹੋ ਜਿਸ ਤਰ੍ਹਾਂ ਤੁਸੀਂ ਕਵੀ ਦਰਬਾਰਾਂ 'ਚ ਪੜ੍ਹਦੇ ਹੋ ਇਹ ਕੀ ਇਹਦੇ ਪਿੱਛੇ ਕਿੰਨਾ ਕੁ ਇਹਦੇ ਪਿੱਛੇ ਤੁਸੀਂ ਯਤਨ ਪਾਉਂਦੇ ਹੋ ਕਿ ਇਹ ਇਹ ਸੁੱਤੇ ਸਿੱਧੀ ਹੁੰਦਾ ਕੀ ਹੈ ਇਹਦੇ ਪਿੱਛੇ ਏਦਾਂ ਹੋਇਆ ਕਿ ਮੈਂ ਕਿਤੇ ਮਿਊਜ਼ਿਕ ਮੈਂ ਨਾ ਸੰਗੀਤ ਅਸੀਂ ਸੁਣਿਆ ਬਹੁਤ ਮੈਂ ਉਹ ਏਦਾਂ ਸੀ ਕਿ ਜਦੋਂ ਮੈਂ PAU ਆ ਗਿਆ ਪਹਿਲਾਂ ਵੀ ਖੈਰ ਚਲੋ ਪਹਿਲਾਂ ਤਾਂ ਏਦਾਂ ਸੀ ਕਿ ਜੋ ਹਵਾਵਾਂ ਵਿੱਚ ਸੰਗੀਤ ਹੈ ਜਾਂ ਚਲੋ ਰੇਡੀਓ ਤੇ ਜਦੋਂ ਮੈਂ ਆ ਗਿਆ PAU ਤਾਂ PAU ਮੈਂ 72 ਚ ਆ ਗਿਆ 72 ਤੋਂ ਜੋ 5 ਸਾਲ ਸੀਗੇ 72 ਤੋਂ ਮੈਂ ਸੀ ਜਾਂ ਮੇਰੇ ਦੋਸਤ ਸੀ ਮੇਰੀ ਜਾਨੀ ਮੇਰਾ ਵਿਆਹ ਹੁੰਦਾ ਜਾ ਕੇ 78 ਦੇ ਵਿੱਚ ਉਹ ਜਿਹੜੇ 5 ਸਾਲ ਸੀ ਅਸੀਂ ਜਾਨੀ 3-4 ਦੋਸਤ ਸੀ ਅਸੀਂ ਸਾਡੇ ਕੋਲ ਉਹ ਨਵੀਂ ਨਵੀਂ ਫਿਲਪਸ ਦਾ ਆਇਆ ਸੀਗਾ ਸਿਸਟਮ ਤੇ LP ਆਇਆ ਸੀ ਤੇ ਮੈਨੂੰ ਯਾਦ ਹੈ ਕਿ ਸਾਡੀਆਂ ਸਾਰੀਆਂ ਸ਼ਾਮਾਂ ਹੁੰਦੀਆਂ ਸੀਗੀਆਂ ਉਹ ਜਾਨੀ ਮਹਿਦੀ ਹਸਨ ਜਾਂ ਗੁਲਾਮ ਅਲੀ ਜਾਂ ਜਗਜੀਤ ਸਿੰਘ ਜਾਂ ਪੰਡਿਤ ਜਸਰਾਜ ਜਾਂ ਜਿਹੜੇ ਸਾਜ਼ਾਂ ਵਾਲੇ ਚੌਰਸੀਆ ਜਾਂ ਬਿਸਮਿਲਲਾ ਖਾਂ ਕਿ ਉਹ ਸਾਰੇ ਸਾਡੇ ਦੋਸਤ ਹੀ ਬਹੁਤ ਜ਼ਿਆਦਾ ਸੰਗੀਤ ਦੇ ਸ਼ੌਕੀਨ ਸੀ ਸੋ ਉਹ ਸੁਣੇ ਹੋਏ ਦਾ ਮੈਨੂੰ ਲੱਗਦਾ ਕਿ ਅਸਰ ਹੋਏਗਾ ਮੇਰੇ ਮੇਰੇ ਤੇ ਇਸ ਗੱਲ ਦਾ ਤੇ ਬਾਕੀ ਹੈ ਕਿ ਜਦੋਂ ਮੈਂ ਜੋ ਕੋਈ ਮੈਂ ਕਈ ਵਾਰੀ ਕਿਸੇ ਦੀ ਮੈਂ ਗਜ਼ਲ ਵੀ ਹੁਣ ਕਈ ਗੱਲਾਂ ਗਜ਼ਲਾਂ ਇੱਕੋ ਬਹਿਰ 'ਚ ਹੁੰਦੀਆਂ ਪਰ ਉਹ ਮੈਂ ਉਹਨੂੰ ਪੜ੍ਹਦਾ ਉਹ ਤਰਜ਼ ਇੱਕ ਨਹੀਂ ਹੁੰਦੀ ਜਦਕਿ ਉਹ ਮੰਨ ਲਓ ਹੋ ਸਕਦੀ ਹੁੰਦੀ ਹੈ ਪਰ ਉਹ ਆਪਣੇ ਮੂਡ ਦੇ ਮੁਤਾਬਕ ਉਹਦੀ ਇੱਕ ਵੱਖਰੀ ਹੁੰਦੀ ਆ ਸੋ ਉਹ ਵੀ ਇੱਕ ਸੁਭਾਵਕ ਕਿ ਸਹਿ ਸੁਭਾਵ ਤਰੀਕੇ ਨਾਲ ਹੀ ਹੁੰਦਾ ਕਿ ਜਿਵੇਂ ਮੈਂ ਕਹਿੰਦਾ ਵੀ ਉਹ ਜਿਹੜੀ ਤੁਹਾਡੀ ਗ੍ਰਾਮਰ ਹੀ ਆ ਤੁਹਾਡੇ ਜਿਹੜੇ ਜੋ ਕੁਛ ਆਤਮਸਾਤ ਹੋਇਆ ਇੰਟਰਨਲਾਈਜ਼ ਹੋਇਆ ਬਿਲਕੁਲ ਸੋ ਮੈਨੂੰ ਬਾਕੀ ਮੈਨੂੰ ਹਾਰਮੋਨੀਅਮ ਤੋਂ ਬਹੁਤ ਸਾਲਾਂ ਬਾਅਦ ਮਿਲਿਆ ਅੱਛਾ ਮੈਂ ਮਿਲਿਆ ਵੀ ਜਦੋਂ ਮੈਂ ਆਪ ਹੀ ਖਰੀਦ ਸਕੇ ਤੇ ਫਿਰ ਇਹ ਵੀ ਸੀ ਕਿ ਮੈਂ ਹਾਰਮੋਨੀਅਮ ਮੈਨੂੰ ਵਜਾਉਣਾ ਨਹੀਂ ਆਉਂਦਾ ਸੀ ਮੈਂ ਇੱਕ ਮੇਰੀ ਕਵਿਤਾ ਵਜੰਤਰੀ ਹੈ ਸ਼ਾਇਦ ਤੂੰ ਪੜ੍ਹੀ ਹੋਵੇ ਵਿੱਚ ਬਹੁਤ ਸਾਰੇ ਸਾਜ਼ ਖਰੀਦਦਾ ਤੇ ਪਰ ਉਹਨੂੰ ਵਜਾਉਣਾ ਨਹੀਂ ਆਉਂਦਾ ਤੇ ਉਹ ਸੋ ਉਹਦੇ ਉਸ ਕਵਿਤਾ ਦੇ ਕਈ ਲੈਵਲ ਹੈ ਪਰ ਇੱਕ ਸੰਗੀਤ ਦਾ ਲੈਵਲ ਵੀ ਉਹਦਾ ਲੈਵਲ ਉਹਦੇ ਵਿੱਚ ਆਉਂਦਾ ਸੋ ਇਸ ਤਰ੍ਹਾਂ ਦਾ ਮੇਰਾ ਸੰਗੀਤ ਨਾਲ ਰਿਸ਼ਤਾ ਤੁਹਾਡੇ ਆਪਣੇ ਜਿਹੜੇ ਸਮਕਾਲੀ ਰਹੇ ਸ਼ਾਇਰ ਚਾਹੇ ਪਾਸ਼ ਰਹੇ ਜਾਂ ਡਾਕਟਰ ਜਗਤਾਰ ਰਹੇ ਸ਼ਿਵ ਹੋਰਾਂ ਦੀ ਆਪਾਂ ਗੱਲ ਕੀਤੀ ਤੁਹਾਡੇ ਇਹਨਾਂ ਨਾਲ ਸੰਬੰਧ ਕਿਸ ਤਰ੍ਹਾਂ ਦੇ ਰਹੇ ਮੈਂ ਇਸ ਸਵਾਲ ਨੂੰ ਥੋੜ੍ਹਾ ਉੱਥੇ ਲਿਜਾਣਾ ਚਾਹੁੰਦਾ ਕਿ ਜਿਵੇਂ ਖਾਸ ਤੌਰ 'ਤੇ ਡਾਕਟਰ ਜਗਤਾਰ ਤੁਹਾਡੇ ਬਾਰੇ ਬਹੁਤ ਵਧੀਆ ਗੱਲਾਂ ਨਹੀਂ ਕਰਦੇ ਰਹੇ ਸ਼ਾਇਦ ਉਹਨਾਂ ਦੇ ਸੁਭਾਅ ਦੀ ਕੁਛ ਦਿੱਕਤ ਸੀ ਜਾਂ ਤੁਹਾਡੇ ਸੁਭਾਅ ਦਾ ਹਲੀਮਾਪਨ ਸੀ ਜਾਂ ਕੀ ਸੀ ਮੈਂ ਉਹ ਥੋੜਾ ਜਿਹਾ ਜਾਣਨਾ ਚਾਹੁੰਦਾ ਸਾਰੇ ਦੋਸਤਾਂ ਲਈ ਕਿ ਉਹਦੇ ਪਿੱਛੇ ਕੀ ਕਹਾਣੀ ਸੀ ਦੇਖੋ ਇਹ ਜਿਹੜੇ ਇਹ ਸਮਝੋ ਸਾਡੇ ਨਾਲੋਂ ਸਾਡੇ ਨਾਲ ਸੀਨੀਅਰ ਮੀਸ਼ਾ ਹੋਏ ਇਹੋ ਮੇਰੇ ਕਾਲਜ ਵੇਲੇ ਤੋਂ ਵਾਕਫ ਹੈ ਕਾਲਜ ਜਦੋਂ ਅਸੀਂ ਕਵਿਤਾ ਪ੍ਰਤੀਯੋਗਤਾ 'ਚ ਹਿੱਸਾ ਵੀ ਲੈਂਦੇ ਹੁੰਦੇ ਸੀ ਮੈਂ ਰਣਦੀਪ ਚੰਦ ਔਰ ਅਸੀਂ ਫਸਟ ਸੈਕਿੰਡ ਕਦੀ ਦਾ ਵੇਲਾ ਮੀਸ਼ਾ ਵੀ ਮੈਨੂੰ ਉੱਥੇ ਮਿਲੇ ਸੁਨੀਤ ਰਾਮਪੁਰੀ ਵੀ ਮਿਲੇ ਜਗਤਾਰ ਹੋਣੀ ਵੀ ਉੱਥੇ ਮਿਲੇ ਤੋ ਅਸੀਂ ਸਾਰੇ ਇਹਨਾਂ ਦੀ ਬਹੁਤ ਕਦਰ ਕਰਨ ਵਾਲੇ ਕਵੀ ਇਹਨਾਂ ਤੋਂ ਛੋਟੇ ਕਵੀ ਸੋ ਕਵੀਆਂ 'ਚੋਂ ਵੀ ਤੁਹਾਡਾ ਕੋਈ ਗਹਿਰਾ ਦੋਸਤ ਰਿਹਾ ਜਾਂ ਹੁਣ ਹੈ ਮਤਲਬ ਜਿਵੇਂ ਤੁਸੀਂ ਵੀਰ ਸਿੰਘ ਰੰਧਾਵਾ ਹੋਰਾਂ ਦੀ ਅਕਸਰ ਗੱਲ ਕਰਦੇ ਹੋ ਹਾਂ ਸੋ ਕਵੀਆਂ ਦੇ ਪੈਰਾਂ ਵਿੱਚ ਔਰ ਅਮਤੋਰ ਬਹੁਤ ਗਹਿਰੇ ਦੋਸਤ ਰਹੇ ਆ ਅੱਛਾ ਤੁਹਾਡੇ ਉਹਨਾਂ ਨਾਲ ਨਜ਼ਦੀਕੀ ਰਹੀ ਜੀ
ਤੋ ਪਾਸ਼ ਵੀ ਸਾਡੇ 'ਚ ਸ਼ਾਮਿਲ ਹੁੰਦਾ ਸੀਗਾ ਬਹੁਤ ਵਾਰੀ ਅਸੀਂ ਇਕੱਠੇ ਛਪਾਰ ਦਾ ਮੇਲਾ ਵੀ ਦੇਖਣ ਗਏ ਤੋ ਜੋ ਜਗਦਾਰ ਹੁਣ ਨਾਲ ਮੇਰਾ ਰਿਸ਼ਤਾ ਜਿਹੜਾ ਸੀਗਾ ਉਹ ਇੱਦਾਂ ਹੀ ਸੀਗਾ ਜਿੱਦਾਂ ਮਿਸ਼ੀ ਦੇ ਨਾਲ ਵੀ ਸੀਗਾ ਵੀ ਤੋ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਕੁਛ ਮੇਰੇ ਬਾਰੇ ਇੱਦਾਂ ਦੀ ਗੱਲ ਕਹੀ ਤਾਂ ਉਦੋਂ ਮੈਨੂੰ ਯਾਦ ਹੈ ਕਿ ਮੇਰੀ ਇਹ ਗਜ਼ਲ ਸੀ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਉਦੋਂ ਇੱਕ ਚੰਡੀਗੜ੍ਹ ਤੋਂ ਮੈਗਜ਼ੀਨ ਛਪਦਾ ਸੀਗਾ ਵਿਰਾਸਤ ਜਾਂ ਵਿਰਸਾ ਮੈਗਜ਼ੀਨ ਸੀਗਾ ਅੱਛਾ ਤੇ ਉਹਨਾਂ ਨੇ ਇਹ ਗਜ਼ਲ ਮੁੱਖ ਪੰਨੇ ਦੇ ਉੱਪਰ ਛਾਪੀ ਅੱਛਾ ਤੋ ਪਿੱਛੇ ਫਿਰ ਹੋਰ ਗਜ਼ਲਾਂ ਸੀ ਪਿੱਛੇ ਸ਼ਾਇਦ ਉਹਨਾਂ ਬਾਅਦ 'ਚ ਸ਼ਾਇਦ ਤਖ਼ਤ ਸਿੰਘ ਉਹਨਾਂ ਦੀ ਗਜ਼ਲ ਵੀ ਪਿੱਛੇ ਵਿਚਕਾਰ ਇੱਦਾਂ ਦੀਆਂ ਗਜ਼ਲਾਂ ਤੇ ਜਗਤਾਰ ਉਹਨਾਂ ਨੇ ਬੜੇ ਗੁੱਸੇ ਨਾਲ ਜਾਣੀ ਉਹਨਾਂ ਨੂੰ ਖੱਤ ਲਿਖਿਆ ਕਿ ਇੱਕ ਤੁਸੀਂ ਇੱਕ ਗਜ਼ਲ ਜਿਹਦੇ ਵਿੱਚ ਹਜ਼ਾਰਾਂ ਗਲਤੀਆਂ ਉਹ ਤੁਸੀਂ ਮੁੱਖ ਪੰਨੇ ਤੇ ਛਾਪ ਦਿੱਤੀ ਤੇ ਉਸਤਾਦਾਂ ਦੇ ਏਦਾਂ 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 ਮਤਲਬ ਇਹੋ ਜਿਹਾ ਉਹਨਾਂ ਇਹੋ ਜਿਹਾ ਕੁਛ ਲਿਖਿਆ ਕਿ ਉਹ 'ਚ ਬਹੁਤ ਤੁਹਾਡੇ ਵੱਲੋਂ ਵੀ ਕੁੜੱਤਣ ਰਹੀ ਮਤਲਬ ਮੈਂ ਨਹੀਂ ਉਹਨਾਂ ਦੇ ਬਾਰੇ ਕੁਛ ਵੈਸੇ ਕਿਹਾ ਕਦੀ ਮੈਨੂੰ ਮੈਂ ਤਾਂ ਕਿਹਾ ਵੀ ਸੀ ਕਿ ਮੇਰਾ ਸਮਾਜ ਦਾ ਵੀ ਮੈਨੂੰ ਜੇ ਮੈਂ ਜੋ ਮੈਨੂੰ ਕਿਸੇ ਨੇ ਕਿਹਾ ਹੁੰਦਾ ਉਹ ਮੇਰੇ ਮਨ 'ਚ ਰੜਕਦਾ ਜਿਹੜਾ ਮੈਂ ਕਿਸੇ ਨੂੰ ਕਿਹਾ ਹੋਵੇ ਵੱਧ ਰੜਕਣ ਲੱਗ ਪੈਂਦਾ ਕਿ ਇੱਕ ਤਰ੍ਹਾਂ ਮੈਂ ਕਰਜ਼ਾਈ ਜਿਹਾ ਹੋ ਜਾਂਦਾ ਉਹਨਾਂ ਬੰਦੇ ਦਾ ਕਰਜ਼ਾਈ ਹੋ ਗਿਆ ਮੈਂ ਵੀ ਮੈਂ ਯਾਰ ਇਹਨੂੰ ਸੋ ਮੈਂ ਉਹਨਾਂ ਇਹੀ ਮੈਂ ਜਾਣੀ ਮੇਰੇ ਮੂੰਹ ਸ਼ਾਇਦ ਹੀ ਕਦੀ ਕੋਈ ਇਹਦਾ ਦਾ ਲਫ਼ਜ਼ ਨਿਕਲਿਆ ਹੋਵੇ ਤੁਹਾਡੀ ਮੋਹਨ ਸਿੰਘ ਨਾਲ ਵੀ ਕਾਫੀ ਨੇੜਤਾ ਰਹੀ ਉਹਨਾਂ ਦੇ ਸੰਪਰਕ ਵਿੱਚ ਤੁਸੀਂ ਰਹੇ ਮੋਹਨ ਸਿੰਘ ਕਿਸ ਤਰ੍ਹਾਂ ਦੇ ਬੰਦੇ ਸੀ ਤੇ ਉਹਨਾਂ ਦੀ ਕਵਿਤਾ ਨੂੰ ਤੁਸੀਂ ਕਿਵੇਂ ਸਮਝਦੇ ਉਹਨਾਂ ਮੋਹਨ ਸਿੰਘ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਯਾਨੀ ਮੇਰੇ ਬਾਰੇ ਉਹਨਾਂ ਇੱਕ ਉਹੋ ਜਿਹੇ ਵੇਲੇ ਐਸੀ ਗੱਲ ਕਹੀ ਸੀ ਉਹਨੇ ਕਿਹਾ ਸੀ ਮੇਰੇ ਤੋਂ ਬਾਅਦ ਮੀਸ਼ਾ ਔਰ ਮੀਸ਼ੇ ਤੋਂ ਬਾਅਦ ਪਾਤਰ ਕਿ ਮੇਰੀ ਪਸੰਦ ਜਾਣੀ ਉਹਨਾਂ ਨੇ ਬਹੁਤ ਉਹ ਕਾਫੀ ਹਾਊਸ ਦਾ ਜ਼ਮਾਨਾ ਸੀ ਜਲੰਧਰ ਉਦੋਂ ਉਹਨਾਂ ਸੋ ਬਹੁਤ ਉਹਨਾਂ ਦਾ ਮੇਰੇ ਨਾਲ ਪਿਆਰ ਸੀ ਤੋ ਉਹਨਾਂ ਨੇ ਸਮਝੋ ਕਿ ਮੈਂ ਉਹਨਾਂ ਕੋਲ 5 ਸਾਲ ਨੌਕਰੀ ਵੀ ਕੀਤੀ ਚਲੋ ਨੌਕਰੀ ਦੌਰਾਨ ਸਾਡੇ ਘਰ ਕੁੜਤਨਾ ਆਈਆਂ ਪਰ ਉਹ ਕੁੜਤਨਾ ਕੋਈ ਐਸੀਆਂ ਨਹੀਂ ਸੀ ਕਿ ਮੈਂ ਉਹਨੂੰ ਏਦਾਂ ਸਮਝਾਂ ਕਿ ਕੋਈ ਉਹ ਦਿਲੀ ਕੁੜਤਨਾ ਉਹ ਸਾਡੀਆਂ ਔਫੀਸ਼ੀਅਲ ਜਿਹੀਆਂ ਕੁੜਤਨਾ ਸੀ ਕਿ ਕੋਈ ਪਰਚਾ ਲਿਖਣਾ ਕੋਈ ਨਾ ਲਿਖਣਾ ਤੇ ਬਹੁਤ ਪਿਆਰੇ ਇਨਸਾਨ ਸੀ ਬਹੁਤ ਜਿੱਦਾਂ ਹੁਣ ਮਹਿਫਲਾਂ ਨੂੰ ਆਨੰਦ ਮਾਣਨ ਵਾਲੇ ਮਹਿਫਲਾਂ 'ਚ ਰੌਣਕ ਲਾਉਣ ਵਾਲੇ ਉਹਦੀਆਂ ਬਹੁਤ ਗੱਲਾਂ ਉਹਨਾਂ ਦੀਆਂ ਮੈਨੂੰ ਯਾਦ ਨੇ ਔਰ ਇੱਕ ਸ਼ਾਇਰ ਦੇ ਤੌਰ 'ਤੇ ਵੀ ਮੈਂ ਸਮਝਦਾ ਕਿ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਸ਼ਾਇਰ ਨੇ ਜਿਹਨੂੰ ਆਪਾਂ ਕਹਿੰਦੇ ਉਹਦੇ 'ਚ ਮੰਜ਼ਰ ਨਗਾਰੀ ਕਿ ਜਿਹੜਾ ਮੰਜ਼ਰ ਖਿੱਚਣਾ ਕਿਸੇ ਕੋਈ ਦ੍ਰਿਸ਼ ਤੁਸੀਂ ਬੇਸ਼ੱਕ ਉਹਨਾਂ ਦੀ ਪੜ੍ਹ ਲਓ ਦੇਸ਼ ਪਿਆਰ ਕਵਿਤਾ ਉਹ ਬਿਆਨ ਕਰਦੇ ਆ ਹਰੀ ਸਿੰਘ ਨਲੂਏ ਦਾ ਤੇ ਸਿਰ ਤਲਵਾਈਆਂ ਕਾਟੀਆਂ ਉਹ ਤੁਸੀਂ ਉਹਦਾ ਬਿਆਨ ਦੇਖੋ ਕਿ ਉਸ ਜੋ ਕੁਦਰਤ ਦਾ ਬਿਆਨ ਆ ਜਾਂ ਤੁਸੀਂ ਉਹਨਾਂ ਦੀ ਕਵਿਤਾ ਥੇ ਪੜ੍ਹ ਲਓ ਕਿ ਉਹੋ ਜਿਹੀ ਡਿਸਕ੍ਰਿਪਸ਼ਨ ਉਹੋ ਜਿਹੀ ਡਿਟੇਲ ਉਹੋ ਜਿਹੀਆਂ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਜਾਂ ਤਾਜ ਮਹਿਲ ਪੜ੍ਹ ਲਓ ਕਿ ਜਿਹੜੀ ਡਿਸਕ੍ਰਿਪਸ਼ਨ ਮੈਨੂੰ ਹੋਰ ਕੋਈ ਕਿਤੇ ਇਹੋ ਜਿਹੀ ਜਾਂ ਤੁਸੀਂ ਜੇ ਮਹਾਂਕਾਪੜੋਂ ਨਾਨਕਾਇਣ 'ਚ ਲੋਕਾਂ ਬਹੁਤ ਕਹਿ ਸਕਦੇ ਕਿ ਉਹ ਇੱਦਾਂ ਕਵਿਤਾ ਨਾਨਕਾਇਣ 'ਚ ਜੇ ਤੁਸੀਂ ਤਲਵੰਡੀ ਦੀ ਸ਼ਾਮ ਪੜ੍ਹੋ ਮਤਲਬ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੀ ਜਿਹੜੀ ਸ਼ਾਮ ਆ ਉਹ ਸ਼ਾਮ ਦਾ ਪ੍ਰਤਮੋਹਨ ਸਿੰਘ ਦੀ ਕਵਿਤਾ 'ਚ ਜੋ ਬਿਆਨ ਉਸ ਬਿਆਨ ਦੀ ਜਾਣੀ ਕੋਈ ਰੀਸ ਨਹੀਂ ਕਰ ਸਕਦਾ ਸੋ ਇਸ ਪੱਖੋਂ ਮੋਹਨ ਸਿੰਘ ਦੀ ਜਿਹੜੀ ਪ੍ਰਗਤੀਵਾਦੀ ਕਵਿਤਾ ਤੁਹਾਨੂੰ ਵੱਡੀ ਲੱਗਦੀ ਕਿ ਜਿਹੜੀ ਉਹਨਾਂ ਦੀ ਕੁਦਰਤੀ ਕਵਿਤਾ ਕੁਦਰਤੀ ਤਾਂ ਮਤਲਬ ਜਿਹੜੇ ਵਿੱਚ ਉਹ ਰੋਮਾਂਟਿਕ ਵੀ ਹੈ ਵੱਡੀ ਆ ਕੁਦਰਤੀ ਕਵਿਤਾ ਬਹੁਤ ਵੱਡੀ ਆ ਉਸ ਪੱਖੋਂ ਹੈ ਕਿ ਉਹ ਉਹਨਾਂ ਦਾ ਇੱਕ ਤਰ੍ਹਾਂ ਜਿਵੇਂ ਸਮਝ ਲਓ ਕਿ ਕਈ ਵਾਰੀ ਅਸੀਂ ਕਵਿਤਾ ਜਿਵੇਂ ਸਿਰਜਣਾ ਤੇ ਘਾੜਤ 'ਚ ਫਰਕ ਹੁੰਦਾ ਹੈ ਨਾ ਕਿ ਤੁਸੀਂ ਸਿਰਜ ਰਹੇ ਹੋ ਕਿ ਪ੍ਰੋਡਿਊਸ ਕਰ ਰਹੇ ਹੋ ਨਾ ਉਦਾਂ ਦਾ ਕਈ ਵਾਰ ਉਦਾਂ ਦਾ ਫਰਕ ਇਸੇ ਦਬਾਅ ਤਹਿਤ ਮੇਰੇ ਖਿਆਲ ਬਹੁਤ ਵਾਰ ਜਿਵੇਂ ਅਮਰਤਾ ਪ੍ਰੀਤਮ ਨੂੰ ਵੀ ਕੁਛ ਚੀਜ਼ਾਂ ਐਸੀਆਂ ਲਿਖਣੀਆਂ ਪਈਆਂ ਫਿਰ ਜਿਵੇਂ ਪ੍ਰਗਤੀਵਾਦ ਦਾ ਦੌਰਾ ਸੀ ਉਹਦੇ 'ਚ ਤੁਸੀਂ ਪ੍ਰਵਾਨਗੀ ਤੇ ਹੋਰ ਸਭ ਚੀਜ਼ਾਂ ਇੱਕ ਦੌਰ ਦੇ ਨਾਲ ਚੱਲਣ ਦੀ ਇਸ ਤਰ੍ਹਾਂ ਹੁੰਦੀ ਹੈ ਤੁਸੀਂ ਵੀ ਕਦੇ ਇਸ ਤਰ੍ਹਾਂ ਦੇ ਕਿਸੇ ਦਬਾਅ ਥੱਲੇ ਕਵਿਤਾ ਲਿਖੀ ਹੈ ਕਿ ਕੋਈ ਲਹਿਰ ਦਾ ਕੋਈ ਸਮੇਂ ਦਾ ਕੋਈ ਕਿਸੇ ਘਟਨਾ ਦਾ ਹੋਵੇ ਤੁਹਾਡੇ ਤੇ ਭਾਰ ਕਾਜ਼ਾ ਹੋਵੇ ਕਿ ਇਹ ਜ਼ਰੂਰੀ ਲਿਖੀ ਜਾਣੀ ਚਾਹੀਦੀ ਹੈ
इस तरह भी होंगे कि चीजा आत्मसात होने तो बाद आदियां कदे इस तरह की कविता मैनू कोई याद नहीं आ रही कि मैं इदा लिखी हो गई कि मैं इदा होया मेरे ख्याल से मैं जो याद करा जी कि एक बार मैनू इना जिस तरह आकाश आकाशवाणी जो दविंदर जौल थी उन्होंने मैंने कहा भी एक सू आकाशवाणी का आकाशवाणी गीत बनाना है ना आकाशवाणी का गीत है ना तो वह मैं गीत लिखा पर मैं लिखण भी मैं माणिया बहुत उन्होंने जो पढ़ोंगे कि मैं उस प्रोसैस में मैं बहुत माणिया कि मैं जिदा हम मैं हम गीत नहीं याद नहीं मैं तुम कदम पर मैं समझ लो इदा एक रीज नाल लिखिया सो मैं इदा मान लो कि तुम कभी लिखना इदा पैंदा कि तुम चाहते हो कि मैं कल उठे बोलनी मैं एक कविता लिखा पर मैं समझा कि जे तुहाडी इनवॉल्वमेंट हो जाए जे तुहाडी शमूलियत हो जाए जे तुसीं अपने मतलब जिवें कई बार लेख भी लिखते हैं तो लेख असीं इदा इदा लिखते हैं तो शायद कभी इस तरह भी लिखिया जा सकता कि जो मान लो कोई कुछ बंदे महाकाव लिखते हैं ये सोचे कि उन्होंने महाकाव लिखना तो वह फिर उन्होंने कई बार वो राह अटक जाते हो लेके वो एक लिरिकल पोइट्री है एक महाकाव है कि तुम महाकाव एक डिजाइन बना के लिखते कई बार वही कविता डिजाइन बना के लिखते हो कि मैं एक ऐस टीम से वही कविता लिखनी है तो तुम शायद इदा का डिजाइन बना के लिखते हो पर मेरे अनुभव यानी मेरिया जिदा हम मेरे के छपिया किताबों च मैंने यहोजा कोई मैं नहीं दे सकता कि जेडी मैं इदा कविता लिखी हो तुसी कविता के कई रूपां च अपने आप नूं पेश कीता ढालिया तुसी गीत भी लिखे खुली नज़म जिहनूं असीं कहिंदे उह भी लिखी गज़ल भी तुसी बहुत शानदार लिखी कुछ नज़मां तुहाडियां बहुत एक शानदार छंद विच ने जिहड़ियां खास तौर ते मैं 84 दे दौर वालियां तुहाडियां शूक रहे जंगल नूं की कण चुप करावां मैं जां लगी नज़र पंजाब नूं जां वारिस शाह नूं वंडिया सी ये जिहड़ा रूप है ये किस तरह मतलब उहदा बदलदा कि इस चीज़ का गीत हो सकता है इस चीज़ की ये तुसीं आप तय करदे हो जां एक जिहड़ा अनुभव हो आपे कोई अपनी शक्ल लैके आउंदा तुहाडे नज़दीक ये भी गुरतेज मैं यानी हकीकत यही है कि जिमें किसी कवि अंग्रेजी कवि का ही मैं वाक याद आता वह कहता कि कविता की एक अद्धी सतर तो गैब चो ही आती है कि गांह सत्रा तुसी पावे उन्हां नूं जोड़ो जां तुसी वीर करो डिको लेकिन एक दो सत्रा तुहानूं गैप चो ही आउंदियां किवें दा जिहड़ियां ओह एक दो सत्रा हुंदियां ओह तुहाडा एक तरह फॉर्म डिसाइड कर दिंदा बन जांदा कि इह की हो जांदा की बन रिहा है ना ओह है कि तुहाडे साडे अंदर मॉडल तां मैनूं कहिंदे जिहड़ी तुहाडी ग्रामर एक आ तुहाडा ਉਹਦਾ ਇੱਕ ਤਾਂ ਉਹ ਤੁਹਾਡੇ ਅੰਦਰ ਤਾਂ ਹੁੰਦੀ ਆ ਤੁਸੀਂ ਗੀਤ ਬਹੁਤ ਪੜ੍ਹੇ ਹੁੰਦੇ ਆ ਤੁਸੀਂ ਨਜ਼ਮਾਂ ਵੀ ਪੜ੍ਹੀਆਂ ਹੁੰਦੀਆਂ ਉਹ ਤੁਹਾਡੇ ਅੰਦਰ ਇੱਕ ਤਰ੍ਹਾਂ ਦੇ ਮਾਡਲ ਬਣੇ ਹੋਏ ਆ ਔਰ ਉਹ ਸਾਰਾ ਕੁਛ ਰਲ ਕੇ ਹੀ ਬਣਦਾ ਜਿਵੇਂ ਯਾਨੀ ਇੱਕ ਐਲੀਅਟ ਦੀ ਗੱਲ ਆ ਐਲੀਅਟ ਕਵੀ ਵੀ ਸੀ ਅਤੇ ਬਹੁਤ ਵੱਡਾ ਕ੍ਰਿਟਿਕ ਵੀ ਸੀਗਾ ਅਤੇ ਉਹ ਕਹਿੰਦਾ ਕਿ ਜਿਹੜੀ ਕਵਿਤਾ ਆ ਉਹ ਕਵੀ ਦਾ ਕੌਨਸ਼ੀਅਸ ਮਾਇੰਡ ਅਤੇ ਸਬ ਕੌਨਸ਼ੀਅਸ ਮਾਇੰਡ ਰਲ ਕੇ ਲਿਖਦੇ ਆ ਮਤਲਬ ਸਬਕੌਨਸ਼ੀਅਸ ਵੀ ਜਿਹੜੀਆਂ ਹੁਣ ਕਈ ਵਾਰੀ ਬਿੰਬ ਆਉਂਦੇ ਆ ਜਿਹੜੇ ਜਾਂ ਚਿੰਨ ਆਉਂਦੇ ਆ ਨਾ ਉਹ ਤੁਹਾਡੇ ਸਬਕੌਨਸ਼ੀਅਸ ਚੋਂ ਆਉਂਦੇ ਆ ਜਾਂ ਮੈਂ ਕਵਿਤਾ ਸੀ ਮੇਰੀ ਜਿਸ ਤਰ੍ਹਾਂ ਜਿਹੜੀ ਮੈਂ ਲਿਖੀ ਜ਼ੇਬ ਨਿਸਾ ਦੀ ਝਰਨੇ ਬਾਰੇ ਜ਼ੇਬ ਨਿਸਾ ਦੀ ਕਵਿਤਾ ਤੋ ਉਹ ਸੀ ਕਿ ਝਰਨੇ ਬਾਰੇ ਮੈਂ ਲਿਖਿਆ ਕਿ ਝਰਨੇ ਬਾਰੇ ਮੈਂ ਬੜੀਆਂ ਕਵਿਤਾਵਾਂ ਪੜ੍ਹੀਆਂ ਹੈ ਨਾ ਕਿਸੇ ਕਵੀ ਨੇ ਲਿਖਿਆ ਕਿ ਝਰਨਾ ਇੱਦਾਂ ਹੈ ਜਿਵੇਂ ਕਿਸੇ ਔਰਤ ਦੇ ਪਿੱਠ ਤੇ ਵਾਲ ਕੇਸ ਪਲਮ ਦੇ ਹੋਣ ਇੱਕ ਕਵੀ ਕਹਿੰਦਾ ਝਰਨਾ ਇੱਦਾਂ ਜਿਵੇਂ ਕੋਈ ਮੇਰੀ ਭਾਸ਼ਾ ਦੇ ਵਿੱਚ ਚੀਨੀ ਦੇ ਵਿੱਚ ਕਵਿਤਾ ਲਿਖ ਰਿਹਾ ਹੋਵੇ ਉੱਪਰੋਂ ਥੱਲੇ ਨੂੰ ਕਵਿਤਾ ਆ ਰਹੀ ਆ ਅਤੇ ਪਰ ਮੈਂ ਕਿਹਾ ਜਿਹੜੀ ਮੇਰਾ ਸੀਨਾ ਚੀਰ ਗਈ ਸੀ ਉਹ ਸੀ ਜ਼ੇਬ ਨਿਸਾ ਦੀ ਕਵਿਤਾ ਅਤੇ ਜ਼ੇਬ ਨਿਸਾ ਕਹਿੰਦੀ ਝਰਨਾ ਵਗਦਾ ਇੱਦਾਂ ਲੱਗਦਾ ਜਿਉਂ ਪੱਥਰਾਂ 'ਤੇ ਪਟਕ ਪਟਕ ਕੇ ਮੱਥਾ ਰਾਤ ਦਿਨੇ ਕੋਈ ਰੋਂਦਾ ਹੋਵੇ ਹੁਣ ਮਤਲਬ ਇੱਕ ਨੂੰ ਉਹ ਇੱਦਾਂ ਕਿਉਂ ਲੱਗਾ
ਦੂਜੇ ਨੂੰ ਇਦਾਂ ਕਿਉਂ ਲੱਗਾ, ਜੇਬ ਨੇ ਸਾਨੂੰ ਐ ਕਿਉਂ ਲੱਗਾ, ਉਹ ਚ ਮੈਂ ਸਬਕੌਂਸ਼ੀਅਸ ਦਾ ਹਿੱਸਾ ਸਮਝਦਾ ਕਿ ਕੁਛ ਸਬਕੌਂਸ਼ੀਅਸ ਚ, ਜਿਵੇਂ ਹੁਣ ਜੇਬ ਨੇ ਸਾਹ ਦਾ ਆਇਆ ਕਿ ਜੇਬ ਨੇ ਸਾਹ ਔਰੰਗਜ਼ੇਬ ਦੀ ਧੀ ਸੀ, ਸ਼ਾਹਜਹਾਨ ਦੀ ਪੋਤੀ ਸੀ, ਸ਼ਾਹਜਹਾਨ ਨੇ ਬਹੁਤ ਸਾਰੇ ਜਾਣੀ ਝਰਨੇ ਬਣਾਏ ਸੀ ਸ਼ਾਲੀਮਾਰ, ਔਰ ਸ਼ਾਹਜਹਾਨ ਨੂੰ ਉਹਦੇ ਪੁੱਤਰ ਨੇ ਕੈਦ ਕੀਤਾ, ਔਰੰਗਜ਼ੇਬ ਨਾਲ ਬਹੁਤ ਕੁਝ ਜੁੜਿਆ ਹੋਇਆ ਇਹੋ ਜਿਹਾ, ਜਿਹੜਾ ਆਪਾਂ ਸਾਰੇ ਜਣੇ ਸਮਝਦੇ ਕਿ ਅਸੀਂ ਉਹ ਸਾਰੀ ਕੁਝ ਜੋ ਮਤਲਬ ਤਖ਼ਤ ਦੀ ਖਾਤਰ ਖੂਨ ਖਰਾਬਾ ਹੋਇਆ ਜਾਣਦੇ ਹਾਂ। ਤੋ ਜ਼ੇਬ ਨਿਸਾ ਦੇ ਮਨ ਤੇ ਮੈਂ ਸਮਝਦਾ ਕਿ ਜ਼ਰੂਰ ਉਹ ਪ੍ਰਭਾਵ ਹੋਣਗੇ ਕਿ ਉਹਨੂੰ ਉਹਨੂੰ ਝਰਨਾ ਕਦੀ ਵੀ ਇੱਦਾਂ ਨਹੀਂ ਲੱਗਾ ਕਿ ਦੂਜੇ ਕਵੀਆਂ ਲੱਗਾ, ਉਹਨੂੰ ਬਿਲਕੁਲ ਵੱਖਰਾ ਲੱਗਾ। ਸੋ ਇੱਥੇ ਮੈਂ ਸਮਝਦਾ ਕਿ ਇੱਥੇ ਸਬਕੌਨਸ਼ੀਅਸ ਕੰਮ ਕਰ ਰਿਹਾ, ਕਿ ਇੱਥੇ ਸਬਕੌਨਸ਼ੀਅਸ ਦੀ ਜਿਹੜੀ ਦਾ ਇੱਕ ਰੋਲ ਅਦਾ ਹੁੰਦਾ ਜਾਂ ਮੈਟਾਫਰ ਆਉਂਦਾ, ਪਰ ਮੈਟਾਫਰ ਦੀ ਪਿੱਛੇ ਇੱਕ ਸਾਈਕੋਲੋਜੀ ਵੀ ਹੁੰਦੀ ਹੈ ਕਿ ਕਿਸੇ ਕਵੀ, ਹੁਣ ਜਿਵੇਂ ਇੱਕ ਹਾਸ਼ਮ ਦੀ ਕਵਿਤਾ ਹੈ ਕਿ ਸੂਰਜ ਆਖ ਨਾ ਹੀ ਇਹ ਚੜਿਆ, ਇਹ ਤਾਂ ਚਿਖਾ ਪਏ ਅਸਮਾਨੇ, ਕਿ ਜਿਸ ਸ਼ਖਸ ਨੇ ਲਿਖਿਆ ਹੋਊਗਾ ਉਹਦਾ ਤੁਸੀਂ ਉਹਦੀ ਮਨੋਸਥਿਤੀ ਕੀ ਹੋਊਗੀ, ਹੈ ਨਾ। ਸੋ ਇਹਨਾਂ ਦੇ ਇਹ ਸੋਰਸਿਸ ਜੋ ਤੁਹਾਡੇ ਸਬਕੌਨਸ਼ੀਅਸ ਦੇ ਵਿੱਚ ਜਾਂ ਕਈ ਵਾਰੀ ਤੁਹਾਡੇ ਅਨਕੌਨਸ਼ੀਅਸ ਦੇ ਵਿੱਚ ਹੋ ਸਕਦੇ। ਪਾਤਰ ਸਾਹਿਬ, ਸਾਹਿਤ ਵਿੱਚ ਧੜੇਬੰਦੀਆਂ, ਗੁੱਟਬੰਦੀਆਂ, ਸਾਹਿਤ ਸਭਾਵਾਂ, ਇਹ ਸੰਸਥਾਵਾਂ ਦੇ ਵਿੱਚ ਚੀਜ਼ਾਂ ਚੱਲਦੀਆਂ, ਤੁਸੀਂ ਵੀ ਸਾਹਿਤ ਦੀ ਸਿਆਸਤ ਵਿੱਚ ਹਿੱਸਾ ਲੈਂਦੇ ਹੋ? ਜੇ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਸਿਆਸਤ ਆ ਉਹਦਾ ਲਬੋ ਲਹਿਜਾ ਕੋਈ ਬਹੁਤ ਜ਼ਾਲਮ ਹੁੰਦਾ, ਕਰੂਰ ਹੁੰਦਾ ਜਾਂ ਨਰਮ ਰਹਿੰਦਾ? ਮੈਂ ਇਸ ਤਰੀਕੇ ਨਾਲ ਪੁੱਛਣਾ ਚਾਹੁੰਦਾ ਕਿ ਇੱਕ ਵਾਰ ਇਹ ਸਮਾਂ ਆ ਗਿਆ ਸੀ ਕਿ ਤੁਹਾਡੇ ਬਹੁਤ ਕਰੀਬੀ ਦੋਸਤ ਸਤਿੰਦਰ ਸਿੰਘ ਨੂਰ ਤੇ ਤੁਸੀਂ ਆਹਮਣੇ ਸਾਹਮਣੇ ਹੋ ਗਏ ਸੀ ਚੋਣ ਦੇ ਵਿੱਚ, ਉਹ ਕੀ ਮੁੱਦਿਆਂ ਦੀ ਕੋਈ ਲੜਾਈ ਸੀ, ਕੋਈ ਵਿਚਾਰਧਾਰਕ ਤੁਹਾਡੀਆਂ ਪੋਜੀਸ਼ਨਸ ਅਲੱਗ ਸੀ ਜਾਂ ਕੋਈ ਅਹਿਮ ਦਾ ਮਸਲਾ ਸੀ, ਕਿਸ ਤਰ੍ਹਾਂ ਵਾਪਰਦਾ ਹੈ? ਨੂਰ ਸਾਹਿਬ ਮੇਰੇ ਬਹੁਤ ਦੋਸਤ, ਆਪਾਂ ਆਪਾਂ ਪਹਿਲਾਂ ਮੈਂਸ਼ਨ ਨਹੀਂ ਕੀਤਾ, ਨੂਰ ਸਾਹਿਬ ਮੇਰੇ ਜੀ ਉਹ ਤੋਂ ਬਾਅਦ ਵੀ ਬਹੁਤ ਪਿਆਰੇ ਦੋਸਤ ਰਹੇ, ਮਤਲਬ ਉਹ ਤੋਂ ਬਾਅਦ ਦੀਆਂ ਵੀ ਸਾਡੀਆਂ ਗੱਲਾਂ ਮੈਂ ਉਹਨਾਂ ਦੇ ਲੇਖ ਵੀ ਲਿਖਿਆ, ਉਹ ਤੋਂ ਪਹਿਲਾਂ ਵੀ ਨੂਰ ਸਾਹਿਬ ਮੇਰੇ ਦੋਸਤ ਬਹੁਤ ਸੀ, ਤੇ ਉਸ ਵੇਲੇ ਜਾਣੀ ਕੁਛ ਏਦਾਂ ਹੋਈ ਸੀ ਗੱਲ, ਜਿਹੜੀ ਮੈਂ ਮੇਰੇ ਨੂਰ ਸਾਹਿਬ ਦੇ ਸਾਹਮਣੇ ਆਉਣ ਦੀ ਗੱਲ ਸੀ ਕਿ ਅਸਲ 'ਚ ਉੱਪਰ ਉਦੋਂ ਚੋਣਾਂ ਸੀਗੀਆਂ ਭਾਰਤੀ ਸਾਹਿਤ ਅਕੈਡਮੀ ਦੀਆਂ, ਭਾਰਤੀ ਸਾਹਿਤ ਅਕੈਡਮੀ 'ਚ ਇੱਕ ਪਾਸੇ ਸੀਗੇ ਗੋਕਲ ਚੰਦ ਨਾਰੰਗ, ਗੋਪੀ ਚੰਦ ਨਾਰੰਗ, ਦੂਸਰੇ ਪਾਸੇ ਸੀਗੇ ਮਹਾਸ਼ਵੇਤਾ ਦੇਵੀ ਦੇਵੀ, ਤੇ ਨੂਰ ਸਾਹਿਬ ਸੀਗੇ ਇੱਧਰ ਗੋਪੀ ਚੰਦ ਨਾਰੰਗ, ਅਸੀਂ ਸੀਗੇ ਇੱਧਰ ਮਹਾਸ਼ਵੇਤਾ ਦੇਵੀ, ਤੇ ਉੱਥੇ ਫਿਰ ਇਹ ਸੀਗਾ ਕਿ ਜੇ ਫਿਰ ਉੱਥੇ ਇੱਕ ਫਿਰ ਬਣਦਾ ਹੁੰਦਾ ਕਨਵੀਨਰ, ਕਨਵੀਨਰ ਉਹੀ ਬਣਦਾ ਹੁੰਦਾ ਜਿਹੜਾ ਜਿਹਨਾਂ ਦਾ ਪ੍ਰਧਾਨ ਜਿੱਤ ਜਾਵੇ। ਚਲੋ ਖੈਰ ਉਸ ਚੋਣ ਦੇ ਵਿੱਚ ਮਹਾਸ਼ਵੇਤਾ ਦੇਵੀ ਹਾਰੇ, ਗੋਪੀ ਚੰਦ ਨਾਰੰਗ ਜਿੱਤ ਗਏ, ਤੇ ਉਸ ਵੇਲੇ ਪੰਜਾਬੀ ਸਾਹਿਤ ਅਕੈਡਮੀ ਦਾ ਸੀਗਾ ਪ੍ਰਧਾਨ, ਤੇ ਜਾਣੀ ਉਹ ਇੱਕ ਟਰਮ ਮੈਂ ਰਹਿ ਚੁੱਕਾ ਸੀਗਾ, ਦੂਜੀ ਟਰਮ ਮੇਰੀ ਉਹ ਸ਼ੁਰੂ ਹੋਣੀ ਸੀ, ਤੇ ਫਿਰ ਮੈਨੂੰ ਕਿਸੇ ਨੇ ਪੁੱਛਿਆ ਸੀ ਵੀ ਨੂਰ ਸਾਹਿਬ ਮੇਰੇ, ਉਹਨਾਂ ਨੇ ਮੇਰੇ ਖਿਲਾਫ਼ ਕਾਗਜ਼ ਭਰ ਦਿੱਤੇ, ਤੇ ਮੈਨੂੰ ਕਹਿੰਦੇ ਤੁਸੀਂ ਨੂਰ ਸਾਹਿਬ ਨਾਲ ਕਿਉਂ ਲੜ ਰਹੇ ਹੋ? ਮੈਂ ਕਿਹਾ ਵੀ ਨੂਰ ਸਾਹਿਬ ਨਾਲ ਨੀ ਮੈਂ ਲੜ ਰਿਹਾ, ਨੂਰ ਸਾਹਿਬ ਮੇਰੇ ਨਾਲ ਲੜ ਰਹੇ, ਮੈਂ ਤਾਂ ਉਸ ਵੇਲੇ ਪ੍ਰੈਜੀਡੈਂਟ ਸੀਗਾ, ਤੇ ਜਦਕਿ ਪਹਿਲਾਂ ਬਣਾਉਣ ਵੇਲੇ ਏਦਾਂ ਸੀਗਾ ਕਿ ਤੁਸੀਂ ਬਣਨਾ, ਸਾਰੇ ਅਸੀਂ ਇਕੱਠੇ ਸੀਗੇ ਸਾਰੇ ਦੋਸਤ ਜਿਹਦੇ ਵਿੱਚ ਹੁਣ ਸਾਡੇ ਸਾਰੇ ਦੋਸਤ ਆ, ਤੇ ਬਸ ਇਹੋ ਇੱਕ ਹੈ ਕਿ ਨੂਰ ਸਾਹਿਬ ਸਮਝ ਲਓ ਕਿ ਇੱਕ ਹੋਰ ਧਿਰ ਨਾਲ ਰਲ ਕੇ ਇਸ ਤਰ੍ਹਾਂ ਉਦੋਂ ਉਹਨਾਂ ਨੇ ਚੋਣ ਲੜੀ, ਜਿਹਦੇ ਵਿੱਚ ਸਾਡੀਆਂ ਇਕੱਠੀਆਂ ਬੈਠ ਕੇ ਗੱਲਾਂ ਵੀ ਹੋਈਆਂ, ਸਾਡਾ ਦੋਸਤ ਹੈਗਾ ਸੁਰਜੀਤ ਓਜ਼ੀਅਰ, ਸੁਰਜੀਤ ਮਾਨ, ਬਹੁਤ ਪਿਆਰਾ ਦੋਸਤ, ਅਸੀਂ ਦੋਨੋਂ ਬੈਠੇ, ਅਸੀਂ ਕਿਹਾ, ਮੈਂ ਕਿਹਾ ਵੀ ਸੁਰਜੀਤ ਜੋ ਫੈਸਲਾ ਕਰ ਦਊਗਾ ਵੀ ਜੇ ਮੈਂ ਗਲਤ ਹਾਂ ਤੇ ਮੈਂ ਵਿਦਰੋਹ ਕਰ ਲਊਂਗਾ ਪੇਪਰ, ਜੇ ਇਹ ਗਲਤ ਨਹੀਂ ਕਰੇਗਾ। ਤੋ ਫਿਰ ਨੂਰ ਸਾਹਿਬ ਉਸ ਮਹਿਫਲ 'ਚ ਅਸੀਂ ਬੈਠੇ ਰਹੇ, ਬਹੁਤ
ਬਹੁਤ ਗੱਲਾਂ ਹੋਈਆਂ, ਮੈਂ ਆਪਣਾ ਪੱਖ ਦੱਸਿਆ, ਉਹਨਾਂ ਨੇ ਆਪਣਾ ਪੱਖ ਦੱਸਿਆ, ਤੇ ਉਹ ਫਿਰ ਕਹਿੰਦੇ ਮੈਂ ਤੁਹਾਨੂੰ ਫਿਰ ਦੱਸੂੰਗਾ। ਤੇ ਨਹੀਂ ਸੁਰਜੀਤ ਨੇ ਵੀ ਇਹ ਕਿਹਾ ਸੀਗਾ ਕਿ ਜਿੱਦਾਂ ਉਹਨੇ ਕਿਹਾ ਵੀ ਠੀਕ ਹੈ ਹੁਣ ਤੁਸੀਂ ਇਹ ਤਾਂ ਪ੍ਰਧਾਨ ਹੈਗਾ ਨਾ ਇੱਥੇ, ਸੋ ਬਸ ਉਹ ਇਸ ਤਰ੍ਹਾਂ ਦਾ ਇੱਕ ਅਸੀਂ ਇਸ ਤਰ੍ਹਾਂ ਲੱਗਦੇ ਹੱਥ ਨਾ ਇਹਦੇ ਨਾਲ ਲੱਗਦੇ ਹੱਥ ਜਿਹੜਾ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਬਣਨ ਦਾ ਮੁਕਾਮ ਤੁਹਾਡੇ ਆਇਆ ਸਾਹਮਣੇ, ਇਹ ਤਜਰਬਾ ਕਿਸ ਤਰ੍ਹਾਂ ਦਾ ਰਿਹਾ? ਕਿੰਨੀਆਂ ਚੀਜ਼ਾਂ ਤੁਸੀਂ ਕਰ ਸਕੇ ਜਾਂ ਤੁਹਾਡੇ ਵਰਗੇ ਬੰਦੇ ਦੇ ਇਸ ਇੱਕ ਉਹਦੇ ਮੁਖੀ ਹੋਣ ਦੇ ਨਾਤੇ ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਰਹੀਆਂ, ਕਿਸ ਤਰ੍ਹਾਂ ਦੇ ਉਹਦੇ ਵਿੱਚ ਮੌਕੇ ਸੀ, ਇਹਨੂੰ ਥੋੜਾ ਜਰਾ ਖੋਲ ਕੇ ਦੱਸੋ ਕਿਉਂਕਿ ਇਹ ਕਿਸੇ ਕਿਤਾਬ ਚ ਨਹੀਂ ਆਉਣਾ ਹੁੰਦਾ ਇਹ। ਇਹਦੇ ਚ ਮਤਲਬ ਕੋਈ ਦੁਸ਼ਵਾਰੀਆਂ ਤਾਂ ਨਹੀਂ ਬਹੁਤੇ ਆਈਆਂ, ਉਹ ਜੋ ਸਾਡੀ ਆਪਣੀ ਸਮਰੱਥਾ ਦੀ ਕੋਈ ਗੱਲ ਹੋ ਸਕਦੀ, ਮੈਂ ਮਹਿਸੂਸ ਕਰਦਾ ਇੱਦਾਂ ਕਿ ਇਹਦੇ ਵਿੱਚ ਜਿਵੇਂ ਸਾਡੀਆਂ ਤਿੰਨ ਅਕੈਡਮੀਆਂ ਨੇ, ਇੱਕ ਆਰਟਸ ਕੌਂਸਲ ਹੈ, ਆਰਟਸ ਕੌਂਸਲ ਨੂੰ ਅਸੀਂ ਕਹਿੰਦੇ ਅੰਬਰੇਲਾ ਕਿ ਉਹ ਤਿੰਨ ਅਕੈਡਮੀਆਂ ਨੇ ਔਰ ਆਰਟਸ ਕੌਂਸਲ ਉਸ ਗੱਲ ਨੂੰ ਡਿਜ਼ਾਇਨ ਡਿਜ਼ਾਇਨ ਕਰਦੀ ਆ ਔਰ ਸਮਾਗਮ ਕੀਤੇ ਜਾਂਦੇ ਆ, ਔਰ ਇੱਕ ਕਲਚਰਲ ਪੋਲਿਸੀ ਬਣੀ ਇੱਕ ਲੈਵਲ ਤੱਕ ਬਣੀ। ਤੋ ਆਰਟਸ ਕੌਂਸਲ ਦਾ ਜਿੱਦਾਂ ਸਮਝ ਲਓ ਕਿ ਰੰਧਾਵਾ ਸਾਹਿਬ ਦਾ ਸੁਪਨਾ ਇਹੀ ਸੀ ਕਿ ਪੰਜਾਬ ਨੂੰ ਮੈਂ ਪੰਜਾਬ ਬਹੁਤ ਆਰਟਿਸਟਿਕ ਧਰਤੀ ਬਣੇ, ਆਰਟਿਸਟਾਂ ਦੀ ਨੂੰ ਆਪਾਂ ਸਰਪ੍ਰਸਤੀ ਦੇ ਸਾਡੇ ਲੋਕ ਆਰਟ ਦੇਖਣ ਵੀ ਪੜ੍ਹਨ ਵੀ, ਔਰ ਇਹਦੇ ਵਿੱਚ ਫਿਰ ਵੀ ਇੱਕ ਲੈਵਲ 'ਤੇ ਸੀਗਾ ਕਿ ਅਸੀਂ ਪਿੰਡਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਈਏ। ਸੋ ਕੁਛ ਕੰਮ ਅਸੀਂ ਇੱਦਾਂ ਦੇ ਕੀਤੇ, ਜਿਵੇਂ ਸਾਡਾ ਪਹਿਲਾ ਹੀ ਸਮਾਗਮ ਅਸੀਂ ਧਨੀ ਰਾਮ ਚਾਤਰਕ ਹੋਰਾਂ ਦੇ ਪਿੰਡ ਜਿੱਥੇ ਉਹ ਆ ਕੇ ਰਹੇ, ਪਹਿਲਾਂ ਜਨਮ ਤੋਂ ਦਾ ਰਹਿੰਦੇ ਪੰਜਾਬ 'ਚ, ਹੁਣ ਉਹ ਧਰਤੀ ਲੇਕਿਨ ਲੁਕ ਕੇ ਉਹ ਬਹੁਤ ਚਿਰ ਰਹੇ ਉੱਥੇ, ਉਹਦਾ ਸ਼ੁਰੂ ਕੀਤਾ। ਫਿਰ ਅਸੀਂ ਪ੍ਰੀਤ ਨਗਰ ਤੋਂ ਸ਼ੁਰੂ ਕੀਤਾ, ਫਿਰ ਅਸੀਂ ਸਾਹਿਬ ਦੇ ਪਿੰਡ ਵੀ ਗਏ, ਫਿਰ ਅਸੀਂ ਹਰਭਜਨ ਸਿੰਘ ਹੁੰਦਲ ਦੇ ਪਿੰਡ ਵੀ ਗਏ। ਸੋ ਕੁਛ ਚੀਜ਼ਾਂ ਇਸ ਪੱਧਰ ਦੀਆਂ ਅਸੀਂ ਕੀਤੀਆਂ, ਜਾਂ ਅਸੀਂ ਸਮਝ ਲਓ ਕਿ ਕੁਛ ਇਹੋ ਜਿਹੇ ਵੱਡੇ ਉਤਸਵ ਕੀਤੇ ਕਿ ਇੱਕ ਮਲੇਰਕੋਟਲਾ ਦਿਵਸ ਮਨਾਇਆ ਅਸੀਂ ਚੰਡੀਗੜ੍ਹ ਦੇ ਵਿੱਚ, ਯਾਨੀ ਪੂਰਾ ਦਿਨ ਮਲੇਰਕੋਟਲੇ ਨੂੰ ਡੈਡੀਕੇਟ ਕੀਤਾ ਗਿਆ, ਇੱਕ ਪੂਰਾ ਰਬਾਬ ਉਤਸਵ ਰੱਖਿਆ ਰਬਾਬ ਦਾ। ਸੋ ਔਰ ਸਾਡੇ ਮਨ 'ਚ ਇੱਕ ਬਹੁਤ ਵੱਡੀ ਗੱਲ ਇਹ ਸੀ ਵੀ ਅਸੀਂ ਬੱਚਿਆਂ ਨੂੰ, ਖਾਸ ਕਰਕੇ ਵਿਦਿਆਰਥੀਆਂ ਨੂੰ, ਅਸੀਂ ਇਹੋ ਜਿਹੀਆਂ ਚੀਜ਼ਾਂ ਗਾਉਣ ਲਈ ਪ੍ਰੇਰਿਤ ਕਰੀਏ ਜਿਹੜੀਆਂ ਕਿ ਗਾਉਣੀਆਂ ਚਾਹੀਦੀਆਂ। ਸੋ ਉਹਦੇ ਲਈ ਸਾਡੇ ਮਨ 'ਚ ਸੀਗਾ ਕਿ ਜਿਹੜਾ ਅਜੇ ਵੀ ਸਮਝ ਲਓ ਕਿਸੇ ਲੈਵਲ 'ਤੇ ਸੀਗਾ ਕਿ ਅਸੀਂ ਬਹੁਤ ਵੱਡਾ ਇੱਕ ਜਿਹੜਾ ਫੈਸਟੀਵਲ ਸ਼ੁਰੂ ਹੋਵੇ ਉਹ ਜ਼ਿਲ੍ਹੇ ਪੱਧਰ ਤੋਂ ਹੋਵੇ, ਫਿਰ ਅੱਗੇ ਜਾਵੇ ਅੱਗੇ ਜਾਵੇ, ਅਤੇ ਅਖੀਰ 'ਤੇ ਅਸੀਂ ਇੱਕ ਦੋ ਤਿੰਨ ਐਲਬਮਾਂ ਤਿਆਰ ਕਰੀਏ ਉਹਨਾਂ ਬੱਚਿਆਂ ਦੀ ਆਵਾਜ਼ ਵਿੱਚ, ਜਿਹੜਾ ਜਾਣੀ ਅਜੇ ਹੋਇਆ ਨਹੀਂ। ਫਿਰ ਇੱਕ ਇਹ ਵੀ ਸੀ ਕਿ ਇੱਕ ਪੂਰੀ ਕਿਤਾਬ ਛਪੇ ਜਿਹਦਾ ਨਾਂ ਹੋਵੇ ਤੇਰੇ ਗਾਵਣ ਵਾਸਤੇ, ਕਿ ਅਸੀਂ ਜਿਹੜੀ ਗਾਈ ਜਾਣ ਵਾਲੀ ਪੋਇਟਰੀ ਆ ਪੁਰਾਣੀ ਤੋਂ ਲੈ ਕੇ ਹੁਣ ਤੱਕ ਨਵੇਂ ਕਵੀਆਂ ਦੀ ਹੁਣ ਤੱਕ ਦੀ ਇੱਕ ਸਮਝ ਲਓ ਪੋਥੀ ਹੋਵੇ ਜਿਹੜੀ ਕਿ ਐਸ ਪੋਥੀ 'ਚੋਂ ਗਾਓ ਨਾ, ਜਿਹੜੀਆਂ ਅਸੀਂ ਮੁਕੰਮਲ ਨਹੀਂ ਕਰ ਸਕੇ, ਜਿਹੜੇ ਮਨ 'ਚ ਅਜੇ ਡਰੀਮ ਹੀ ਕਿਸੇ ਲੈਵਲ 'ਤੇ ਹੈਗੇ ਨੇ। ਤੋ ਬਾਕੀ ਹੁੰਦਾ ਕਿ ਤੁਹਾਡਾ ਸਮਾਂ ਬਹੁਤ ਲੈਂਦੇ ਨੇ ਪ੍ਰਬੰਧ, ਸੋ ਕਿਸੇ ਪੱਧਰ ਤੁਹਾਡੇ ਮਨ 'ਚ ਇਹ ਵੀ ਖਿਆਲ ਬਹੁਤ ਵਾਰੀ ਆਉਂਦਾ ਕਿ ਸ਼ਾਇਦ ਇਹ ਕੰਮ ਮੇਰੇ ਯਾਨੀ ਕੋਈ ਹੋਰ ਵੀ ਕਰ ਸਕਦਾ, ਮੇਰੇ ਤੋਂ ਬਿਹਤਰ ਵੀ ਕਰ ਸਕਦਾ। ਸੋ ਇਸ ਤਰ੍ਹਾਂ ਦੇ ਅਹਿਸਾਸ ਇਸ ਦੌਰਾਨ ਮੈਂ ਹੰਡਾਏ। ਅੱਛਾ, ਇੱਕ ਸਵਾਲ ਪ੍ਰਾਤਰ ਸਾਹਿਬ, ਜਦੋਂ ਦਾ ਤੁਹਾਡੇ ਪ੍ਰੋਗਰਾਮ ਅਨਾਊਂਸ ਹੋਇਆ ਸੀ ਕਿ ਤੁਸੀਂ ਲਾਈਵ ਇਸ ਪੇਜ ਉੱਤੇ ਆ ਰਹੇ ਹੋ, ਬਹੁਤ ਸਾਰੇ ਜਿਹੜੇ ਇਸ ਪੇਜ ਨੂੰ ਦੇਖਣ ਵਾਲੇ ਉਹਨਾਂ ਦਾ ਇੱਕ ਕਮੈਂਟਸ ਵਿੱਚ ਜਾਂ ਪ੍ਰਬੰਧਕਾਂ ਨੂੰ ਸਵਾਲ ਆ ਰਿਹਾ ਸੀ, ਇਤਰਾਜ਼ ਵਗੈਰਾ ਸਵਾਲ ਹੈ ਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦੀ ਭੂਮਿਕਾ ਲਿਖੀ, ਔਰ ਇਸ ਸਵਾਲ ਦੇ ਬਹੁਤ ਇੱਕ ਉੱਠ ਪੈਣ ਦਾ ਕਾਰਨ ਇਹ ਹੋਇਆ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਕਿਸ ਤਰ੍ਹਾਂ ਦੀ ਕਿਸੇ ਕਿਤਾਬ ਜਾਂ ਉਹਦੀ ਕਮੈਂਟ ਨੂੰ ਲੈ ਕੇ ਚਰਚਾ ਹੋਈ। ਤੁਸੀਂ ਇੰਨੇ ਸਾਰੇ ਲੋਕਾਂ ਲਈ ਆਸ਼ੀਰਵਾਦੀ ਤਾਰੀਫੀ ਕਮੈਂਟ ਲਿਖ ਦਿੰਦੇ ਹੋ, ਉਹਦਾ ਕਾਰਨ ਕੀ ਹੈ ਕਿ ਤੁਸੀਂ ਬਹੁਤ ਈਜ਼ੀਲੀ ਐਕਸੈਸੀਬਲ ਹੋ
ਤੁਹਾਡੇ ਸੁਭਾਅ ਦੀ ਹਲੀਮੀ, ਤੁਹਾਡਾ ਨਿਮਰ ਹੋਣਾ ਕਿ ਹਰ ਬੰਦਾ ਤੁਹਾਡੇ ਤੱਕ ਪਹੁੰਚ ਸਕਦਾ, ਤੁਸੀਂ ਕਿਸੇ ਬੰਦੇ ਨੂੰ ਨਿਰਾਸ਼ ਨਹੀਂ ਕਰ ਸਕਦੇ, ਜਾਂ ਇਸ ਤਰ੍ਹਾਂ ਕੋਈ ਤੁਹਾਡੇ ਆਪਣਾ ਇੱਕ ਤੁਹਾਡੀ ਕੋਈ ਨੀਤੀ ਹੈ ਕਿ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਜਾਂ ਤਾਰੀਫੀ ਚੀਜ਼ਾਂ ਨਵੇਂ ਕਵੀਆਂ ਲਈ ਲਿਖੀਆਂ ਜਾਣੀਆਂ ਚਾਹੀਦੀਆਂ? ਇਸ ਤਰ੍ਹਾਂ ਹੈ ਕਿ ਜਿਹੜੀ ਮੈਂ ਪਹਿਲੀ ਭੂਮਿਕਾ ਲਿਖੀ ਸੀ ਜ਼ਿੰਦਗੀ 'ਚ, ਉਦੋਂ ਮੈਨੂੰ ਮੈਂ ਪਹਿਲੀ ਜਿਹੜੀ ਭੂਮਿਕਾ ਲਿਖੀ ਉਹ ਸੀਗੀ ਸ਼ਹਿਰਯਾਰ ਦੀ ਕਿਤਾਬ ਸੀ, ਸਿਧਾਰਥ ਦੀ ਵਾਪਸੀ। ਮੈਨੂੰ ਉਦੋਂ ਭੂਮਿਕਾ ਮੈਨੂੰ ਭੂਮਿਕਾ ਲਿਖਣਾ ਬਹੁਤ, ਉਦੋਂ ਜਿੱਦਾਂ ਮੇਰੇ ਮਨ 'ਚ ਇੱਕ ਚਾਹ ਨਹੀਂ ਹੁੰਦਾ ਮੈਂ ਭੂਮਿਕਾ ਲਿਖਾਂ, ਸੋ ਮੈਂ ਉਹ ਬਹੁਤ ਰੀਝ ਨਾਲ ਭੂਮਿਕਾ ਲਿਖੀ। ਕਿਤਾਬ ਵੀ ਉਹ ਬਹੁਤ ਅੱਛੀ ਸੀਗੀ, ਬਹੁਤ ਰੀਝ ਨਾਲ ਭੂਮਿਕਾ ਮੈਂ ਲਿਖੀ ਉਹ, ਤੇ ਇੰਨੀ ਪਿਆਰ ਨਾਲ ਭੂਮਿਕਾ ਲਿਖੀ ਹੋਈ ਸੀ ਕਿ ਮੈਨੂੰ ਨਵਤੇਜ ਹੋਣਾ ਦਾ ਮੈਨੂੰ ਮੈਸੇਜ ਮਿਲਿਆ ਕਿ ਤੂੰ ਬਹੁਤ ਸੋਹਣੀ ਭੂਮਿਕਾ ਲਿਖੀ ਆ ਸਿਧਾਰਥ ਦੀ ਵਾਪਸੀ ਦੀ। ਨਵਤੇਜ ਭਾਰਤੀ ਕਿ ਨਵਤੇਜ ਪ੍ਰੀਤਲੜੀ? ਨਵਤੇਜ ਸਿੰਘ ਪ੍ਰੀਤਲੜੀ ਵਾਲੀ, ਬਹੁਤ ਪੁਰਾਣੀ ਗੱਲ ਜੀ, ਬਹੁਤ ਪੁਰਾਣੀ ਗੱਲ, ਨਵਤੇਜ ਸਿੰਘ ਪ੍ਰੀਤਲੜੀ। ਤੇ ਦੂਜੀ ਭੂਮਿਕਾ ਮੈਂ ਮੇਰੇ ਇੱਕ ਦੋਸਤ ਸੀ ਗੁਰਸ਼ਾਨ ਰੰਧਾਵਾ, ਜਿਹੜੇ PAU ਵਿੱਚ ਮੇਰੇ ਵਿਦਿਆਰਥੀ ਸੀ, ਤੇ ਉਹਨਾਂ ਦਾ ਮੈਂ ਇੱਕ ਸਫ਼ਾ ਭੂਮਿਕਾ ਦਾ ਲਿਖਿਆ ਸੀਗਾ। ਤੇ ਫਿਰ ਕੁਛ ਇੱਦਾਂ ਦਾ ਹੁੰਦਾ ਰਿਹਾ ਕਿ ਮੈਂ ਕੁਛ ਦੋਸਤਾਂ ਨੂੰ ਮੈਂ ਜਾਣੀ ਮੈਨੂੰ ਉਹਨਾਂ ਨੇ ਕਿਹਾ ਤੇ ਮੈਂ ਕਿਹਾ ਚਲੋ ਮੈਂ ਲਿਖ ਦੂੰਗਾ, ਬੇਸ਼ੱਕ ਮੈਂ ਬਹੁਤ ਲੇਟ ਵੀ ਕਰਦਾ ਰਿਹਾ, ਕਈ ਵਾਰੀ ਬਹੁਤ ਸਮਾਂ ਹੋ ਜਾਣਾ ਕਿ ਮੈਂ ਲਿਖ ਲਿਖਦਿਆਂ ਵੀ ਬਹੁਤ ਸਮੇਂ ਹੋ ਜਾਣੇ, ਜਾਂ ਹੁਣ ਮੈਂ ਕੁਛ ਮੈਂ ਤੋ ਕੁਛ ਕਵਿਤਾਵਾਂ ਦੀ ਕੁਛ ਕਿਤਾਬਾਂ ਦੀ ਭੂਮਿਕਾ ਲਿਖਣੀ ਮੈਂ ਸਮਝ ਲਓ ਕਿ ਇੱਕ ਕ੍ਰੀਏਟਿਵ ਕੰਮ ਵਾਂਗ ਉਹਨੂੰ ਮੈਂ ਮਾਣਿਆ ਵੀ ਆ। ਜਿਵੇਂ ਕਿਤਾਬ ਸੀਗੀ ਜਿਹੜੀ ਨੀਰੂ ਅਸੀਮ ਦੀ ਕਿਤਾਬ ਸੀਗੀ, ਸ਼ੇਖਰ ਅਜ਼ੀਮ ਦੀ ਕਿਤਾਬ, ਹਾਂ ਮੈਨੂੰ ਅੱਛੀ ਲੱਗੀ ਸੀ। ਮੈਂ ਉਹਨੂੰ ਲਿਖਣ ਵੇਲੇ ਮੈਨੂੰ ਲੱਗਾ ਕਿ ਵੀ ਇਹ ਜਿਵੇਂ ਮੇਰੀ ਇਸ ਕਵਿਤਾ 'ਚ ਇਨਵੋਲਵਮੈਂਟ ਹੋ ਰਹੀ ਆ, ਅਤੇ ਮੈਂ 'ਚ ਇਨਵੋਲਵ ਹਾਂ, ਔਰ ਮੈਂ ਇਹਨੂੰ ਆਪਣਾ ਇੱਕ ਹੁੰਗਾਰਾ, ਔਰ ਇਸ ਦੌਰਾਨ ਮੈਂ ਆਪਣੀਆਂ ਗੱਲਾਂ ਵੀ ਕਹਿਣ ਦੇ ਕਾਬਲ ਹੋ ਰਿਹਾ। ਕਿਉਂਕਿ ਕਈ ਵਾਰ ਭੂਮਿਕਾ ਲਿਖਣ ਵੇਲੇ ਤੁਸੀਂ ਕਵਿਤਾ ਬਾਰੇ ਆਪਣਾ ਆਪਣੇ ਸੰਕਲਪ ਦੇਣ ਦੇ ਵੀ ਕਾਬਲ ਹੋ ਜਾਂਦੇ ਹੋ, ਮੈਂ ਇਹਨੂੰ ਬਹੁਤ ਮੈਂ ਜੈਨੂਨ ਤਰੀਕੇ ਲੈਣਾ ਵੀ ਉਦੋਂ ਮੇਰੀ ਇਹ ਨਹੀਂ ਹੁੰਦੀ ਕੋਈ ਇੱਦਾਂ। ਫਿਰ ਇੱਕ ਵਕਤ ਇੱਦਾਂ ਆਇਆ ਮੈਂ ਕਿਹਾ ਵੀ ਮੈਂ ਭੂਮਿਕਾ ਨਹੀਂ, ਮੈਂ ਕਿਹਾ ਮੈਂ ਭੂਮਿਕਾ ਨਹੀਂ ਲਿਖ ਸਕਦਾ, ਕਿ ਚਲੋ ਮੈਂ ਤੈਨੂੰ 4-5 17 ਲਿਖ ਦੂੰ ਕੋਈ ਟਿੱਪਣੀ, ਛੋਟੀ ਟਿੱਪਣੀ, ਆਪਣੀ ਟਿੱਪਣੀ ਲਿਖਦੇ। ਔਰ ਮੈਂ ਇੱਦਾਂ ਨਹੀਂ ਕਦੀ ਕੀਤਾ ਕਿ ਕੋਈ ਬਹੁਤ ਮਾੜੀ ਕਵਿਤਾ ਹੋਵੇ ਤਾਂ ਮੈਂ ਕਹਾਂ ਬਹੁਤ ਚੰਗੀ ਕਵਿਤਾ। ਮੈਂ ਕਈ ਵਾਰ ਹਾਸੇ ਦੀ ਗੱਲ ਕਰਦਾ ਹੁੰਦਾ ਕਿ ਮੈਂ ਬਹੁਤ ਦੂਰੋਂ ਸ਼ੁਰੂ ਕਰਦਾ, ਜਿੱਦਾਂ ਮੈਨੂੰ ਮੈਂ ਹਾਸੇ ਦੀ ਗੱਲ ਹੈ ਕਿ ਮੈਨੂੰ ਜਦੋਂ ਮੈਂ MA ਸੀਗਾ ਤੇ ਇੱਕ ਸਵਾਲ ਮੈਨੂੰ ਆਵੇ ਨਾ ਭਾਸ਼ਾ ਵਿਗਿਆਨ ਦਾ, ਤੇ ਉਹ ਸੀਗਾ ਕੋਈ ਸਿਮਿਓਲੋਜੀ ਵਾਲੇ ਅਰਥ ਬਾਰੇ, ਹੈ ਨਾ, ਤੇ ਮੈਂ ਉਹਨੂੰ ਬਹੁਤ ਦੂਰੋਂ ਸ਼ੁਰੂ ਕੀਤਾ। ਮੈਂ ਉਹਨਾਂ ਦਾ ਸ਼ੇਅਰ ਲੈ ਲਿਆ ਹਮਦਰਦ ਸਾਹਿਬ ਦਾ ਕਿ ਇਸ਼ਕ ਵਿੱਚ ਲਫ਼ਜ਼ਾਂ ਦੇ ਉਲਟੇ ਅਰਥ ਨੇ, ਦਿਲ ਜਦੋਂ ਆਇਆ ਤਾਂ ਸਮਝੋ ਦਿਲ ਗਿਆ, ਕਿ ਮੈਂ ਕਿਹਾ ਇੱਥੇ ਅਰਥ ਮੈਂ ਬਹੁਤ ਬਹੁਤ ਦੂਰੋਂ, ਪਰ ਉਹਦੇ ਉਸ ਪੇਪਰ 'ਚ ਮੇਰੇ ਨੰਬਰ ਬੜੇ ਆਏ, ਮਤਲਬ ਮੈਨੂੰ ਪਤਾ ਸੀ ਕਿ ਮੈਂ ਉਹਦੇ ਬਹੁਤ ਜਾਣੀ ਸ਼ੁਰੂ ਕਰਕੇ ਸੋ ਤੁਸੀਂ ਇਹ ਪੜ੍ਹੋਗੇ ਮੇਰੀਆਂ ਜਾਣੀ ਟਿੱਪਣੀਆਂ ਵਿੱਚ ਵੀ ਪਈ, ਜਿਹੜੀ ਮੈਂ ਕਈ ਜਗ੍ਹਾ ਮੈਂ ਕਿਤਾ ਵੀ ਕਵਿਤਾ ਇਹ ਹੁੰਦੀ, ਕਵਿਤਾ ਇਹ ਹੁੰਦੀ ਆ, ਪ੍ਰਦੇਸ਼ ਰਹਿ ਕੇ ਕਵਿਤਾ ਲਿਖਣੀ ਬੜੀ ਬੜਾ ਇੱਕ ਸੂਰਮ ਗਤੀ ਆ, ਮੈਂ ਇਹਨੂੰ ਪਿਆਰ ਨਾਲ ਇਹਨੂੰ ਮਾਣ ਦਿੰਦਾ, ਹੈ ਨਾ। ਜਾਣੀ ਉਸ ਕਵਿਤਾ 'ਚ ਮੈਂ ਕਦੀ ਇੱਦਾਂ ਦੀ ਨਹੀਂ ਕਿ ਮੈਂ ਉਸ ਕਵਿਤਾ ਨੂੰ ਬਹੁਤ ਵੱਡੀ ਕਵਿਤਾ ਬਣਾਇਆ ਹੋਵੇ, ਇੱਦਾਂ ਨਹੀਂ ਮੈਂ ਕਦੀ ਕੀਤਾ। ਜਿਹੜੀ ਹੁਣ ਲੇਟੈਸਟ ਨੇ ਮੇਰੇ ਤੱਕ ਵੀ ਪਹੁੰਚੀ ਉਹ ਗੱਲ ਪਈ, ਉਹ ਜਿਹੜੀ ਮੁੰਡੇ ਦੀ ਉੱਪਰਲਾ ਬਚਨ ਹੈ, ਸੋ ਉਹ ਕਿਤਾਬ ਮੈਨੂੰ ਵਾਕਿਆ ਹੀ ਚੰਗੀਆਂ ਲੱਗਿਆ ਸੀਗਾ, ਮਤਲਬ ਉਹ ਤੁਸੀਂ ਵੀ ਮੈਂ ਜਾਣੀ ਹੁਣ ਵੀ ਪੜ੍ਹਦਾ ਬੇਸਿਕ ਕਵਿਤਾ, ਤੇ ਉਹ ਇੱਕ ਜਿੱਦਾਂ ਵੱਖਰੀ ਕਵਿਤਾ, ਜਿੱਦਾਂ ਹੁਣ ਜਿੱਦਾਂ ਕਈ ਹਾਇਕੂ ਹੁੰਦੇ ਆ, ਹੈ ਨਾ, ਕਿ ਜਿੱਦਾਂ ਇੱਕ ਮੈਂ ਹਾਇਕੂ ਪੜ੍ਹਦਾ ਸੀਗਾ ਕਿ ਇੱਕ ਪਿਤਾ ਨੇ ਜਾਣੀ ਕੀੜੀ ਨੂੰ ਮਾਰਿਆ, ਉਹਦੇ 3 ਪੁੱਤਰ ਉਹਨੂੰ ਦੇਖ ਰਹੇ ਸੀ। ਹੁਣ ਮਤਲਬ ਇੱਕ ਇੱਕ ਕਵਿਤਾ ਪਤਾ ਨਹੀਂ ਕਿਸੇ ਨੂੰ ਕਿਵੇਂ ਲੱਗੇ, ਪਰ ਇਹ ਹੁੰਦਾ ਕਿ ਜਿਵੇਂ ਜਦੋਂ ਉਸ ਕਵਿਤਾ ਦਾ ਲਿਖਿਆ ਤਾਂ ਮੇਰੇ ਮਨ 'ਚ ਮੈਂ ਵਾਕਈ ਉਹਨੂੰ ਜਿਵੇਂ ਕਈ ਉਹਦੀਆਂ ਕਵਿਤਾਵਾਂ ਇੱਦਾਂ ਲੱਗੀਆਂ ਵੀ ਜਿਵੇਂ ਮੈਂ ਪਹਿਲੀ ਵਾਰੀ ਇਹ ਚੀਜ਼ਾਂ ਦੇਖ ਰਿਹਾ, ਸੋ ਮੈਨੂੰ ਉਹ 'ਚ ਇੱਕ ਤਾਜ਼ਗੀ ਇੱਕ ਸੱਜਰਾਪਨ ਲੱਗਾ ਸੀ, ਔਰ ਮੈਂ ਉਹਦੇ ਨਾਲ ਸਮਝ ਲਓ ਕਿ ਉਹਦੇ 'ਚ ਕੋਈ ਮੈਂ ਨਹੀਂ ਕਿ ਬਿਨਾਂ ਪੜ੍ਹੇ ਵੀ ਨਹੀਂ ਲਿਖੀ ਸੀ, ਅਤੇ ਪੜ੍ਹ ਕੇ ਲਿਖੀ ਸੀ, ਉਹ ਚੀਜ਼ ਚੰਗੀ ਲੱਗੀ। ਸੋ
ਜਿੱਦਾਂ ਉਹਦੇ ਬਾਰੇ ਮੈਨੂੰ ਫਿਰ ਮੈਨੂੰ ਕਿਸੇ ਬੱਚੀ ਨੇ ਭੇਜਿਆ ਜੀ ਤੁਹਾਡੇ ਬਾਰੇ ਇੱਦਾਂ ਲਿਖਿਆ ਤੁਸੀਂ ਪੜ੍ਹੀ ਆ, ਮੈਂ ਕਿਹਾ ਵੀ ਚਲੋ ਉਹ ਤਾਂ ਬੱਚਿਆਂ ਦੀ ਮਰਜ਼ੀ ਆ ਜਿਸ ਤਰ੍ਹਾਂ ਉਹ ਮਹਿਸੂਸ ਕਰਦੇ ਹੁਣ ਕਰ ਸਕਦੇ ਆ ਨਾ, ਪਰ ਮੈਂ ਸਮਝਦਾ ਕਿ ਵੀ ਇਹ ਵੀ ਇੱਕ ਕਵਿਤਾ, ਕਵਿਤਾ ਸਿਰਫ ਉਹੀ ਨੂੰ ਜੋ ਜਿਸ ਤਰ੍ਹਾਂ ਦੀ ਕਵਿਤਾ ਅਸੀਂ ਪਸੰਦ ਕਰੀਏ ਸਿਰਫ ਉਹੀ ਨਹੀਂ ਹੁੰਦੀ, ਕਵਿਤਾ ਬਹੁਤ ਤਰ੍ਹਾਂ ਦੀ ਹੋ ਸਕਦੀ ਆ, ਜਿੱਦਾਂ ਹੁਣ ਪਾਬਲੋ ਨੂਦਾ ਉਹਦੀ ਕੁਛ ਕਵਿਤਾ ਤਾਂ ਲੋਕਾਂ ਦੇ ਹੁੰਠਾਂ ਤੇ ਆ, ਜਵਾਨੀ ਲੋਕ ਗਾਉਂਦੇ ਫਿਰਦੇ ਆ, ਕੁਛ ਕਵਿਤਾਵਾਂ ਕਿਸੇ ਨੂੰ ਕੁਝ ਨੀ ਪਤਾ ਵੀ ਇਹ ਕੀ ਕਹਿ ਰਹੇ ਆ, ਮਤਲਬ ਕਵਿਤਾ ਪ੍ਰਤੀ ਇੱਕ ਸਾਡੀ ਜ਼ਰੂਰ ਹਲੀਮੀ ਜ਼ਰੂਰ ਚਾਹੀਦੀ ਕਵਿਤਾ ਦੇ ਹਜ਼ੂਰ ਹੋਣ ਦੀ, ਤੁਹਾਨੂੰ ਕਵਿਤਾ ਨੂੰ ਡਿਸਲਾਈਕ ਕਰਨ ਦਾ ਅਧਿਕਾਰ ਹੈ, ਪਰ ਕਵਿਤਾ ਦਾ ਮੇਰੇ ਖਿਆਲ ਚ ਨਿਰਾਦਰ ਕਰਨ ਦਾ ਅਧਿਕਾਰ ਨਹੀਂ। ਹਾਂ ਜਦ ਲਿਖਣ ਵਾਲੇ ਨੇ, ਯਾਨੀ ਲਿਖਣ ਵਾਲਾ ਵੀ ਇੱਕ ਸੁਹਿਰਦ ਹੈ, ਯਾਨੀ ਤੁਸੀਂ ਆਪਣੀ ਉਹਦੀ ਸੁਰਤਾ ਵੀ ਤੇ ਉਹਦੇ ਬਾਰੇ ਲਿਖਣ ਵਾਲੀ ਸੁਰਤਾ ਨੂੰ ਵੀ ਤੁਸੀਂ ਇਸ ਤਰ੍ਹਾਂ ਡਾਊਟ ਕਰਦੇ ਹੋ ਕਿ ਜਿਸ ਤਰ੍ਹਾਂ ਉਹ ਸਮਝ ਲਓ ਕਿ ਕੋਈ ਬਹੁਤ ਵੱਡਾ ਗੁਨਾਹ ਕਰ ਰਹੇ ਹੋਣ, ਹੈ ਨਾ, ਜਦਕਿ ਮੈਂ ਸਮਝਦਾ ਕਿ ਉਹ ਉਹ ਉਸ ਕਵਿਤਾ ਨੂੰ ਜੇ ਅਸੀਂ ਪੜ੍ਹਾਂਗੇ ਤਾਂ ਸਾਨੂੰ ਉਸ ਕਵਿਤਾ ਚੋਂ ਜ਼ਰੂਰ ਕਵਿਤਾ ਮਿਲੂਗੀ, ਇੱਕ ਉਹ ਸਜਰਾਪਾਨ ਕਿਤਾਬ, ਇੱਕ ਨਵੇਂ ਤਰ੍ਹਾਂ ਦੀ ਕਵਿਤਾ। ਤੁਹਾਨੂੰ ਆਪਣੀ ਕਿਹੜੀ ਕਿਤਾਬ ਸਭ ਤੋਂ ਵਧੀਆ ਲੱਗਦੀ? ਕਿਉਂਕਿ ਸਾਡੀਆਂ ਤਾਂ ਚੁਆਇਸਿਸ ਉਹਦੇ ਬਾਰੇ ਹੋ ਸਕਦੀਆਂ ਕਿ ਇੱਕ ਦੌਰ ਵਿੱਚ ਜਾਂ ਸਾਨੂੰ ਵਾਸਤੇ, ਕਿਉਂਕਿ ਤੁਹਾਡੀ ਇੱਕ ਲੰਮੀ ਹੁਣ 50 ਸਾਲ ਦੀ ਇੱਕ ਜਿਹੜੀ ਕਾਵਿ ਯਾਤਰਾ ਜਿਹਦੇ ਵਿੱਚ ਅਨੇਕਾਂ ਕਿਤਾਬਾਂ ਆਈਆਂ, ਕਿਹੜੀ ਕਿਤਾਬ ਤੁਹਾਨੂੰ ਆਪ ਨੂੰ ਜ਼ਿਆਦਾ ਪਸੰਦ ਹੈ? ਦੇਖੋ ਮੈਂ ਜਿੱਦਾਂ ਹੁਣ ਮੇਰਾ ਖਿਆਲ ਆ ਕਿ ਮੈਨੂੰ ਯਾਦ ਆ ਕਿ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੂੰ ਕਿਸੇ ਨੇ ਕਿਹਾ ਜੀ ਉਹ ਸਾਵੇ ਪੱਤਰ ਵਾਲੀ ਕਵਿਤਾ ਸੁਣਾਓ, ਮੈਂ ਉੱਥੇ ਹਾਜ਼ਰ ਸੀਗਾ, ਤੇ ਉਹ ਕਹਿੰਦੇ ਯਾਰ ਮੈਂ ਉਹ ਤੋਂ ਅੱਗੇ ਵੀ ਗਿਆ ਵੀ ਹੋਰ ਵੀ ਸੁਣੋ, ਔਰ ਜਿੱਦਾਂ ਮੈਂ ਕਿਹਾ ਵੀ ਉਹ ਤੋਂ ਅੱਗੇ ਵੀ ਉਹਨਾਂ ਦੀਆਂ ਕਈ ਬਹੁਤ ਖੂਬਸੂਰਤ ਕਵਿਤਾਵਾਂ ਨੇ, ਹੈ ਨਾ, ਸੋ ਕਈ ਵਾਰੀ ਏਦਾਂ ਹੁੰਦਾ ਕਿ ਕੋਈ ਇਹ ਕਿਤਾਬ ਜਾਂ ਉਹ ਕਿਤਾਬ, ਤੇ ਮੈਨੂੰ ਮੈਂ ਏਦਾਂ ਦਾ ਮੈਨੂੰ ਮੇਰੇ ਖਿਆਲ ਚ ਮੈਨੂੰ ਜੇ ਤੁਸੀਂ ਇਹਨੂੰ ਤੁਸੀਂ ਬਹੁਤ ਆਪਣੇ ਤੌਰ ਤੇ ਨਾ ਸੋਚਿਆ ਹੋਵੇ, ਮੇਰੀ ਪੁੱਛ ਦੇ ਜਵਾਬ ਚ ਇੱਕੋਦਮ ਕਿਹੜੀ ਕਿਤਾਬ ਤੁਹਾਨੂੰ ਲੱਗਦੀ ਹੈ ਜੇ ਤੁਸੀਂ ਆਪਣੀਆਂ 7-8-10 ਕਿਤਾਬਾਂ ਚੋਂ ਇੱਕ ਚੁੱਕਣੀ ਹੋਵੇ ਕਿ ਇਹ ਪਹਿਲੇ ਨੰਬਰ ਤੇ ਲਓ? ਇਹ ਮੁਸ਼ਕਿਲ ਬਦਲਦਾ ਰਹਿੰਦਾ। ਚਲੋ ਫਤਿਹ ਸਾਹਿਬ, ਤੁਸੀਂ ਅਨੇਕ ਸਟੇਜਾਂ ਉੱਤੇ ਪੜ੍ਹਿਆ, ਸਥਾਨਕ ਵੀ ਦੇਸ਼ ਵਿਦੇਸ਼ ਵੀ, ਸਭ ਤੋਂ ਵੱਡੇ ਕਿਹੜੇ ਮੰਚ ਉੱਤੇ, ਵੱਡੇ ਜਾਂ ਛੋਟੇ ਕਿਹੜੇ ਮੰਚ ਉੱਤੇ ਤੁਸੀਂ ਸਭ ਤੋਂ ਵੱਧ ਤੁਹਾਨੂੰ ਆਨੰਦ ਆਇਆ? ਕਿਉਂਕਿ ਜ਼ਾਹਰ ਹੈ ਬਹੁਤ ਥਾਵਾਂ ਤੇ ਜਿਹੜਾ ਆਰਟਿਸਟ ਹੈ, ਕਵੀ ਹੈ, ਉਹ ਅਣਮਨੇ ਦਿਲ ਨਾਲ ਵੀ ਚੀਜ਼ਾਂ ਪੜ੍ਹਦਾ, ਕਈ ਥਾਵਾਂ ਤੇ ਬਹੁਤ ਉਹਨੂੰ ਉਹਦੇ ਚ ਰੂਹਾਨੀ ਵੀ ਉਹਨੂੰ ਆਨੰਦ ਆਉਂਦਾ, ਤੁਹਾਡੇ ਲਈ ਕੋਈ ਯਾਦਗਾਰੀ ਇਸ ਤਰ੍ਹਾਂ ਦੇ ਮਹਿਫਲਾਂ ਮੰਚ ਹੈਗੇ ਨੇ ਕੋਈ ਕਿਹੜੇ ਆ? ਮੈਨੂੰ ਇੱਕ ਅਨੁਭਵ ਤਾਂ ਯਾਦ ਆ ਜਦੋਂ ਮੈਂ ਤੁਹਾਡੇ ਪੋਇਟਰੀ ਪੜ੍ਹੀ ਸੀ ਬਹੁਤ ਪੁਰਾਣੀ ਉਮਰ 'ਚ, ਫਿਰੋਜ਼ਪੁਰ ਜਾਂ ਫਰੀਦਕੋਟ ਸੀਗਾ, ਜਿਹੜੇ ਮੇਰੇ ਪੰਜਾਬ ਦੇ ਅਨੁਭਵਾਂ ਚੋਂ, ਹੈ ਨਾ, ਜਾਂ ਮੈਂ ਏਦਾਂ ਪੰਜਾਬ ਦੀਆਂ ਨੇ ਇੱਕ ਵਾਰ ਅਸੀਂ ਪੂਰੀ ਸੁਖਨਾ ਲੇਖ ਦੇ ਕੰਢੇ ਅਸੀਂ 15-20 ਦੋਸਤਾਂ ਨੇ ਪੂਰੀ ਕਿਤਾਬ ਪੜ੍ਹੀ ਸੀ, ਤੇ ਬਾਕੀ ਜੋ ਮੇਰੇ ਸਮਝ ਲਓ ਕਿ ਜਦੋਂ ਮੈਂ ਜਿਹੜੀ ਮੇਰੀ ਲਿਖਤ 'ਚ ਵੀ ਕੁਛ ਆਇਆ ਕਿ ਮੈਂ ਜਦੋਂ ਮੈਂ ਕੋਲੰਬੀਆ ਗਿਆ ਉਹ ਮੇਰਾ ਸਭ ਤੋਂ ਵੱਡਾ ਅਨੁਭਵ ਸੀਗਾ, ਜਿਹਦੇ ਬਾਰੇ ਮੈਂ ਲੇਖ ਵੀ ਲਿਖਿਆ ਇਹ ਕਵਿਤਾ ਦੇ ਤੀਰ, ਤੇ ਉਹ ਇੱਕ ਸਮਝ ਲਓ ਕਿ ਜੇ ਕੋਈ ਉੱਥੇ ਨਾ ਹੋਵੇ ਤਾਂ ਉਹਨਾਂ ਅਨੁਭਵਾਂ 'ਤੇ ਯਕੀਨ ਨਹੀਂ ਕਰ ਸਕਦਾ, ਇੱਕ ਤਾਂ ਹੈ ਕਿ ਉਹ ਬਹੁਤ ਵੱਡੀ ਗਿਣਤੀ ਵਿੱਚ ਲੋਕ ਸੁਣਨ ਆਉਂਦੇ, ਕਿ ਤੁਹਾਨੂੰ ਹੈਰਾਨੀ ਹੁੰਦੀ ਆ ਕਿ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਉਂਦੇ, ਔਰ ਉੱਥੇ ਹੈ ਏਦਾਂ ਸੀਗਾ ਕਿ ਜਿੱਦਾਂ ਹੁਣ ਮੈਂ ਆਪਣੀਆਂ 20 ਕਵਿਤਾਵਾਂ ਅੰਗਰੇਜ਼ੀ 'ਚ ਅਨੁਵਾਦ ਕਰਕੇ ਭੇਜੀਆਂ ਸੀਗੀਆਂ, ਔਰ ਗਜ਼ਲ ਨਹੀਂ ਸੀ ਕੋਈ, ਕਿਉਂਕਿ ਗਜ਼ਲ ਦਾ ਅਨੁਵਾਦ ਨਹੀਂ ਸੀ, ਜਿੱਦਾਂ ਹੁਣ ਥੋੜ੍ਹਾ ਪੋਸੀਬਲ ਜਿਵੇਂ
ਮੇਰੀ ਕਵਿਤਾ ਸੀ ਬੰਸਰੀ ਬਿਰਤਾਂ ਜਾਂ ਮੇਰੀ ਮਾਂ ਤੇ ਮੇਰੀ ਕਵਿਤਾ ਜਾਂ ਇੱਕ ਕਵਿਤਾ ਸੀ ਇਤਿਹਾਸ ਜੀ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਕਵਿਤਾਵਾਂ ਸੀਗੀਆਂ ਤੇ ਉਹਨਾਂ ਨੇ ਕਵਿਤਾਵਾਂ ਦਾ ਸਪੈਨਿਸ਼ 'ਚ ਅਨੁਵਾਦ ਕੀਤਾ ਹੋਇਆ ਸੀਗਾ ਤੇ ਫਿਰ ਤੁਹਾਡੇ ਲਈ ਇੱਕ ਬੰਦਾ ਤੁਹਾਡਾ ਤੁਹਾਡੇ ਲਈ ਮਿੱਥਿਆ ਸੀ ਵੀ ਇਹ ਤੁਹਾਡੀ ਕਵਿਤਾ ਨੂੰ ਸਪੈਨਿਸ਼ 'ਚ ਪੜੂਗਾ ਜਿਵੇਂ ਵਿਜੰਤਰੀ ਵੀ ਉੱਥੇ ਸੀ ਕਵਿਤਾ ਜੀ ਸੋ ਮੈਂ ਜਾਣੀ ਹਰ ਕਵੀ ਆਪਣੀ ਜ਼ਬਾਨ 'ਚ ਪੜ੍ਹਦਾ ਸੀ ਤੇ ਫਿਰ ਸਪੈਨਿਸ਼ ਜਿਹੜਾ ਅਨੁਵਾਦਕ ਸੀਗਾ ਉਹ ਉਹਨੂੰ ਆਪਣੀ ਸਪੈਨਿਸ਼ 'ਚ ਪੜ੍ਹਦਾ ਸੀਗਾ ਤੇ ਉਹ ਇੱਕ ਬਹੁਤ ਅਨੁਭਵ ਹੁੰਦਾ ਸੀਗਾ ਜਾਣੀ ਜਿੱਦਣ ਮੈਂ ਪਹਿਲੀ ਕਵਿਤਾ ਪੜ੍ਹੀ ਉਹ ਛੋਟੀ ਜਿਹੀ ਕਵਿਤਾ ਸੀ ਬਹੁਤ ਬੜੀ ਜਿਹੜੀ ਉਹ ਮਦਰ ਵਾਲੀ ਕਵਿਤਾ ਸੀ ਕਿ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਸੋ ਇਹ ਕਵਿਤਾ ਸੀ ਦੋ ਤਿੰਨ ਕਵਿਤਾਵਾਂ ਹੋਰ ਸੀ ਤੇ ਮੈਨੂੰ ਯਾਦ ਹੈ ਕਿ ਬਾਅਦ 'ਚ ਮੇਰੇ ਕੋਲ ਉੱਥੇ ਜਿਹੜੇ ਬੱਚੇ ਸੀਗੇ ਖਾਸ ਕਰਕੇ ਨੌਜਵਾਨ ਬਹੁਤ ਸੁਣਦੇ ਸੀਗੇ ਤੇ ਉਹ ਮੇਰੇ ਕੋਲ ਆਉਣ ਕੇ ਤੁਸੀਂ ਇਹ ਕਵਿਤਾ ਸਾਡੀ ਕਾਪੀ ਵਿੱਚ ਨਾ ਆਪਣੀ ਭਾਸ਼ਾ 'ਚ ਲਿਖ ਕੇ ਦਿਓ ਜਿੱਦਾਂ ਤੁਹਾਡੀ ਭਾਸ਼ਾ 'ਚ ਲਿਖੇ ਹੁੰਦੇ ਆ ਸੋ ਇੱਕ ਤਾਂ ਉਹਨਾਂ ਲੋਕਾਂ ਦਾ ਕਵਿਤਾ ਦਾ ਜੋ ਪਿਆਰ ਸੀ ਨਾ ਸੋ ਇੱਦਾਂ ਮੈਂ ਕੋਈ ਸੱਤ ਜਗ੍ਹਾ ਤੇ ਕਵਿਤਾ ਪੜ੍ਹੀ ਦੂਰ ਦਿਨ ਹੋਰ ਕਵੀ ਪਾਤਰ ਸਾਹਿਬ ਮੇਰਾ ਮਨ ਹੈ ਕਿ ਤੁਸੀਂ ਉਹ ਕਵਿਤਾ ਸੁਣਾਓ ਜਿਹੜੀ ਉੱਥੇ ਬੱਚੇ ਨਾਲ ਜਿਹੜੇ ਅਨੁਭਵ ਚੋਂ ਤੁਸੀਂ ਲਿਖੀ ਉਸ ਜਗ੍ਹਾ ਤੇ ਜਾਦੂਗਰ ਵਾਲੀ ਉਹ ਸੀ ਉਹ ਮੇਰਾ ਇਹ ਸੀ ਕਿ ਜਦ ਮੇਰੀ ਪੱਗ ਤੇ ਦਾੜੀ ਨੂੰ ਉਹ ਬਹੁਤ ਇਕੱਲਾ ਮੈਂ ਹੀ ਸੀ ਪੱਗ ਦਾੜੀ ਵਾਲਾ ਜਦੋਂ ਮੈਂ ਲੰਡਨ ਤੋਂ ਬੋਗੋਟਾ ਚੜਿਆ ਤੇ ਕੋਈ ਚੁੰਨੀ ਕੋਈ ਪਗੜੀ ਨਹੀਂ ਸੀ ਨਹੀਂ ਸੀ ਤੇ ਉੱਥੇ ਮੈਨੂੰ ਜਾਣੀ ਬੱਚੇ ਥੋੜੇ ਐਂ ਦੇਖਦੇ ਸੀਗੇ ਵੀ ਕੌਣ ਸੀ ਤੇ ਉਹ ਜਦੋਂ ਜਾਣੀ ਕਵਿਤਾ ਉਹ ਮੇਰੇ ਅੰਦਰ ਸ਼ੁਰੂ ਹੋਈ ਤਾਂ ਮੈਨੂੰ ਯਾਦ ਆ ਸੀ ਮੈਂ ਤੇ ਮੇਰਾ ਜਿਹੜਾ ਮੇਰਾ ਕਵਿਤਾ ਪੜ੍ਹਦਾ ਸੀ ਸਪੈਨਿਸ਼ 'ਚ ਇੱਕ ਉਹਦੀ ਵਾਈਫ ਸੀ ਨਾਲ ਤੇ ਅਸੀਂ ਖੜੇ ਸੀ ਕਵਿਤਾ ਪਾਠ ਸ਼ੁਰੂ ਹੋਣਾ ਸੀਗਾ ਤੇ ਉਹ ਬੱਚਾ ਇੱਦਾਂ ਸਾਈਕਲ ਟਰਾਈ ਸਾਈਕਲ ਜਿਹਾ ਚਲਾਉਂਦਾ ਆਇਆ ਤੇ ਆ ਕੇ ਉਹਨਾਂ ਦੇ ਉਹਨੇ ਕੁਛ ਨਾ ਸਪੈਨਿਸ਼ 'ਚ ਬੋਲਿਆ ਕੁਛ ਉਹਨਾਂ ਨੂੰ ਤੇ ਉਹ ਦੋਨੋਂ ਹੱਸਣ ਲੱਗ ਪਏ ਤੇ ਮੈਂ ਪੁੱਛਿਆ ਕਿ ਤੁਹਾਨੂੰ ਕੀ ਕਹਿ ਰਿਹਾ ਬੱਚਾ ਤੇ ਉਹ ਕਹਿਣ ਲੱਗੇ ਕਿ ਉਹ ਇਹ ਕਹਿ ਰਿਹਾ ਵੀ ਇਹ ਭਾਈ ਜਾਦੂਗਰ ਹੈ ਤੇ ਬਸ ਇਹੀ ਜਾਣੀ ਮੇਰੇ ਉੱਥੋਂ ਉਹ ਕਵਿਤਾ ਸ਼ੁਰੂ ਹੁੰਦੀ ਆ ਕਿ ਲਾਤੀਨੀ ਅਮਰੀਕਾ ਦੇ ਕੋਲੰਬੀਆ ਦੇਸ਼ ਵਿੱਚ ਮੈਦੇਜਨ ਸ਼ਹਿਰ ਦੀ ਓਪਰੇਰੋ ਪਾਰਕ ਵਿੱਚ ਇੱਕ ਬੱਚਾ ਸਾਈਕਲ ਚਲਾਉਂਦਾ ਮੇਰੇ ਕੋਲ ਆਇਆ ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ ਤੂੰ ਜਾਦੂਗਰ ਹੈ ਮੈਂ ਕਹਿਣ ਲੱਗਾ ਸਾਂ ਨਹੀਂ ਪਰ ਬੱਚੇ ਦਾ ਚਾਅ ਦੇਖ ਕੇ ਮੇਰੇ ਕੋਲੋਂ ਕਿਹਾ ਨਾ ਗਿਆ ਨਹੀਂ ਮੈਂ ਕਿਹਾ ਹਾਂ ਮੈਂ ਅਸਮਾਨ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ ਮੈਂ ਕਿਸੇ ਰੁੱਖ ਦੇ ਪੱਤਿਆਂ ਨੂੰ ਕਿਸੇ ਸਾਜ਼ ਦੀਆਂ ਸੁਰਾਂ ਬਣਾ ਸਕਦਾ ਹਾਂ ਮੈਂ ਹਵਾ ਨੂੰ ਕਿਸੇ ਸਾਜ਼ਿੰਦੇ ਦੇ ਫੋਟੇ ਬਣਾ ਸਕਦਾ ਹਾਂ ਮੈਂ ਜ਼ਖਮਾਂ ਨੂੰ ਫੁੱਲਾਂ 'ਚ ਬਦਲ ਸਕਦਾ ਹਾਂ ਤਾਂ ਬੱਚਾ ਹੈਰਾਨ ਤੇ ਖੁਸ਼ ਹੋ ਕੇ ਕਹਿਣ ਲੱਗਾ ਅੱਛਾ ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ ਵਾਹ ਬਹੁਤ ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ ਮੈਂ ਕਿਹਾ ਅਸਲ ਵਿੱਚ ਮੈਂ ਬੱਚਿਆਂ ਦਾ ਜਾਦੂਗਰ ਨਹੀਂ ਮੈਂ ਵੱਡਿਆਂ ਦਾ ਜਾਦੂ ਬੱਚਾ ਕੁਛ ਸੋਚ ਕੇ ਕਹਿਣ ਲੱਗਾ ਅੱਛਾ ਤਾਂ ਫਿਰ ਤੂੰ ਮੇਰੇ ਬਾਪੂ ਦੇ ਘਰ ਨੂੰ ਮਹਿਲ ਬਣਾ ਦੇ ਫਿਰ ਮੈਂ ਅਖੀਰ ਛਿੱਥਾ ਪੈ ਕੇ ਆਖਿਆ ਕਿ ਅਸਲ ਵਿੱਚ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ ਮੈਂ ਸ਼ਬਦਾਂ ਦਾ ਜਾਦੂ ਬੱਚਾ ਕਹਿਣ ਲੱਗਾ ਅੱਛਾ ਸਮਝ ਗਿਆ ਤੂੰ ਪੋਇਟਾ ਹੈ ਪੋਇਟਾ ਬੱਚਾ ਹੱਸਦਾ ਮੁਸਕਰਾਉਂਦਾ ਸਾਈਕਲ ਚਲਾਉਂਦਾ ਪਾਰਕ ਤੋਂ ਬਾਹਰ ਚਲਾ ਗਿਆ ਤੇ ਦਾਖਲ ਹੋ ਗਿਆ ਮੇਰੀ ਇਸ ਕਵਿਤਾ ਵਿੱਚ ਵਾਹ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਸੋ ਅਸੀਂ ਪਾਤਰ ਸਾਹਿਬ ਲਗਭਗ ਕੋਈ ਘੰਟੇ ਦਾ ਪ੍ਰੋਗਰਾਮ ਤੈਅ ਸੀ ਤੇ ਅਸੀਂ ਲਗਭਗ ਹੁਣ ਡੇਢ ਘੰਟੇ ਨੂੰ ਪਹੁੰਚਣ ਵਾਲੇ ਹਾਂ ਗੱਲਾਂ ਇੰਨੀਆਂ ਨੇ ਕਿ ਮੈਂ ਤਾਂ ਖੁਦ ਮਤਲਬ ਟਾਈਮ ਭੁੱਲਿਆ ਹੋਇਆ ਪਰ ਇੱਕ ਹਰ ਪ੍ਰੋਗਰਾਮ ਦੀ ਸੀਮਾ ਮਰਿਆਦਾ ਹੁੰਦੀ ਹੈ ਆਖਿਰ ਵਿੱਚ ਮੈਂ ਤੁਹਾਡੇ ਕੋਲੋਂ ਤਰਨਮ ਵਿੱਚ ਕੋਈ ਚੀਜ਼ ਜ਼ਰੂਰ ਆਪਣੇ ਸੁਣਨ ਵਾਲਿਆਂ ਲਈ ਆਪਣੇ ਲਈ ਕਹਾਂਗਾ ਕਿ ਤੁਸੀਂ ਜਿੰਨੀ ਆਪ ਮੁਲਾਸੇ ਸਮਝੋ ਉਸ ਤੋਂ ਪਹਿਲਾਂ ਇੱਕ ਕੁਛ ਮੈਂ ਸਵਾਲ ਛੱਡ ਦਿੱਤੇ ਕਿਉਂਕਿ ਸਮੇਂ ਦੀ ਸੀਮਾ ਵਿੱਚ ਫਿਰ ਉਹਨਾਂ ਨੂੰ ਹੱਲ ਕਰਨਾ ਪਕੜਨਾ ਮੁਸ਼ਕਿਲ ਨਹੀਂ ਸੀ ਕਿਉਂਕਿ ਲੰਬੇ ਉਹਦੇ ਜਵਾਬ ਹੋ ਸਕਦੇ ਸੀ ਜੀ ਸੁਰਜੀਤ ਪਾਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂ ਦੇ ਆਰੰਭ ਵਿੱਚ ਕਿ ਸੁਰਜੀਤ ਪਾਤਰ ਬਹੁਤ ਵੱਡੇ ਸ਼ਾਇਰ ਨੇ ਅਜ਼ੀਮ ਸ਼ਾਇਰ ਨੇ
50 साल की कविता का उन्हों का सफर है, जिन्हों की कविता का घेरा सिर्फ उन्होंने शब्दों तक नहीं पीढ़ियां उत्ते उन्होंने असर पाया। मेरे वर्गे जिहड़े तुहाडे तों बाद आने वाले बंदे उन्होंने भी तुहाडे लेखनी का बहुत वड्डा असर है। फिर पद्मश्री तक तुसी जाने हो तो कुल मिला के एक बहुत वड्डा अक्स बिंब लार्जर दैन लाइफ बन जाता है कि सुरजीत पात्र एक आइकन बन जाते हैं। ये आइकन का भार किन्ना क हुंदा और इस नूं तुसी किवें संभालदे हो? मैनू लगता है तू जिस तरह तू मतलब जेड़ा तू खुद एडा वड्डा शायर है तो शायर नूं क्रिएटिव होण च बहुत स्वाद मिलता जानी उन्हूं जदों मैं जदा समझ लो कि मैनू जदों मैं कुछ चीज़ लिखदा कि कभी दो तीन बारी बिस्माद करता जो एक बार लिखण वेले तो एक बार जो कोई सुन वाला मिलता समझण वाला मिलता जी। सो मैनू कभी इदा नहीं लगा मैं जानी समझ लो कि मैं उत्थे ही बैठा। मैनू याद है कि मैनू जिन्नी खुशी जो मैं पहली बारी कवितावां अपनी छपियां प्रीत लड़ी विच देखियां सीगियां जिन्नी खुशी मैनू उदों होई सीगी उन्नी मैनू पद्मश्री मिलते मैं समझना कि जी ना। ते जिहड़ा शेर सी मैं लिखिया सी कि अमड़ी मैनू आखण लगी तू धरती दा गीत रहें पद्मश्री होके पात्र तू मेरा सुरजीत रहेगा। तो मैं मैनू लगता कि मैं सुरजीत ही हाँ मैं उत्थे ही हाँ कि नहीं जानी मैनू इदा महसूस नहीं होया। और जदों मैनू मैं तुहाडे वर्गे जां मैं अक्सर शेर पढ़ता होना जो मैं अपने तो अगली सोहनी शायरी पढ़ता तो मैं कहा कि मैं सूरज सां जिन्हां लोकां दे ना हुंदे आ कि हुण उह आ गए ने हुण मैं चलदा। तो मैनू लगता हुंदा कि तुसीं कि मेरी अपनी कोई पुरानी चीज पढ़ के तुहानूं खुशी हो जांदी आ अपनी कोई कविता पढ़दे आ तुसीं फिर उहनूं इहो जिहे मौके बहुत रेयर आउंदे इहो जिहे मौके जब तुसीं कोई चीज तुसीं अपनी पुरानी चीज आप ही अक्सर तुहानूं लोक ही कहिंदे कि तुसीं आ तुहाडा शेर जी आ इदां ते जां कोई कई बार तुहानूं बहुत जिहड़ा शेर तुहाडा बहुत लोकां ने घट गोलिया होवे तां जां उह फिर तुहानूं लगदा कि उह शेर याद करावे फिर तुहानूं मेरे को एक बार जिवें रजिंदर हुण गुजर गए रजिंदर चंडीगढ़ हुंदे सीगे तुहाडी मैनूं कहिंदे मैनूं तेरा उह शेर बड़ा अच्छा लगदा उह शेर सीगा वी हर वारी अपने ही अथरू अखियां विच नहीं आउंदे कदी कदी साडे पितर भी रोंदे साडियां अखियां थाणी। बहुत मैनूं चंगा लगा उहदा वी तैनूं तूं इहो शेर तैनूं याद आ जाएगा तैनूं याद है ना। तो सूरत हाल जिस तरह की बन रही है पंजाबी बंदा जिस तरह का बन रहा है चढ़दे ते लहिंदे दोने पंजाब तुहानू देख रहे ने लगभग पंजाबी बंदे की हालत इको तरह की है उहदे मसले उहदी जिहड़ी तौर है वह इको तरह की हो रही है ਇਹਦੇ ਬਾਰੇ ਕੋਈ ਸਾਨੂੰ ਸੁਨੇਹਾ ਦਿਓ ਤੇ ਫਿਰ ਕੋਈ ਆਪਣੀ ਤਰਨ ਵਿੱਚ ਚੀਜ਼ ਸਾਨੂੰ ਪੜ੍ਹ ਕੇ ਸਰਸ਼ਾਰ ਕਰੋ। ਮੈਨੂੰ ਇੱਕ ਛੋਟੀ ਜਿਹੀ ਮੈਂ ਕਵਿਤਾ ਪੜ੍ਹਨਾ ਜਿਹੜੀ ਪੰਜਾਬ ਪੰਜਾਬ ਦਾ ਤੂੰ ਬਹੁਤ ਇੱਦਾਂ ਪੂਰੇ ਪੰਜਾਬ ਦਾ ਜ਼ਿਕਰ ਕਰਦਾ ਕਿ ਮੈਂ ਲਿਖਿਆ ਸੀ ਕਿ ਮਾਤਮ ਇਨਸਾਫ਼ ਖੌਫ ਬੇਬਸੀ ਤੇ ਅਨਿਆ ਇਹ ਨੇ ਅੱਜ ਮੇਰੇ ਪੰਜਾਂ ਦਰਿਆਵਾਂ ਦੇ ਨਾਂ ਦਰਿਆਵਾਂ ਦੇ ਜੋ ਹੁੰਦੇ ਸਨ ਸਤਲੁਜ ਪਿਆਸਾ ਰਾਵੀ ਜੇਲਮ ਅਤੇ ਚਨਾ ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇ ਨਿਆਂ ਮੇਰੇ ਪੰਜਾਂ ਦਰਿਆਵਾਂ ਦੇ। ਸੋ ਇੱਕ ਮੇਰਾ ਇੱਕ ਮੇਰੇ ਮਨ ਦਾ ਸੰਦੇਸ਼ ਇਹੀ ਆ। ਦੂਸਰਾ ਇਹ ਕਿ ਜੋ ਇਸ ਵੇਲੇ ਪੰਜਾਬਾਂ ਜਾਂ ਤਿੰਨਾਂ ਪੰਜਾਬਾਂ ਜਾਂ ਦੋਹਾਂ ਪੰਜਾਬਾਂ ਜਾਂ ਪੂਰੇ ਪੰਜਾਬ ਦਾ ਜੋ ਕੋਨਸੈਪਟ ਆ ਉਹਦੇ
ਹੋ ਸਕਦਾ ਜੀ ਉਹੀ ਆ ਕਿ ਅਸੀਂ ਅਸੀਂ ਯਾਨੀ ਮੈਂ ਇਦਾਂ ਸੋਚਦਾ ਕਿ ਸਾਨੂੰ ਬਹੁਤ ਸਮਝ ਲਓ ਕਿ ਬੌਧਿਕ ਕਿਸਮ ਦੇ ਤੇ ਭਾਵਕ ਕਿਸਮ ਦੇ ਸੰਵਾਦ ਤੇ ਰਹਿਣਾ ਚਾਹੀਦਾ ਜਿਹਨੂੰ ਕਹਿੰਦੇ ਸਾਡੀ ਸਾਡੀ ਗਤੀਵਿਧੀਆਂ ਕਿਉਂਕਿ ਜੇ ਪੰਜਾਬ ਬਦਲਣਾ ਸ਼ੁਰੂ ਹੋਊਗਾ ਤਾਂ ਸੋਚ ਚੋਂ ਬਦਲਣਾ ਸ਼ੁਰੂ ਹੋਊਗਾ ਕਿ ਸਾਨੂੰ ਆਪਣੇ ਭਾਵਾਂ ਅਸੀਂ ਅਧਿਆਪਕਾਂ ਜੋ ਕੁਛ ਵੀ ਅਸੀਂ ਜਿੱਥੇ ਵੀ ਬੈਠੇ ਹਾਂ ਸਾਨੂੰ ਕਿਉਂਕਿ ਜਿਹੜਾ ਜਿਹੜੀ ਜੋ ਵੀ ਪਰਸਨ ਜਾਂ ਕੋਈ ਧਰਤੀ ਬਣਦੀ ਆ ਉਹ ਆਪਣੀਆਂ ਚੋਇਸਿਸ ਨਾਲ ਬਣਦੀ ਆ ਅਸੀਂ ਚੋਣ ਕੀ ਕਰਦੇ ਹਾਂ ਕਿ ਉਹ ਬੰਦਾ ਕਹਿੰਦਾ ਕਿ ਬੰਦੇ ਦਾ ਸੈਲਫ ਜਿਹੜਾ ਉਹ ਸੈਲਫ ਕਾਹਦਾ ਬਣਦਾ ਕਿ ਉਹਨੇ ਫਲਾਣੇ ਵੇਲੇ ਕੀ ਚੁਣਿਆ ਕਿ ਉਹਦੇ ਕੋਲ ਆਹ ਚੋਇਸ ਸੀਗੀਆਂ ਇੱਧਰ ਨੂੰ ਮੁੜਿਆ ਉਹ ਤੋਂ ਬਾਅਦ ਆਹ ਚੋਇਸਿਸ ਸੀਗੀਆਂ ਉਹ ਇੱਧਰ ਨੂੰ ਮੁੜਿਆ ਉਹਦੀਆਂ ਚੋਇਸਿਸ ਇੱਕ ਸੈਲਫ ਬਣਾਉਂਦੀਆਂ ਉਹਦੀ ਸ਼ਖਸੀਅਤ ਬਣਾਉਂਦੀਆਂ ਸੋ ਇਸ ਤਰ੍ਹਾਂ ਹੀ ਪੰਜਾਬ ਦੀ ਸ਼ਖਸੀਅਤ ਜਾਂ ਪੰਜਾਬ ਦਾ ਜੋ ਆਪਾ ਆ ਉਹਨੂੰ ਇਹਦੀਆਂ ਚੋਇਸਿਸ ਨੇ ਬਣਾਉਣਾ ਤੇ ਉਹਨਾਂ ਚੋਇਸਿਸ ਲਈ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਜਿਹੜੇ ਲੋਕ ਹਾਂ ਜੋ ਦਾਨਸ਼ਵਰ ਨੇ ਭਾਵਾਂ ਅਸੀਂ ਪੱਤਰਕਾਰ ਹਾਂ ਕਵੀ ਹਾਂ ਜਾਂ ਲੇਖਕਾਂ ਕਿ ਸਾਨੂੰ ਇੱਕ ਬਹੁਤ ਜ਼ਰੂਰੀ ਆ ਕਿ ਅਸੀਂ ਅਸੀਂ ਇੱਕ ਵੱਡੀ ਸਰਗਰਮੀ ਵਿੱਚ ਰਹੀਏ ਭਾਵੇਂ ਅਸੀਂ ਜਿੱਦਾਂ ਹੁਣ ਮਿਲਦੇ ਹਾਂ ਅਸੀਂ ਗੂਮ 'ਤੇ ਮਿਲ ਗਏ ਜਾਂ ਸਾਡੀਆਂ ਬਹਿਸਾਂ ਹੋਣ ਜਾਂ ਸਾਡੇ ਆਰਟੀਕਲ ਹੋਣ ਕਿ ਪੰਜਾਬ ਲਈ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਪੋਲੀਟੀਕਲੀ ਕੀ ਹੋਣਾ ਚਾਹੀਦਾ ਕਿ ਬਹੁਤੀ ਵੱਡੀ ਗੱਲ ਤਾਂ ਇਹ ਹੋਵੇ ਕਿ ਸਾਡੀ ਬਹੁਤੀ ਤਾਂ ਸਾਡੀ ਜਿਹੜੀ ਪੋਲੀਟਿਕਸ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ ਲੇਕਿਨ ਦੋ ਤਰ੍ਹਾਂ ਦੀ ਪੋਲੀਟਿਕਸ ਹੈ ਖੋਟੀ ਪੋਲੀਟਿਕਸ ਅਤੇ ਖਰੀ ਪੋਲੀਟਿਕਸ ਸੋ ਅਸੀਂ ਬਹੁਤ ਦੇਰ ਤੋਂ ਖੋਟੀ ਪੋਲੀਟਿਕਸ ਦੇ ਸ਼ਿਕਾਰ ਹਾਂ ਔਰ ਪੋਲੀਟਿਕਸ ਨੂੰ ਬਦਲਣ ਦਾ ਤਰੀਕਾ ਇਹੀ ਆ ਕਿ ਅਸੀਂ ਆਪਣੇ ਆਪਣੇ ਲੋਕਾਂ ਦੇ ਮਨ ਬਦਲ ਸਕੀਏ ਆਪਣੇ ਨੌਜਵਾਨਾਂ ਦੇ ਮਨ ਬਦਲ ਸਕੀਏ ਆਪਣੇ ਆਪਣੇ ਮਨ ਅਸੀਂ ਜ਼ਿਆਦਾ ਪਿਓਰ ਬਣਾ ਸਕੀਏ ਜ਼ਿਆਦਾ ਸਟਰੋਂਗ ਜ਼ਿਆਦਾ ਬਣਾ ਸਕੀਏ ਸੋ ਇਹੀ ਸੰਦੇਸ਼ ਹੈ ਕਿ ਸਾਡਾ ਅਸੀਂ ਇਸ ਗੱਲ ਨੂੰ ਇੱਕ ਆਪਣਾ ਮੁੱਦਾ ਬਣਾਈਏ ਕਿ ਸਾਡੇ ਸ਼ਾਇਰ ਜਾਂ ਅਸੀਂ ਸਾਰੇ ਦਾਨਸ਼ਵਰ ਉਹ ਕੁਛ ਵੱਧ ਧਰਤੀ ਨਾਲ ਜੁੜ ਕੇ ਸੋਚਣ ਕੁਛ ਵੱਧ ਸੋਚੀਏ ਕਿ ਕੀ ਕੀਤਾ ਜਾ ਸਕਦਾ ਸੋ ਇਸ ਗੁਫ਼ਤਗੂ ਵਿੱਚ ਇਸ ਮਿਲਣ ਵਿੱਚ ਵੀ ਮੈਂ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਭਟਕਦੇ ਅੱਖੋ ਆਵੋ ਕਿ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਸੋ ਹੁਣ ਅਸੀਂ ਬਹੁਤ ਬਣਨ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਇੱਕ ਵਾਕ ਬਣਨ ਦੀ ਕੋਸ਼ਿਸ਼ ਕਰੀਏ ਅਸੀਂ ਕੁਛ ਸਿੱਟੇ ਕੁਛ ਨਤੀਜੇ ਇਹੋ ਜਿਹੇ ਬਣਾਈਏ ਕੁਛ ਸੋਚਾਂ ਇਹੋ ਜਿਹੇ ਬਣਾਈਏ ਜਿਹੜੀਆਂ ਸੋਚਾਂ ਪੰਜਾਬ ਦੇ ਮਨ ਨੂੰ ਬਦਲਣ ਅਤੇ ਮਨ ਦੇ ਰਾਹੀਂ ਫਿਰ ਅਸੀਂ ਪੰਜਾਬ ਦੀ ਜਿਹੜੀ ਹਕੀਕਤ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰੀਏ ਆਖਰ ਵਿੱਚ ਕੁਛ ਤਰਨਮ ਵਿੱਚ ਸਾਨੂੰ ਜ਼ਰੂਰ ਇਨਾਇਤ ਕਰੋ ਮੈਂ ਤਰਨਮ ਤੇ ਮੇਰਾ ਥੋੜਾ ਜਿਹਾ ਸਿਸਟਮ ਤਰਨਮ ਵਿੱਚ ਮੈਂ ਕੀ ਸੁਣਾਵਾ ਮੈਨੂੰ ਕੁਛ ਵੀ ਸਾਡੇ ਲਈ ਤਾਂ ਪ੍ਰਸ਼ਾਦ ਹੀ ਹੈ ਜੋ ਤੁਹਾਡਾ ਮਨ ਹੁਣ ਜਿੱਦਾਂ ਆਵਾਜ਼ ਦਾ ਆਵਾਜ਼ ਤੇ ਅਸਰ ਹੁੰਦਾ ਉਮਰ ਦਾ ਵੀ ਅਸਰ ਹੁੰਦਾ ਮੈਂ ਤੁਹਾਨੂੰ ਜੀ ਜੀ ਇੱਕ ਮੈਂ ਬਹੁਤ ਬਹੁਤ ਪੁਰਾਣੀ ਚੀਜ਼ ਅਖੀਰ 'ਚ ਪੜ੍ਹ ਦੂੰਗਾ ਜਿਹੜੀ ਬਹੁਤ ਹੀ ਪੁਰਾਣੀ ਹੈ ਬਹੁਤ ਵਾਰੀ ਲੋਕਾਂ ਨੇ ਸੁਣੀਆਂ ਕਿ ਕੋਈ ਡਾਲੀਆਂ 'ਚ ਲੰਘਿਆ ਹਵਾ ਬਣ ਕੇ ਮੈਨੂੰ ਬਹੁਤ ਅਜੇ ਮੈਨੂੰ ਚੰਗੀ ਦਿਲਣ ਦੀ ਤੇ ਇੱਕ ਮੇਰੀ ਗਜ਼ਲ ਸੀ ਕਿ ਮੇਰੇ ਅੰਦਰ ਵੀ ਚੱਲਦੀ ਹੈ ਗੁਫ਼ਤਗੂ ਜਿੱਥੇ ਲਫ਼ਜ਼ਾਂ ਹੈ ਮੇਰਾ ਲਹੂ ਇਹਦੇ ਮੈਂ ਦੋ ਤਿੰਨ ਸ਼ੇਰ ਤੁਹਾਨੂੰ ਪੜ੍ਹ ਦੇਣਾ ਇਹਦੇ ਵਿੱਚ ਮੈਂ ਕਾਫੀਏ ਬਹੁਤ ਪਰਸ਼ੀਅਨ ਦੇ ਕਾਫੀਏ ਨੇ ਲਿਖਣੇ 'ਚ ਮੈਂ ਦੀਵਾ ਬੜੂ ਦੀਵਾ ਜਗੂ ਦੁੱਲਾ ਬੜੂ ਇਹ ਵੀ ਕਾਫੀਆ ਆਇਆ ਇਹਦੇ ਵਿੱਚ ਵਾਹਿਗੁਰੂ ਵੀ ਕਾਫੀਏ ਦੇ ਤੌਰ ਤੇ ਆਇਆ ਤੇ ਮੈਂ ਇਹਦੇ ਤੁਹਾਨੂੰ ਕੁਛ ਸ਼ੇਰ ਜੀ
मेरे अंदर भी चलती है एक गुफ्तगू, जिथे लफ्जां च टलदा है मेरा लहू, जिथे मेरी बहस है मेरे नाल ही, जिथे वारिस ते पुरखे खड़े रूबरू, मेरे अंदर आवाज़ां तां हन बेपना, मेरे मत्थे च पर अकल दा ताना शा, मेरे मत्थे च पर अकल दा ताना शा, सब आवाज़ां सुनूं कुछ चुनूं फिर बुनूं, फिर बयान अपना कोई जारी करूं, मेरे अंदर भी चलती है एक गुफ्तगू, जिथे लफ्जां च टलदा है मेरा लहू। और तो आखिरी शेर पढ़ रहे, लंबी गजल है, पर परते उतरी तो मैं काम मोलोभ सा, होर उतरी ता जल खाक अग पौन सा, परत उतरी ता मैं काम मोलोभ सा, होर उतरी ता जल खाक अग पौन सा, इस तो पहला के लगदा पता कौन हां, हो गया होंद अपनी तो ही सुरखुरु, मेरे अंदर भी चलती है एक गुफ्तगू, जिथे लफ्जां च टलदा है मेरा लहू, जिथे मेरी बहस है मेरे नाल ही, जिथे वारिस ते पुरखे खड़े रूबरू। सो ये कुछ शेर सके, बहुत तो, बहुत शानदार, बहुत खूबसूरत। मैं दो मेरे मन से गजल आ रही सी, एक तो जाए सी के जी की है तेरे शहर विच मशहूर हाँ, जे नजर तेरी चे नामंजूर हाँ, नामंजूर हाँ। जहाँ कोई डालियाँ चो गया हवा बन के, मेरे ख्याल से ये मैं जो थोड़ा मन जो थोड़े मन च इस वेले आ रही चीज असि तो जुड़े हुए थोड़े नाल। चलो मैं तीन शेर जड़े दे की है तेरे शहर विच मशहूर हाँ दे। की है तेरे शहर विच मशहूर हाँ, जे नजर तेरी च नाम मंजूर हाँ, सीने उतले तग मेयानू की करा, सीने उतले तग में आनू की करा, सीने उतले तग में आनू की करा, सीने विचले नग में आ तो दूर हा, सीने विचले नग में आ तो दूर हा, मेरे सीने विच ही है सूली मेरी, मेरे सीने विच ही है सूली मेरी, मेरे सीने विच ही है सूली मेरी, मैं भी अपनी किस्म दा मनसूर
हाँ मैं भी अपनी किस्म दा मनसूर हाँ। और एक दा शेर सी, जहर मेरा पी के नीले हो गए, जहर मेरा पी के नीले हो गए, जहर मेरा पी के नीले हो गए, कागजां दा मैं बहुत मशहूर हाँ, कागजां दा मैं बहुत मशहूर हाँ। और दा मकता है जी, कल पात्र नू कहा सुरजीत ने, कल पात्र नू कहा सुरजीत ने, कल पात्र नू कहा सुरजीत ने, तू ते मैं भी एक दुए तो दूर हाँ, की है तेरे शहर विच मशहूर हाँ, जे नजर तेरी चिना शुक्रिया दोस्तों। कीमती गल्लां और पंजाबिका दे फेसबुक पेज उत्ते साडे इस प्रोग्राम दे नाल जुड़े हुए सारे दोस्तां दा बहुत शुक्रिया। असीं लगभग पौने दो घंटे तो पंजाबी दे अजीम शायर, वड्डे कवि, शानदार लेखक सुरजीत पात्र होरां दे नाल सां। बहुत सारियां गल्लां उहनां नाल होईयां, बहुत मंजे हुए रूहानी और गहरे ढंग नाल उहनां ने साडियां जिज्ञासावां, साडे सवालां दे जवाब दित्ते। साडे इस पेज उत्ते जुड़े हुए सारे सुनण वालियां देखण वाले दोस्तां दा बहुत शुकराना। सब जिउंदे वसदे रहो। सुरजीत पात्र साहब तुहाडा बहुत शुक्रिया कि तुसीं अपना समां कढ़िया और साडे नाल इन्ना लम्मा समां जुड़े रहे। सो मैं मेरे लिए बहुत वड्डा अनुभव इसलिए कि मैनूं लग्गिया कि मैं दोहां पंजाबां नाल गल कर रहा, अजम मलिक होणा दी मार्फत ते हरविंदर दी मार्फत और गुरतेज दी मार्फत गुरतेज नाल गल्लां करना हमेशा एक बहुत प्यारा अनुभव हुंदा। और जदों उन्हें कहा सी कि जदों कुछ मेरे बारे कहा सी ते मैं मेरा एक शेर सी कि मैं किद्दां सोचदा कि मैं कुछ हाँ, तो मेरा एक शेर सी कि जावां नैणा तेरियां विच देखावां, मैं जूंदा हाँ जाके मर गया। सो कुछ दोस्त इहो जिहे हुंदे आ, कुछ पाठक इहो जिहे हुंदे आ, कुछ स्रोते इहो जिहे हुंदे आ जिन्हां दे नैणां च देख के तुहानूं पता लगदा कि तुसीं जिउंदे हो कि नहीं जिउंदे। सो तुसीं सारे मेरे लिए वो नैण हो गुरतेज दी मार्फत, तो तुहाडा सब दा बहुत बहुत शुक्रिया, बहुत बहुत प्यार सत्कार और भुला चुका लई माफी, बहुत बहुत शुक्रिया जी, बहुत बहुत शुक्रिया जी।